ਹਾਜ਼ਰੀ ਸਵਾਗਤ ਜੀ ਇੱਕ ਵਾਰਾਂ ਫਿਰ ਤੋਂ ਤੁਹਾਡੇ ਨਾਲ ਅਸੀਂ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ ਹਾਜ਼ਰ ਆਇਆ ਤੁਸੀਂ ਦੇਖ ਰਹੇ ਹੋ ਪ੍ਰਾਈਮ ਅਸ਼ਾ ਟੀਵੀ ਮੈਂ ਗੁਰਪ੍ਰੀਤ ਸਿੰਘ ਸੰਧਵਾਲੀਆ ਤੇ ਆਪਣੇ ਸਮੇਂ ਮੁਤਾਬਕ ਗੱਲਬਾਤ ਕਰ ਲਈ ਜਾਂ ਕਹੋ ਕੋਈ ਖਬਰਾਂ ਦੀ ਗੱਲਬਾਤ ਕਰਨ ਲਈ ਅਸੀਂ ਹਾਜ਼ਰ ਹੋ ਜਾਈਦਾ ਅੱਜ ਵੀ ਗੱਲ ਆਪਾਂ ਪੰਜਾਬ ਦੀ ਕਰਨੀ ਹੈ ਕਿਉਂਕਿ ਪੰਜਾਬ 'ਚ ਜੇ ਇਲੈਕਸ਼ਨਾਂ ਮੁੱਕੀਆਂ ਸੀ ਸਰਕਾਰ ਬਣੀ ਸੀ ਤੇ ਚਰਚਾ ਫਿਰ ਇਲੈਕਸ਼ਨਾਂ ਦੀ ਚੱਲਣ ਲੱਗ ਪਈ ਹੈ ਉਹਦੀ ਗੱਲ ਕਰ ਲਵਾਂਗੇ ਇਸ ਤੋਂ ਇਲਾਵਾ ਵੀਰ ਕੁਝ ਪੰਜਾਬ ਸਰਕਾਰ ਕਹਿੰਦੀ ਹੈ ਕਿ ਵੀ ਅਸੀਂ ਆਪਣੇ ਰੋ ਨਵੇਂ ਫੈਸਲੇ ਲਾਇਆ ਤੇ ਉਹਨਾਂ ਫੈਸਲਿਆਂ ਨੂੰ ਪਿਛਲੇ ਦਿਨਾਂ ਚ ਲੋਕਾਂ ਐਪਰੀਸ਼ੀਏਟ ਕੀਤਾ ਗਾਂ ਦੀ ਹੁਣ ਕੀ ਕਹਾਣੀਆਂ ਉਹਦਾ ਜ਼ਿਕਰ ਕਰ ਲਵਾਂਗੇ ਕੁਝ ਪੁਰਾਣੇ ਜਿਹੜੇ ਕੁਝ ਰਹਿ ਗਏ ਸੀ ਨੌਜਵਾਨ ਉਹਨਾਂ ਦੀ ਕਹਿੰਦੇ ਦੁਬਾਰਾ ਸੁਣੀ ਗਈ ਚੰਗੀ ਗੱਲ ਆ ਉਹ ਕੀ ਕਹਾਣੀਆਂ ਆ ਉਹ ਵੀ ਜ਼ਿਕਰ ਕਰਨਾ ਬਣਦਾ ਤੇ ਕੁਝ ਮਸਲੇ ਇਸ ਤਰ੍ਹਾਂ ਦੇ ਆਉਂਦੇ ਆ ਜਿਹੜੇ ਹੁਣ ਮਲਕੋਂ ਬਾਹਰ ਦੇ ਨੇ ਕਿਉਂਕਿ ਕੇਂਦਰ ਸਰਕਾਰ ਦੇ ਕੁਝ ਫੈਸਲੇ ਕਹਿ ਲਓ ਜਾਂ ਐਡਵਾਈਸਰੀਜ਼ ਦਾ ਕਰਕੇ ਇੱਕ ਰੇੜਕਾ ਹੈ ਉਹਦੀ ਚਰਚਾ ਵੀ ਕਰਾਂਗੇ ਕੁਝ ਖਬਰਾਂ ਹੋਰ ਨੇ ਨਾਲ ਆਪਣੇ ਪਰਵੀਰ ਬਾਠੂਰੀਆਂ ਹੋਰ ਵਾਟਸਐਪ ਕਿਦਾਂ ਜੀ ਚੜਦੀ ਕਲਾ ਜੀ ਸਤਿ ਸ੍ਰੀ ਅਕਾਲ ਬੱਲੇ ਬੱਲੇ ਠੀਕ ਹੈ ਜੀ ਸਤਿ ਸ੍ਰੀ ਅਕਾਲ ਮਹਾਰਾਜ ਤੇ ਗਵਾਚੇ ਆ ਜ ਆਪਦੇ ਕਿ ਨਹੀਂ ਗਵਾਚੇ ਤਾਂ ਨਹੀਂ ਮੈਂ ਕਈ ਚੀਜ਼ਾਂ ਮਾਂਚਾਉਂਦੀਆਂ ਸੋਚਾਂ ਵਿਚਾਰਾਂ ਨਹੀਂ ਨਹੀਂ ਮਾਂਚ ਨਹੀਂ ਰੱਖਣਾ ਕੋਈ ਤੁਸੀਂ ਦੇਖੋ ਕਿ ਤੁਹਾਡਾ ਸਾਡੇ ਪ੍ਰਾਈਮੇਰੀ ਸ਼ਾ ਟੀਵੀ ਦੇ ਪਰਿਵਾਰ ਦੇ ਮੈਂਬਰਾਂ ਦਾ ਟੈਕਸ ਜਿਹੜਾ ਭਾਰਤ ਦੇ ਵਿੱਚ ਜਾਂਦਾ ਪੰਜਾਬ 'ਚ ਜਾਂਦਾ ਉਹ ਇੱਕ ਸਾਂਝਾ ਖਜ਼ਾਨਾ ਲੱਗਾ ਹੋਇਆ ਪੰਜਾਬ ਸਰਕਾਰ ਦਾ ਉੱਥੇ ਜਾਂਦਾ ਹੈ ਹਮ ਹਮ ਉੱਥੋਂ ਫਿਰ ਮੰਤਰੀਆਂ ਨੂੰ ਤਨਖਾਹ ਜਾਂਦੀ ਐ ਐਮ ਐਲ ਐਸ ਨੂੰ ਸਾਡੇ ਅਫਸਰਾਂ ਨੂੰ ਸਰਕਾਰੀ ਕਰਮਚਾਰੀਆਂ ਨੂੰ ਉਹਨਾਂ ਨੂੰ ਤਨਖਾਹ ਇਸ ਕਰਕੇ ਦਿੱਤੀ ਜਾਂਦੀ ਹੈ ਕਿ ਇਹ ਲੋਕਾਂ ਦਾ ਪੈਸਾ ਤੁਹਾਨੂੰ ਅਸੀਂ ਇਸ ਕਰਕੇ ਦੇ ਰਹਾ ਕਿ ਲੋਕਾਂ ਦੇ ਹਿੱਤ ਸੁਰੱਖਿਅਤ ਕਰੋ ਕਿ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਹੋ ਪਰ ਕਦੇ-ਕਦੇ ਐਂ ਲੱਗਦਾ ਹੁੰਦਾ ਕਿ ਕਿਸੇ ਹੋਰ ਦੀ ਸੇਵਾ ਜੀ ਹਾਜ਼ਰ ਨਹੀਂ ਜਾਨੀ ਪੈਸਾ ਥੋੜਾ ਕੰਮ ਕਿਸੇ ਹੋਰ ਲਈ ਕਰੀ ਜਾਂਦੇ ਆ ਤੁਸੀਂ ਕੱਲ ਨਾ ਜ਼ਿਕਰ ਕੀਤਾ ਸੀ ਬੜੇ ਵਿਸਤਾਰ ਦੇ ਵਿੱਚ ਟੋਲ ਪਲਾਜ਼ਿਆਂ ਦਾ ਕਿ ਜੀ ਉਹਨਾਂ ਨੇ ਐਦਾਂ ਲਾ ਕੇ ਡੰਡੇ ਆ ਤੇ ਕੈਬਨ ਲਾਗੇ ਬਣਾ ਕੇ ਪੈਸੇ ਲੈ ਲੈਂਦੇ ਆ ਪਰ ਜਿਹੜੀ ਚੀਜ਼ ਦੀ ਸੇਵਾ ਉੱਥੇ ਦੇਣੀ ਚਾਹੀਦੀ ਆ ਉਹ ਦਿੱਤੀ ਨਹੀਂ ਜਾਂਦੀ 20-25 ਸਾਲ ਪਹਿਲਾਂ ਦਾ ਪੰਜਾਬ ਦੇ ਵਿੱਚ ਕੰਮ ਸ਼ੁਰੂ ਹੋਇਆ ਹੁਣ ਸੰਧਾਲੀਆ ਸਭ ਇੱਕ ادارے ਨੇ ਮੇਰਾ ਖਿਆਲ ਆ ਕਿ 12 ਜਿਹੜੇ ਪੰਜਾਬ ਦੇ ਵੱਡੇ ਟੋਲ ਪਲਾਜ਼ੇ ਨੇ ਉਹਨਾਂ ਦਾ ਥੋੜਾ ਜਿਹਾ ਮੁਆਇਨਾ ਜਿਹਾ ਕੀਤਾ ਕਿ ਦੇਖਦੇ ਆ ਹਮਮ ਕੱਲ ਐਂਬੂਲੈਂਸ ਦੀ ਗੱਲ ਚੱਲਦੀ ਸੀ ਉਹਦਾ ਕਾਰਨ ਸੀ ਕਿ 11 ਤੋਂ 12 ਮੰਦੇ ਰੋਜ਼ ਪੰਜਾਬ 'ਚ ਸੜਕਾ ਹਾਦਸਿਆਂ 'ਚ ਮਾਰੇ ਜਾਂਦੇ ਆ ਯਾਨੀ ਕਿ ਐਕਸੀਡੈਂਟ ਹੁੰਦਾ 11 12 ਬੰਦੇ ਮਰ ਜਾਂਦੇ ਆ ਰੋਜ਼ ਇਹਦਾ ਮਤਲਬ ਤੁਸੀਂ ਦੇਖੋ ਕਿ ਦਿਨ 'ਚ 24 ਘੰਟੇ ਹੁੰਦੇ ਆ ਹਰ 2 ਘੰਟੇ ਦੇ ਵਿੱਚ ਇੱਕ ਬੰਦਾ ਪੰਜਾਬ 'ਚ ਦਮ ਤੋੜਦਾ ਸੜਕ ਦੇ ਉੱਤੇ ਹੋਏ ਹਾਦਸੇ ਦੇ ਕਰਕੇ ਉਹ 12 ਟੋਲ ਪਲਾਜ਼ਿਆਂ ਦੇ ਉੱਤੇ ਸਮਝੌਤਾ ਕਿਸੇ ਵੀ ਕੰਪਨੀ ਨਾਲ ਹੋਵੇ ਕਿ ਤੁਸੀਂ ਸੜਕ ਬਣਾਉਣੀ ਆ ਸੜਕ ਬਣਾ ਕੇ ਮੁਰਕੇ ਟੋਲ ਲਾ ਲਿਓ ਐਂਬੂਲੈਂਸ ਜ਼ਰੂਰੀ ਹੈ ਕਿ ਤੁਹਾਡੇ ਕੋਲ ਉੱਥੇ ਐਂਬੂਲੈਂਸ ਚਾਹੀਦੀ ਆ ਜਿੰਨੀ ਸੜਕ ਤੁਸੀਂ ਬਣਾ ਕੇ ਲੋਕਾਂ ਤੋਂ ਪੈਸੇ ਲੈਣੇ ਆ ਉੱਥੇ ਕੋਈ ਐਕਸੀਡੈਂਟ ਹੋਏ ਥੋਡੀ ਐਂਬੂਲੈਂਸ ਪਹੁੰਚਣੀ ਚਾਹੀਦੀ ਹੈ ਤੁਸੀਂ ਹੈਰਾਨ ਹੋਵੋਗੇ ਕਿਸੇ ਮੰਤਰੀ ਦੀ ਕਿਸੇ ਐਮਐਲਏ ਦੀ ਕਿਸੇ ਅਧਿਕਾਰੀ ਦੀ ਜਿਹੜਾ ਸਰਕਾਰ ਦੇ ਖਜ਼ਾਨੇ ਚੋਂ ਜਿੱਥੇ ਲੋਕਾਂ ਦਾ ਪੈਸਾ ਆਉਂਦਾ ਉਹਦੇ ਵਿੱਚੋਂ ਤਨਖਾਹ ਲੈਂਦਾ ਹੋਊਗਾ ਉਹ 12 ਦੇ ਵਿੱਚੋਂ 8 ਟੋਲ ਪਲਾਜ਼ੇ ਵਾਲੀਆਂ ਕੰਪਨੀਆਂ ਨੇ ਜਗਾੜੂ ਐਂਬੂਲੈਂਸ ਬਣਾਈਆਂ ਹਮਮ ਅੱਧੀਆਂ ਐਂਬੂਲੈਂਸ ਦੇ ਵਿੱਚ ਕੋਈ ਟ੍ਰੇਨਡ ਸਟਾਫ ਵਾਲਾ ਨਹੀਂ ਹੁਣ ਉਹ ਕਿਸ ਨੂੰ ਪਾਣੀ ਪੜਾਉਣ ਥੋੜੀ ਜਾਣਾ ਮੰਨ ਲਓ ਸੜਕ ਹਾਦਸਾ ਹੋ ਗਿਆ ਕਿਸੇ ਦੀ ਲੱਤ ਟੁੱਟ ਗਈ ਜਾਂ ਕੋਈ ਸ਼ੋਰ ਹੋ ਗਿਆ ਕਿਸ ਨੂੰ ਸਾਹ ਦੀ ਲੋੜ ਹੈ ਤੁਹਾਡਾ ਸਟਾਫ ਹੀ ਟ੍ਰੇਨਡ ਨਹੀਂ ਇਦਾਂ ਦਾ ਫਿਰ ਕਿਸੇ ਵੀ ਗੱਡੀ ਦੇ ਵਿੱਚ ਪਾ ਕੇ ਬੰਦੇ ਨੂੰ ਲੈ ਜਾਣਗੇ ਹੁਣ ਐਂਬੂਲੈਂਸ ਦਾ ਮਤਲਬ ਕੱਲਾ ਜ਼ਖਮੀ ਨੂੰ ਚੱਕ ਕੇ ਤੇ ਹਸਪਤਾਲ ਪਹੁੰਚਾਉਣਾ ਨਹੀਂ ਹੁੰਦਾ ਉਹਨੂੰ ਚੱਕ ਕੇ ਤੁਰੰਤ ਫਰਸਟ ایڈ ਦੇਣਾ ਜਿਹਨੂੰ ਆਕਸੀਜਨ ਦੀ ਲੋੜ ਹੈ ਆਕਸੀਜਨ ਲਾਉਣੀ ਸਾਰਾ ਕੁਝ ਹੈ ਤੇ ਜਦ ਤੁਸੀਂ ਪਹਿਲਾਂ ਸਾਈਨ ਕਰਕੇ ਦਿੰਨੇ ਹੋ ਕਿ ਅਸੀਂ ਆਫ ਸਿਲਿਟੀਆਂ ਦੇਵਾਂਗੇ ਕਿਉਂ ਨਹੀਂ ਦੇ ਹੋਰ ਦੇਖੋ 6 ਟੋਲ ਪਲਾਜ਼ਿਆਂ ਦੇ ਉੱਤੇ ਜਿਹੜੀਆਂ ਐਂਬੂਲੈਂਸੀਆਂ ਨੇ ਉਹਨਾਂ ਵਿੱਚ ਆਕਸੀਜਨ ਦਾ ਸਿਲੰਡਰ ਹੀ ਨਹੀਂ ਅੱਠਾਂ ਦੇ ਵਿੱਚ ਫਰਸਟ ایڈ ਕਿੱਟੀ ਹੈ ਨਹੀਂ ਕਿ ਜਣੀ ਇਹ ਮਾੜੀ ਮੋਟੀ ਪੱਟੀ ਵੀ ਬੰਨਣੀ ਹੈ ਸਵਾਲ ਇਹ ਨਹੀਂ ਕਿ ਪੱਤਰਕਾਰਾਂ ਨੇ ਜਾ ਕੇ ਚੈੱਕ ਕਰ ਲਿਆ ਜਣੀ ਪੰਜਾਬ ਦਾ ਕੋਈ ਡਿਪਾਰਟਮੈਂਟ ਇਦਾਂ ਦਾ ਨਹੀਂ ਜਿਹੜੇ ਕਿਸੇ ਅਧਿਕਾਰੀ ਦੀ ਡਿਊਟੀ ਆ ਕਿ ਤੁਸੀਂ ਮੜ ਜਾ ਚੈੱਕ ਰੱਖਣਾ ਤਾਂ ਜਾਂ ਫਿਰ ਕਿਸੇ ਡਿਪਾਰਟਮੈਂਟ ਦਾ ਕੋਈ ਅਧਿਕਾਰੀ ਕੋਈ ਐਮਐਲਏ ਕੋਈ ਮੰਤਰੀ ਸੜਕ ਉੱਪਰ ਦੀ ਨਹੀਂ ਲੰਘਦਾ ਅਸੀਂ ਸਾਰੀ ਉਮਰ ਇਹੀ ਥੋੜੀ ਗਈ ਜਾਣਾ ਆਪਾਂ ਦਾ ਫਰੀ ਲੰਘਦੇ ਆ ਬਈ ਇਧਰਲੇ ਪਾਸੇ ਵੀ VIP ਲੇਨ ਦੇ ਵਿੱਚ ਦੀ ਲੰਘਦੇ ਆ ਬਈ ਆ ਸਾਡੀ ਗੱਡੀ ਤੇ ਇਧਰ ਦੇ ਲੰਘਦੀ ਮਾੜਾ ਵੋਟਾ ਕਦੇ ਖੜੇ ਖੜੇ ਹੋ ਕੇ ਐਂਬੂਲੈਂਸ ਵਾਲੇ ਪਾਸੇ ਨੂੰ ਨਾ ਮਾਰ ਲੈਣੀ ਚਾਹੀਦੀ ਆ ਕਿ ਭਾਈ ਆਮ ਲੋਕਾਂ ਦੇ ਬਚਾ ਦਾ ਕੋਈ ਹਿਸਾਬ ਕਿਤਾਬ ਹੈਗਾ ਕਿ ਨਹੀਂ ਹੈਗਾ ਇਹ ਲੋਕਾਂ ਨਾਲ ਧੋਖਾ ਨਹੀਂ ਨਹੀਂ ਹੈਗਾ ਬਾਕੀ ਚਲੋ VIP ਲੇਨ ਵਾਲੇ ਜਿੰਨੇ ਵੀ ਆਪਣੇ ਸੱਜਣ ਆ ਉਹ ਮੈਂ ਅੱਗੇ ਵੀ ਬੇਨਤੀ ਕਰਦਾ ਹੁੰਨਾ ਇੱਕ ਵਾਰ ਫਿਰ ਚੇਤੇ ਗਰਾ ਦੇਣਾ ਵੀ ਜਿਹੜਾ ਟੇਡਾ ਜਾਂ ਟਰੱਕ ਆਉਂਦਾ ਹੁੰਦਾ ਨਾ ਉਹਦਾ ਜਦੋਂ ਸਟੀering ਫ੍ਰੀ ਹੋਣਾ ਜਾਂ ਉਹਦੀ ਜਦੋਂ ਬ੍ਰੇਕ ਫ੍ਰੀ ਹੋਣੀ ਹੈ ਨਾ ਉਹਨੇ ਸਾਹਮਣੇ ਵਾਲੀ ਗੱਡੀ ਤੇ ਸਟicker ਪੜ ਕੇ ਆਪਣੇ ਆਪ ਨਹੀਂ ਮੁੜ ਜਾਣਾ ਵੀ ਉਹ ਹੋ ਹੋ ਹੋਏ ਤੇ ਜਨਾਬ ਦੀ ਗੱਡੀ ਹੈ VIP ਗੱਡੀ ਹੈ ਫਲਾਣੇ ਸਾਹਿਬ ਦੀ ਗੱਡੀ ਹੈ ਇਸ ਕਰਕੇ ਜਿਹੜਾ ਕਾਨੂੰਨ ਬਣਿਆ ਉਸ ਕਾਨੂੰਨ ਦੀ ਜੇ ਪਾਲਣਾ ਨਹੀਂ ਕਰਵਾਊਗਾ ਪ੍ਰਸ਼ਾਸਨ ਅੱਜ ਨਹੀਂ ਕੱਲ੍ਹ ਕੱਲ੍ਹ ਨਹੀਂ ਪਰਸੋਂ ਉਹ ਲਪੇਟੇ ਚੋ ਆਪ ਜਨ ਉਹ ਆਪਣਾ ਕੋ ਨੇੜ ਲਾ ਜਾਣਾ ਇੱਕ ਹੋਰ ਐਕਸੀਡੈਂਟ ਦੀ ਬੜੀ ਚਰਚਾ ਸੀ ਨਾ ਕਿ ਉਹ ਟਰੱਕ ਹੈ ਜੀ ਟਰੱਕ ਤੇ ਕੰਟੇਨਰ ਲੱਧਿਆ ਤੇ ਉਸ ਤੋਂ ਬਾਅਦ ਐਕਸੀਡੈਂਟ ਹੁੰਦਾ ਤੇ ਉਹ ਕੰਟੇਨਰ ਜਿਹੜਾ ਜੀ ਉਹੋ ਹੀ ਤਿਲਕ ਕੇ ਜਾ ਵਜਦਾ ਬ੍ਰੇਕ ਦਾ ਕਰਕੇ ਉਹ ਟਰੱਕ ਦੀ ਬਾਡੀ ਜੀ ਵੀ ਪਾੜ ਦਿੰਦਾ ਉਸ ਤੋਂ ਬਾਅਦ ਜਿਹੜੀ ਕਾਰ ਹੈ ਉਹ ਕਾਰ ਦੇ ਉੱਤੇ ਪਲਟ ਜਾਂਦਾ ਤੇ ਕਾਰ ਦੇ ਵਿੱਚ ਜਿੰਨੇ ਜੀਓ ਸਾਰੇ ਦਬਕੇ ਮਰ ਜਾਂਦੇ ਆ ਲੋਕ ਤਾਂ ਕਹਿੰਦੇ ਵੀ ਉਹ ਜ਼ਖਮੀ ਨੇ ਕਾਫੀ ਗੰਭੀਰ ਨੇ ਦੋ ਜਵਾਨ ਛੋਟੇ ਛੋਟੇ ਤੇ ਇੱਕ ਔਰਤ ਦੀ ਉੱਥੇ ਮੌਤ ਹੋ ਜਾਂਦੀ ਹੈ ਹੁਣ ਵੈਸੇ ਮੈਂ ਸੋਚਦਾ ਸੀ ਵੀ ਉਹ ਕੰਟੇਨਰ ਜਿਹੜਾ ਐਡਾ ਹੀ ਕੱਚਾ ਕੁਲਾ ਸੀਗਾ ਵੀ ਬ੍ਰੇਕ ਵੱਜੀ ਤੇ ਨਾਲ ਦੀ ਨਾਲ ਹੀ ਉੱਥੇ ਲੜੇ ਡਿੱਗ ਪਿਆ ਹੁਣ ਉਹਦੇ ਤੇ ਹੋ ਸਕਦਾ ਵੀ ਕੋਈ ਬੰਦਾ ਇਹ ਵੀ ਲੌਜਿਕ ਦੇਵੇ ਜੀ ਉਹ ਭਾਰ ਹੀ ਜ਼ਿਆਦਾ ਸੀ ਜੇ ਭਾਰ ਜ਼ਿਆਦਾ ਸੀ ਤੇ ਤਾਂ ਮਤਲਬ ਉਹ ਟਰੱਕ ਤੋ ਜਾ ਨਹੀਂ ਸਕਦਾ ਤੇ ਜੇ ਉਹ ਉੱਤੇ ਜਾ ਸਕਦਾ ਸੀ ਉਹ ਬ੍ਰੇਕ ਵੱਜਣ ਦੇ ਨਾਲ ਹੀ ਅਗਲੇ ਪਾਸੇ ਪਲਟ ਗਿਆ ਦਾ ਮਤਲਬ ਚੰਗੀ ਤਰ੍ਹਾਂ ਨੂੰ ਬੰਨਿਆ ਨਹੀਂ ਸੀ ਹੋਰ ਵੀ ਆਪਾਂ ਦੇਖਦੇ ਹਾਂ ਰੇਤ ਬਜਰੀ ਦੀਆਂ ਗੱਲਾਂ ਵੈਸੇ ਚੱਲਦੀਆਂ ਰੇਤ ਵਾਲੇ ਜਿੰਨੇ ਟਿੱਪਰ ਆ ਜਿੱਦਣ ਟਿੱਪਰ ਉੱਥੋਂ ਲਿਆ ਜਾਂਦਾ ਉਦੋਂ ਉਹਦੀ ਬਾਡੀ ਹੋਰ ਹੁੰਦੀ ਹੈ ਪਾਸ ਉਹ ਹੋਰ ਬਾਡੀ ਤੇ ਹੁੰਦਾ ਕਿਸੇ ਟਿੱਪਰ ਨੂੰ ਦੇਖ ਲਓ ਸਾਰਿਆਂ ਦੇ 2-2 2.5 2.5 ਫੁੱਟ ਉੱਪਰ ਹੋਰ ਚਾਦਰਾਂ ਲਵਾਈਆਂ ਹੁੰਦੀਆਂ ਉਹ ਵੀ ਤੇ ਸਾਹਾਂ ਦੇ ਅੱਗੋਂ ਦੀ ਲੰਘਦੇ ਆ ਉਹ 2.5 ਫੁੱਟ ਚਾਦਰ ਹੈ ਚਾਦਰ ਤੋਂ ਉੱਪਰ ਵੀ ਆਪਾਂ 1.5 ਫੁੱਟ ਦੀ ਟੀਸੀ ਕੱਢੀ ਆ ਤੇ ਫਿਰ ਭਾਵੇਂ ਉਹ ਟਿੱਪ ਰੜਾਟ ਪੌਂਦਾ ਜਾਵੇ ਸੜਕਾਂ ਪੌਂਦਾ ਜਾਵੇ ਜਾਂ ਕਿਸੇ ਨੂੰ ਥੱਲੇ ਦੇ ਕੇ ਚਲੇ ਜਾਵੇ ਕੋਈ ਪੁੱਛਣ ਵਾਲਾ ਥੋੜਾ ਨਹੀਂ ਉਹਨੇ ਕਿਹੜਾ ਸਕੈਨਿੰਗ ਕਰਨੀ ਕਿ ਇਹਨੂੰ ਮੈਂ ਥੱਲੇ ਦੇਣਾ ਤੇ ਇਹਨੂੰ ਨਹੀਂ ਦੇਣਾ ਆਓ ਜਿੱਦਣ ਆ ਗਿਆ ਆ ਗਿਆ ਕੋਈ ਆ ਗਿਆ ਆ ਗਿਆ ਸੰਧਾਲੀਆ ਸਾਹਿਬ ਵੀ ਬਹੁਤ ਜ਼ਰੂਰੀ ਹੈ ਜਾਨੀ ਕਿਉਂਕਿ ਜਿਹਨਾਂ ਦੀ ਡਿਊਟੀ ਹੈ ਨਾ ਉਹ ਡਿਊਟੀ ਸਮਝਣਾ ਆਪਾਂ ਇੱਕ ਤਾਂ ਇਹ ਕਹਿੰਦੇ ਨੇ ਚਲੋ ਕਿ ਉਹ ਖੂਹ ਦੇ ਵਿੱਚ ਚੀਜ਼ ਪਈ ਸੀ ਉੱਥੇ ਕਿਸੇ ਦੀ ਨਿਗਾ ਨਹੀਂ ਪਈ ਇਹ ਤਾਂ ਸੜਕ ਦੇ ਉੱਤੇ ਹੈ ਡਿਊਟੀ ਹਾਂ ਜੇ ਉਹ ਕਈਆਂ ਨੂੰ ਪੁੱਛਿਆ ਜੀ ਉੱਥੇ ਉਹ ਕਹਿੰਦੇ ਟਾਈਮ ਟੂ ਟਾਈਮ ਅਧਿਕਾਰੀ ਸਭ ਚੈੱਕ ਕਰਦੇ ਨੇ ਕੀ ਚੈੱਕ ਕਰਦੇ ਨੇ ਕਿ ਭਾਈ ਤੁਸੀਂ ਵੈਸੇ ਗੱਲ ਕਰਦੇ ਨਾ ਉਹਨੇ ਕਿ ਟਾਈਮ ਟੂ ਟਾਈਮ ਸਬੰਧਤ ਅਧਿਕਾਰੀ ਚੈੱਕ ਕਰਦੇ ਜੀ ਚੈੱਕ ਕਰਦੇ ਹੁਣ ਤਾਂ ਫਿਰ ਆਕਸੀਜਨ ਦਾ ਸਿਲੰਡਰ ਵਿੱਚ ਹੋਵੇ ਜੇ ਚੈੱਕ ਕਈ ਐਂਬੂਲੈਂਸ ਦੀ ਆਰਸੀ ਹੈ ਨਹੀਂ ਯਾਨੀ ਕਿ ਕੋਈ ਪੁਰਾਣੀ ਗੱਡੀ ਲਈ ਉਹਦੇ ਵਿੱਚ ਉਹ ਸੀਟਾਂ ਜਗਾਈਆਂ ਹੁਣ ਇੱਕ ਸਟ੍ਰੇਚਰ ਜਿਆ ਸਿੱਧਾ ਥੱਲੇ ਫਿਕਸ ਕਰਾ ਲਿਆ ਨਾਲ ਇੱਕ ਬੈਂਚ ਜਿਆ ਹੋਰ ਲਾ ਲਿਆ ਇਹਨੂੰ ਐਂਬੂਲੈਂਸ ਕਹੀ ਜਾਂਦੀ ਹੈ ਉਹ ਭਾਈ ਲੱਖਾਂ ਦੀ ਗਿਣਤੀ 'ਚ ਰੋਜ਼ ਲੋਕ ਲੰਘਦੇ ਆ ਤੁਸੀਂ ਕਰੋੜਾਂ ਦੀ ਗਿਣਤੀ ਦੇ ਵਿੱਚ ਰੋਜ਼ ਰੁਪਈਏ ਇਕੱਠੇ ਕਰਦੇ ਹੋ ਥੋਨੂੰ ਪੰਜਾਬ ਦੇ ਪੌਣੇ 3 ਕਰੋੜ ਲੋਕਾਂ ਦੀ ਸਿਹਤ ਦਾ ਉਹਨਾਂ ਦੀ ਕੁਸ਼ਲਤਾ ਦਾ ਉਹਨਾਂ ਦੀ ਸਿਹਤ ਯਾਪੀ ਦਾ ਕੋਈ ਭਾਅ ਹੀ ਨਹੀਂ ਪਰ ਇੱਥੇ ਕੰਪਨੀਆਂ ਨੂੰ ਤੇ ਜੇ ਉਹ ਲਹਿਲਾ ਰੇ ਲੈਣ ਦਾ ਮੌਕਾ ਮਿਲੇ ਅਗਲੇ ਲੈਣਗੇ ਰੌਲਾ ਤਾਂ ਸਿਰਫ ਸਬੰਧਤ ਜ਼ਿੰਮੇਵਾਰ ਬੰਦੇ ਦਾ ਜਿਹੜਾ ਕਿ ਪੰਜਾਬ ਦੇ ਲੋਕਾਂ ਦੇ ਟੈਕਸ ਦੇ ਪੈਸੇ ਜੋ ਤਨਖਾਹ ਲੈਂਦਾ ਪਰ ਕੰਮ ਲੋਕਾਂ ਲਈ ਕਰਦਾ ਨਹੀਂ ਹੂੰ ਇਹ ਗੱਲ ਹੈਗੀ ਇਹਦੇ ਕੋ ਕਾਰਨ ਆ ਵੀ ਹਰੇਕ ਚੀਜ਼ ਲਈ ਮਨ ਹੁੰਦਾ ਨਾ ਵੀ ਆਪਾਂ ਇਹ ਕਹਿ ਦਿੰਦੇ ਆ ਵੀ ਫਲਾਨੀ ਜੀ ਸਰਕਾਰ ਨਹੀਂ ਕਰਦੀ ਹੂੰ ਮੈਨੂੰ ਇਹ ਲੱਗਦਾ ਹੁੰਦਾ ਵੀ ਯਾਰ ਸਰਕਾਰ ਤਾਂ ਆਪਣੇ ਲੋਕਾਂ ਚੋਂ ਹੀ ਨਿਕਲੀ ਆ ਜੇ ਆਪਾਂ ਦਾ ਹਰੇਕ ਬੰਦਾ ਆਪਣੀ ਆਪਣੀ ਥਾਂ ਤੇ ਪਰ ਡਿਊਟੀ ਇਮਾਨਦਾਰੀ ਨਾਲ ਕਰਨ ਲੱਗ ਜੇ ਇਧਰ ਜੇ ਆਪਾਂ ਬਹੁਤਾ ਕਰਕੇ ਵੇਖੀ ਇਹ ਤੇ ਡਿਊਟੀ ਇਮਾਨਦਾਰੀ ਨਾਲ ਹੀ ਹੁੰਦੀ ਹੈ ਹੋਰ ਤਾਂ ਹੈ ਨਹੀਂ ਇਹ ਤੇ ਹੈ ਨਹੀਂ ਵੀ ਹੁਣ ਟਰੂਡੋ ਸਾਹਿਬ ਹਰੇਕ ਦੇ ਨਾਲ ਤੁਰੇ ਫਿਰਦੇ ਆ ਯਾਰ ਮੈਂ ਐਡਾ ਵੱਡਾ ਕੈਨੇਡਾ ਵੀ ਇੱਕ ਥਾਂ ਤੋਂ ਦੂਜੀ ਥਾਂ ਜਹਾਜ਼ ਤੇ ਵੀ ਚੜਦੇ ਤਾਂ ਵੀ 6-7 ਘੰਟੇ ਲੱਗ ਜਾਂਦੇ ਪਾਰ ਕਰਦਿਆਂ ਕਰਦਿਆਂ ਵੀ ਆਖਣ ਓਹ ਹੋ ਹੋ ਮੈਂ ਤਾਂ ਇਧਰ ਆਟੋ ਆ ਬੈਠਾ ਸੀ ਉਧਰ ਓ ਵਿਕਟੋਰੀਆ ਵਾਲੀ ਸਾਈਡ ਦੇ ਉੱਪਰ ਇਹ ਸੜਕ ਦੇ ਉੱਪਰ ਇਦਾਂ ਕਿਦਾਂ ਹੋ ਗਿਆ ਜ ਕਹਾਂ ਤੂੰ ਪਾਵੇ ਆ ਵੀ ਜਿੱਥੇ ਜਿੱਥੇ ਜਿਹਦੀ ਜਿਹਦੀ ਡਿਊਟੀ ਜੀ ਆਪਣਾ ਬੰਦਾ ਉਸ 7-8 ਘੰਟੇ ਦੇ ਕੰਮ ਨੂੰ ਹੀ ਇਮਾਨਦਾਰੀ ਨਾਲ ਕਰ ਲਵੇ ਤਾਂ ਵੀ ਬਹੁਤ ਕੁਝ ਸੈੱਟ ਹੋ ਸਕਦਾ ਨਹੀਂ ਇਹਦੇ ਵਿੱਚ ਕੋਈ ਦੁਰਾਏ ਨਹੀਂ ਬਾਕੀ ਸੰਧ ਵਾਲੀਆ ਸਭ ਕਈ ਅਸਾਮੀਆਂ ਖਾਲੀ ਹੁੰਦੀਆਂ ਉਹਦਾ ਤਾਂ ਨਹੀਂ ਆਪਾਂ ਕਹਿੰਦੇ ਪਰ ਜਿੱਥੇ ਬੰਦਾ ਜਾਂ ਕੋਈ ਬੀਬੀ ਸਾਹ ਲੈਂਦੀ ਹੈ ਬੁੱਧੀ ਤੇ ਬਿਵੇ ਕੰਮ ਕਰਦਾ ਤੇ ਤਨਖਾਹ ਲੈਂਦੀ ਹੈ ਡਿਊਟੀ ਆਪਣੀ ਪੂਰੀ ਕਰੀਏ ਅਸੀਂ ਆਪਣੇ ਕਰ ਲਈ ਕੋਈ ਬੰਦਾ ਇੱਥੇ ਦਫ਼ਤਰ 'ਚ ਕੰਮ ਕਰਦਾ ਉਹਦੇ ਲਈ ਫਿਰ ਆਪਣੇ ਆਪਾਂ ਦੀਆਂ ਸਮੱਸਿਆਵਾਂ ਦਾ ਦੂਰ ਹੋ ਗਈਆਂ ਉਹਦੀਆਂ ਬਾਕੀ ਆਪੇ ਕਰ ਲਾਂਗੇ ਮੰ ਲਾਦਾ ਆਦੀਆਂ ਸਮੱਸਿਆਵਾਂ ਦੂਰ ਹੁੰਦੀਆਂ ਤੇ ਪਾ ਨਹੀਂ ਆ ਕਿਉਂਕਿ ਇਹ ਸਮੱਸਿਆਵਾਂ ਦੇ ਆਪਾਂ ਨਾਲ ਹੀ ਲੈ ਜਾਂਦੇ ਹਾਂ ਜੇ ਭੈਣ ਜੀ ਹੁੰਦੀਆਂ ਤੇ ਉਹਨਾਂ ਨੇ ਸਮੱਸਿਆ ਪਰਛੇ ਚ ਪਾਈ ਹੁੰਦੀ ਹੈ ਜੀ ਭਾਜੀ ਹੁਣਾਂ ਜੇਬ ਚ ਪਾਈ ਹੁੰਦੀ ਹੈ ਉਹਦਾ ਨਾਂ ਆ ਮੋਬਾਈਲ ਕਿਉਂਕਿ ਜਿੱਥੇ ਚਲੇ ਜਾਣਾ ਉੱਥੇ ਮਗਰੋਂ ਖੜਕੀ ਜਾਣਾ ਉਹ ਜਾਣੇ ਵੀ ਗੱਲ ਆ ਜੇ ਉੱਥੇ ਜਾ ਕੇ ਆਪਣੇ ਕੰਮ ਤਾਂ ਦੇ ਦੀ ਕਰਨੇ ਹੁੰਦੀ ਹੈ ਇੱਕ ਰਾਂ ਪਿੱਛੋਂ ਨਾਲ ਦੀ ਨਾਲ ਹੀ ਘੰਟੀ ਖੜ ਗਈਣੀ ਤੇ ਉਦੋਂ ਬਾਅਦ ਨਾਲ ਹੀ ਮੱਥੇ ਤੇ ਤਿਉੜੀਆਂ ਹਾਏ ਹਾਏ ਇੱਥੇ ਹੁਣ ਮੈਂ ਟੰਗਿਆਂ ਆ ਇੱਥੇ ਮੈਂ ਮਾ ਜੇ ਆ ਸਿਆਪਾ ਕਰਾਂ ਕਿ ਉਹ ਕਰਾਂ ਹਨ ਉਹਦੇ ਵਿੱਚ ਕਾਰਨ ਹੈ ਵੀ ਇਹ ਤੇ ਹੋ ਨਹੀਂ ਸਕਦਾ ਵੀ ਉਹ ਘੜੀ ਜਿਹੜੀ ਸਾਹਮਣੇ ਲੱਗੀ ਰੁਕ ਜੇ। ਵੀ ਨਹੀਂ ਯਾਰ ਸਾਡਾ ਫੋਨ ਆਇਆ। 5 ਮਿੰਟ ਰੋਕੋ ਜਦੋਂ ਇਹਨਾਂ ਦਾ ਮੂਹ ਠੀਕ ਹੁੰਦਾ ਆਪਾਂ ਉਤਬਾਰ ਫੇਰ ਟਾਈਮ ਸ਼ੁਰੂ ਕਰਾਂ। ਟੰ 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 ਹਣਾ ਤੁਹਾਡੀ ਗੱਲ ਤੋਂ ਮੈਨੂੰ ਚੇਤਾ ਆਇਆ। ਅੱਗੇ ਨਾ ਸਮਾਂ ਦੇ ਦੇਣਾ। ਕਿਸੇ ਮੰਨ ਲਓ ਕਿ 10ਵੀਂ ਪਾਸ ਕੀਤੀ ਤੁਸੀਂ। 11ਵੀਂ 'ਚ ਦਾਖਲ ਹੋਣਾ ਤੁਸੀਂ ਸਮਾਂ ਦੇ ਦੇਣਾ ਕੋਈ ਦੋਸਤ ਤੁਹਾਡਾ ਹੋਰ ਪਿੰਡ ਦਾ। ਆਪਾਂ 12:00 ਵਜੇ ਨਾਲ ਬੱਸ ਅੱਡੇ ਤੇ ਮਿਲਦੇ ਆਂ ਫਿਰ ਉਥੋਂ ਗਾ ਕਾਲਜ ਇਕੱਠੇ ਜਾਵਾਂਗੇ ਪ੍ਰੋਸਪੈਕਟਸ ਲੈ ਕੇ ਆਵਾਂਗੇ। ਜਾਂ ਕਿਤੇ ਹੋਰ ਥਾਂ ਜਾਣਾ ਹੈ ਆਪਾਂ ਇਦਾਂ ਕਰਦੇ ਆਂ 1 ਉਦੋਂ ਲੱਭ ਲਈਦਾ ਸੀ ਇੱਕ ਦੂਜੇ ਨੂੰ ਪਤਾ ਹੀ ਹੁੰਦਾ ਇੱਥੇ ਹੀ ਬੈਜ ਨੇ ਆ ਬੰਨ ਹੁਣ ਉਦੋਂ ਤਿਉੜੀਆਂ ਨਹੀਂ ਸੀ ਪੈਂਦੀਆਂ ਮੱਥੇ ਤੇ ਬੰਦਾ ਗੁੱਸੇ 'ਚ ਨਹੀਂ ਸੀ ਆਉਂਦਾ ਦੋਨਾਂ ਕੋ ਹੁਣ ਮੋਬਾਈਲ ਹੁੰਦੇ ਆ ਉਹ ਐਦਾਂ ਲੱਗੇ ਲੱਖੜੇ ਯਾਰ ਤੂੰ ਕਿੱਥੇ ਆ ਉਹ ਇੱਥੇ ਹੀ ਆ ਮੈਂ ਜਿੱਥੇ ਆ ਕਾਲੀ ਪੱਗ ਬਨ ਕੇ ਸਰਦਾਰ ਜੀ ਦੁਰੇ ਜਾਂਦੇ ਆ ਆ ਜਿੱਥੇ ਆ ਭਾਈ ਸਾਹਿਬ ਨੇ ਟੋਪੀ ਲਈ ਆ ਆ ਜਿੱਥੇ ਯਾਰ ਤਿੰਨ ਚਾਰ ਬੀਬੀਆਂ ਇਹਦੇ ਬੈਂਚ ਤੇ ਬੈਠੀਆਂ ਤੂੰ ਲੈ ਚ ਹੈ ਕਿੱਥੇ ਤੂੰ ਮੰਦਿਰ ਉਹ ਇਧਰਲੇ ਪਾਸੇ ਤੁਰ ਰਹਿ ਰਹੇ ਤਾਂ ਇੱਧਰ ਇੱਕ ਦੂਜੇ ਨਾਲ ਲੜੀ ਜਾਣਗੇ ਜਾਂ ਦੋ ਮਿੰਟ ਹੋਰ ਲੱਗ ਜਾਣਗੇ ਬਾਦੂ ਯਾਨੀ ਕਿਤੇ ਨਾ ਕਿਤੇ ਸਾਡੇ ਮਨ ਚ ਗੁੱਸਾ ਵਧ ਗਿਆ ਨਹੀਂ ਇਹ ਇਹ ਚੀਜ਼ਾਂ ਵਿਚਾਰਨ ਵਾਲੀਆਂ ਦੇਖੋ ਜੀ ਬੇਨਤੀ ਅਸੀਂ ਹਰ ਰੋਜ਼ ਉਹ ਬੇਨਤੀ ਕਰਦੇ ਹਾਂ ਹੁਣ ਜਿਹੜੀ ਬੇਨਤੀ ਆਪਣੇ ਹੱਥ ਵਾਸੇ ਕਿਉਂਕਿ ਇੱਕ ਤੇ ਉਹ ਹੁੰਦਾ ਕਿ ਵੀ ਆ ਫਲਾਨੀ ਫਲਾਨੀ ਚੀਜ਼ ਦੀ ਸਹੂਲਤ ਤਾਂ ਨਹੀਂ ਸਰਕਾਰ ਰੋਲ ਦੋ ਹੈ ਨਹੀਂ ਜਿਹੜੀ ਸਹੂਲਤ ਨਹੀਂ ਹੈਗੀ ਜਿਹੜਾ ਜਮਾ ਸਰਕਾਰ ਦਾ ਸਰਕਾਰ ਨੂੰ ਕਿਹਾ ਜਾਵੇ ਜੀ ਪਰ ਜਿਹੜਾ ਜਿਹੜਾ ਕੰਮ ਬੰਦਾ ਆਪਣੇ ਤੌਰ ਤੇ ਸੈੱਟ ਕਰ ਸਕਦਾ ਪਹਿਲਾਂ ਉਹਨੂੰ ਕਰ ਲਵੇ ਕਿਉਂਕਿ ਜਦੋਂ ਆਪਾਂ ਆਪ ਸੈੱਟ ਕਰ ਲਿਆ ਫਿਰ ਜਦੋਂ ਬੰਦਾ ਕੁਐਸਚਨ ਚੁੱਕੂਗਾ ਜਾਂ ਕਿਸੇ ਨੂੰ ਸਵਾਲ ਕਰੂਗਾ ਤੇ ਫਿਰ ਉਹਦੇ ਸਵਾਲ 'ਚ ਵਜ਼ਨ ਹੋਊਗਾ ਵੀ ਮਹਾਰਾਜ ਆ ਦੇਖੋ ਮੈਂ ਆਪਣੇ ਵਾਲਾ ਕ ਆ ਤੋੜਿਆ ਕਰਕੇ ਆ ਕੰਮ ਫਸਿਆ ਤੇ ਜੇ ਕੱਲ ਨੂੰ ਕੋਈ ਪੇਚਾ ਪੈਗਾ ਜ਼ਿੰਮੇਵਾਰੀ ਤੁਹਾਡੀ ਫਿਰਨਾ ਕਿਉਂ ਦੱਸੇ ਨਾ ਨਹੀਂ ਨਹੀਂ ਇਹ ਬਹੁਤ ਜ਼ਰੂਰੀ ਆ ਬਾਕੀ ਜੇ ਕਿਸੇ ਲੀਡਰ ਨੂੰ ਇਹ ਲੱਗਦਾ ਬਹੁਤ سارے ਲੀਡਰ ਪੰਜਾਬ ਚ ਨਵੇਂ ਐਮਐਲਏ ਬਣੇ ਨੇ ਐਮਪੀ ਵੀ ਕਈ ਨਵੇਂ ਬਣਦੇ ਆ ਜੇ ਕਿਸੇ ਨੂੰ ਲੱਗਦਾ ਲੈ ਇੱਥੇ ਕੋਈ ਪੁੱਛਦਾ ਇੱਥੇ ਨਹੀਂ ਕੋਈ ਪੁੱਛਦਾ ਆ ਪਹਿਲੇ ਵੀ ਖਾਂਦੇ ਹੀ ਰਹੇ ਆ ਚਾਰ ਪੈਸੇ ਇਕੱਠੇ ਕਰੀ ਅਗਲੀ ਇਲੈਕਸ਼ਨ ਨਹੀਂ ਲੜਨੀ ਜਿੱਥੋਂ ਆਉਂਦੇ ਉੱਥੋਂ ਇਕੱਠੇ ਕਰੀਏ ਭਾਈ ਥੋੜਾ ਜਿਹਾ ਸਹਿਜ ਨਾ ਥੋੜਾ ਜਿਹਾ ਆਸਾ ਹਕਤਾਬ ਦੇ ਨਾਲ ਜੇ ਸਾਡੇ ਤੇ ਨਹੀਂ ਯਕੀਨ ਤਾਂ ਉਹ ਪ੍ਰਕਾਸ਼ ਚਟਾਲੇ ਨੂੰ ਦੇਖ ਲਓ 87 ਸਾਲ ਦਾ ਬਜ਼ੁਰਗ ਬੰਦਾ ਮੁੱਖ ਮੰਤਰੀ ਰਿਆ ਹਰਿਆਣਾ ਦਾ ਕਿਹੜੀ ਪੋਸਟ ਹੈ ਜਿਹਦੇ ਉੱਤੇ ਓਮਪ੍ਰਕਾਸ਼ ਚਟਾਲੇ ਨੇ ਜਾ ਕੇ ਰਾਜਨੀ ਕੀਤਾ ਹੁਣ ਇੰਡੀਅਨ ਨੈਸ਼ਨਲ ਲੋਕਦਲ ਦਾ ਕਰਤਾ ਤਰਤਾ 87 ਸਾਲ ਦਾ ਆ 10 ਸਾਲ ਦੀ ਕੈਦ ਪਹਿਲਾਂ ਜੀਬੀਟੀ ਟੀਚਰ ਅਧਿਆਪਕ ਭਰਤੀ ਘੁਟਾਲੇ ਦੇ ਵਿੱਚ ਭੁਗਤ ਲਈ ਹੁਣ ਉਹਨੂੰ ਬਾਅਦ ਵਿੱਚ ਅਦਾਲਤ ਨੇ ਕਿਹਾ ਸੀ ਕਿ ਜਿੰਨੇ ਤੇਰੇ ਵਸੀਲੇ ਨੇ ਆਮਦਨ ਦੇ ਆਮਦਨ ਉਹਦੇ ਤੋਂ ਪੂਰਾ ਖ ਵੱਧ ਜਾਪਦੀ ਹੈ ਚਟਾਲਾ ਸਾਹਿਬ ਇਦਾਂ ਨਹੀਂ ਤੁਸੀਂ ਦੋਸ਼ੀ ਕਰਾਰ ਨੂੰ ਤੇ ਤੁਹਾਨੂੰ ਸਜਾ ਸੁਣਾਵਾਂਗੇ ਉਹਨਾਂ ਦੇ ਵਕੀਲਾ ਨੇ ਕਿਹਾ ਜੀ ਬਜ਼ੁਰਗ 87 ਸਾਲ ਦਾ ਕੱਪੜੇ ਵੀ ਆਪ ਨਹੀਂ ਪਾ ਸਕਦਾ 90 ਫੀਸਦੀ ਦਿਵਿਆਂਗ ਹੈ ਜਾਨੀ ਕਿ ਅੰਗ ਹੀ ਨਹੀਂ ਹੈ ਇਸ ਕਰਕੇ ਅਸੀਂ ਮੈਡੀਕਲ ਰਿਪੋਰਟ ਤੁਹਾਨੂੰ ਦੇਣਾ ਚਾਹੁੰਦੇ ਆ ਉਹ ਟੈਸਟਾਂ ਟੁਸਟਾਂ ਦੇ ਲਈ ਸਾਨੂੰ 10 ਦਿਨ ਦਾ ਸਮਾਂ ਦੇ ਦਿਓ ਉਹ ਕਹਿੰਦੇ ਜੀ ਇਹ ਵੀ ਗੱਲ ਤੁਹਾਡੀ ਠੀਕ ਹੈ ਕਿ 87 ਸਾਲ ਦੇ ਨੇ ਇਹ ਵੀ ਗੱਲ ਤੁਹਾਡੀ ਠੀਕ ਹੈ ਕਿ ਇਹਨਾਂ ਦੇ ਟੈਸਟ ਹੋਣੇ ਚਾਹੀਦੇ ਆ ਸਾਰੀਆਂ ਗੱਲਾਂ ਤੁਹਾਡੀਆਂ ਠੀਕ ਨੇ ਟੈਸਟ ਆਪਾਂ ਕਰਾਵਾਂਗੇ ਜ਼ਰੂਰ ਪਰ ਇਹਨਾਂ ਨੂੰ ਜੇਲ੍ਹ ਭੇਜੋ ਉੱਥੋਂ ਕਰਾਵਾਂਗੇ ਹਮ ਹੁਣ ਤੁਸੀਂ ਦੇਖੋ 10 ਸਾਲ ਦੀ ਕੈਦ ਭੁਗਤਣ ਤੋਂ ਬਾਅਦ 4 ਸਾਲ ਦੀ ਕੈਦ ਹੋਰ ਬੋਲ ਗਈ ਤੇ ਅਗਲੇ ਕਹਿੰਦੇ ਜੋ ਮਰਜ਼ੀ ਆ ਗਲਤੀ ਕੀਤੀ ਐ ਤਾਂ ਫਿਰ ਤੁਹਾਨੂੰ ਜੇਲ੍ਹ ਦੇ ਅੰਦਰ ਜਾਣਾ ਪਊਗਾ ਮੌਜੂਦਾ ਲੀਡਰ ਇਸ ਗੱਲ ਦਾ ਧਿਆਨ ਰੱਖਣ ਚੋਟਾਲਾ ਸਾਹਿਬ ਦਾ ਇਹ ਗੁਨਾਹ ਜਿਹਨੂੰ ਅਦਾਲਤ ਨੇ ਕਿਹਾ ਕਿ ਇਹਨਾਂ ਨੇ ਕੀਤਾ ਐ ਅੱਜ ਦਾ ਨਹੀਂ ਹੈ ਉਦੋਂ ਦਾ ਹੈ ਜਦੋਂ ਇਹਨਾਂ ਨੂੰ ਲੱਗਦਾ ਹੀ ਨਹੀਂ ਸੀ ਕਿ ਪਾਈ ਕਦੀ ਅਸੀਂ ਅੰਦਰ ਵੀ ਜਾ ਸਕਦੇ ਆ ਮਤਲਬ ਜਦੋਂ ਇੱਕ ਸ਼ਬਦ ਵਰਤਦੇ ਆ ਆਪਣੇ ਵੀ ਤੂਤੀ ਹੂੰ ਉਹ ਬੋਲਦੀ ਸੀ ਪੂਰੇ ਹਰਿਆਣੇ 'ਚ ਜੀ ਹੈਨਾ ਉਸ ਵੇਲੇ ਦੀਆਂ ਗੱਲਾਂ ਨੇ ਦੂਜੀ ਗੱਲ ਇਹ ਵੀ ਹੈ ਨਾ 4 ਸਾਲ ਦਾ ਤਾਂ ਚਲੋ ਹੈਗਾ ਹੈਗਾ ਨਾਲ ਮੇਰੇ ਖਿਆਲ ਅੱਧਾ ਇੱਕ ਕਰੋੜ ਕਹਿੰਦੇ ਵੀ ਜੁਰਮਾਨਾ ਵੀ ਲੈਣਾ ਤੁਹਾਡੇ ਕੋਲੋਂ ਕੋ ਬਹੁਤਾ ਨਹੀਂ ਹੈਗਾ ਅੱਧਾ ਇੱਕ ਕਰੋੜ 50 ਲੱਖ ਸੋ ਉਹ ਵੀ ਨਾਲ ਉਹਨਾਂ ਨੂੰ ਭਰਨਾ ਪੈਣਾ ਸੋ ਕਹਿਣ ਤੋਂ ਭਾਵੇਂ ਆ ਜੀ ਕਿ ਵੀ ਜਿਹੜਾ ਬੰਦਾ ਜਿੱਥੇ ਕਿਤੇ ਵੀ ਕੋਈ ਕਰਦਾ ਜੇ ਕਾਨੂੰਨ ਆਪਣੇ ਹਿਸਾਬ ਨਾਲ ਚੱਲਣ ਲੱਗ ਜਾਵੇ ਤੇ ਫਿਰ ਉਹ ਦਾੜ ਥੱਲੇ ਆਉਂਦਾ ਜਰੂਰ ਹੁਣ ਜੀ ਬਈ ਸਿੰਘਲਾ ਸਾਹਿਬ ਦੀ ਆਪਾਂ ਗੱਲ ਕਰ ਲਈ ਪਹਿਲਾਂ ਪੁਲਿਸ ਰਿਮਾਂਡ ਤੇ ਸੀ ਤੇ ਹੁਣ ਉਹ ਖਤਮ ਹੋਇਆ ਤੇ ਉਸ ਤੋਂ ਬਾਅਦ ਫਿਰ ਉਹਨੂੰ ਜੁਡੀਸ਼ੀਅਲ ਰਿਮਾਂਡ ਤੇ ਭੇਜਿਆ 14 ਦਿਨਾਂ ਵਾਲੀ ਮਤਲਬ 10 ਜੂਨ ਤੱਕ ਅਪ੍ਰੋਕਸੀਮੇਟਲੀ ਰੋਪੜ ਵਾਲੀ ਜੇਲ੍ਹ ਦੇ ਵਿੱਚ ਤੇ ਉਹ ਵੈਸੇ ਤੇ ਕਹਿੰਦੇ ਆ ਵੀ ਮੇਰੀ ਪਾਰਟੀ ਦੇ ਖਿਲਾਫ ਤੇ ਮੇਰੇ ਖਿਲਾਫ ਸਾਜ਼ਿਸ਼ ਹੈ ਪਾਕ ਸਾਫ ਹੋ ਕੇ ਸੀ ਨਿਕਲਾਂਗੇ ਪਰ ਅਦਾਲਤ ਕਹਿੰਦੀ ਹੈ ਵੀ ਅਸੀਂ ਆਪਣਾ ਕੰਮ ਕਰਨਾ ਸਾਡੇ ਕੋਲ ਸਬੂਤ ਪ੍ਰੂਫ ਹੈਗੇ ਦੇਖੋ ਗੱਲ ਇਦਾਂ ਸੰਧਾਲੀਆ ਸਾਹਿਬ ਕਿ ਉਹ ਅਬਾਦਤ ਨੇ ਵੀ ਕਿਹਾ ਕਿ ਥੋੜੇ ਵਾਇਸ ਸੈਂਪਲ ਜਿਹੜੇ ਆ ਅਦਾਲਤ 'ਚ ਪੁਲਿਸ ਵਾਲਿਆਂ ਨੇ ਕਿਹਾ ਸੀ ਕਿ ਇਹਨਾਂ ਦੀ ਆਵਾਜ਼ ਦੀ ਰਿਕਾਰਡਿੰਗ ਆ ਇਹਨਾਂ ਦੀ ਆਵਾਜ਼ ਦੇ ਨਮੂਨੇ ਦਿਓ ਜੀ ਨਮੂਨੇ ਮਿਲਣਗੇ ਫਿਰ ਅਸੀਂ ਉਹਨਾਂ ਦੇ ਨਾਲ ਮਿਲ ਕੇ ਦੇਖ ਲਵਾਂਗੇ ਇਹੇ ਬੋਲਦੇ ਸੀ ਉਹ ਕਹਿੰਦੇ ਜੀ ਲੈ ਲੈ ਨਮੂਨੇ ਗੱਲ ਕਿਹੜੀ ਆ ਸਹਿਮਤੀ ਦਿੱਤੀ ਪਰ ਹੁਣ ਤੁਸੀਂ ਦੇਖੋ ਕਿ ਉਹ ਜਾਂਦੇ ਜਾਂਦੇ ਫਿਰ ਕਹਿ ਗਿਆ ਪੱਤਰ ਕਹਿੰਦੇ ਮੈਂ ਨਿਰਦੋਸ਼ ਹਾਂ ਮੈਨੂੰ ਸਾਜ਼ਿਸ਼ਾਂ ਫਸਾਇਆ ਗਿਆ ਮੈਨੂੰ ਪਾਰਟੀ ਤੇ ਵੀ ਭਰੋਸਾ ਮੈਨੂੰ ਸਰਕਾਰ ਤੇ ਵੀ ਭਰੋਸਾ ਮੈਨੂੰ ਜੁਡੀਸ਼ਰੀ ਤੇ ਵੀ ਭਰੋਸਾ ਤੁਸੀਂ ਦੇਖਿਓ ਕਹਿੰਦੇ ਜੀ ਕਲੀਨ ਚਿੱਟ ਮਿਲਣੀ ਆ ਮੈਨੂੰ ਕਲੀਨ ਚਿੱਟ ਤੋਂ ਬਾਅਦ ਮੈਂ ਬਾਹਰ ਆ ਜਾਣਾ ਗੱਲੇ ਹੀ ਕੋਈ ਨਹੀਂ ਹੈਗੀ ਹੁਣ ਰੋਪੜ ਭੇਜ ਦਿੱਤੇ ਆ ਠੀਕ ਹੈ ਜਿੱਦਣ ਆਵਾਜ਼ਦਾਨ ਨਮੂਨਾ ਉਹਨਾਂ ਦਾ ਲੈਣਾ ਹੋਊਗਾ ਉਦੋਂ ਲੈ ਲੈਣਗੇ ਭਾਂਜਾ ਵੀ ਉਹ ਕਹਿੰਦੇ ਜੀ ਮੁਹੱਲਾ ਕਲੀਨਿਕ ਬਣਾਉਣ ਦਾ ਜਿਹੜਾ ਠੇਕਾ ਕੰਟਰੈਕਟ ਟੈਂਡਰ ਜਿਹਨੂੰ ਦਿੱਤਾ ਗਿਆ ਉਹਦੀ ਬਹੁਤ ਬਰੀਕੀ ਦੇ ਨਾਲ ਅੱਖਰ ਅੱਖਰ ਦੀ ਪੈਣੀ ਪੈਣੀ ਦੀ ਇੱਕ ਇੱਕ ਪੈਸੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਅਗਸਤ ਦੀ 15 ਤਰੀਕ ਨੂੰ ਮੁਹੱਲਾ ਕਲੀਨਿਕ ਨੇ ਖੋਲਣੇ ਆ 75 ਖੋਲਣੇ ਆ ਤੇ ਉਹ 75 ਮੁਹੱਲਾ ਕਲੀਨਿਕ ਜਿਹੜੀ ਕੰਪਨੀ ਨੇ ਬਣਾਉਣੇ ਆ ਜਾਂ ਜਿਹਨੂੰ ਠੇਕਾ ਕੁਛ ਦਿੱਤਾ ਗਿਆ ਹੋਊਗਾ ਕਿਤੇ ਉਹਦੇ ਵਿੱਚ 1% 2% ਜਾਂ ਸਵਾ% ਦਾ ਕੋ ਕੰਮ ਤਾਂ ਨਹੀਂ ਚੱਲਿਆ ਐਨ ਜੰਗੀ ਪੱਧਰ ਦੇ ਉੱਤੇ ਚੱਲ ਰਿਹਾ ਜੀ ਕੰਮ ਇਹ ਚੰਗੀ ਗੱਲ ਹੈ ਆ ਦੇਖੋ ਮੈਨੂੰ ਇੱਕ ਗੱਲ ਤੇ ਜਾਪਦੀ ਹੈ ਵੀ ਇਹ ਕਿਉਂਕਿ ਉਧਰੋਂ ਅਜੇ ਸ਼ੁਰੂਆਤ ਹੋਈ ਸੀ ਇਧਰੋਂ ਇਹ ਪਵਾੜਾ ਪੈ ਗਿਆ ਤੇ ਕਿਸੇ ਵੇਲੇ ਹੁੰਦਾ ਨਾ ਵੀ ਜਿਹੜਾ ਪ੍ਰਾਣੀ ਆਦ ਦੇ ਹਿਸਾਬ ਨਾਲ ਉਹ ਕਹਿੰਦਾ ਕਿੰਦਾ ਆਈ ਮਿਸਤਰੀ ਸਾਹਿਬ ਬਣਾਈ ਜਾਂਨੇ ਉਹ ਕਹਿੰਦਾ ਬਣਾਈ ਜਾਂਨੇ ਕਿੰਨੇ ਚੱਲਦਾ ਫਿਰ ਕਹਿੰਦਾ ਇਹ 10 1 ਚੱਲੀ ਜਾਂਦਾ ਉਹ ਤੇਰਾ ਪਰ 10 1 ਥੋੜਾ ਚਲਾਉਣਾ ਆਪਾਂ 3 1 ਉਥੇ ਲਿਖ ਦੇ ਦਿੱਤਾ ਵਾ ਤੋਂ 4 1 ਕਰ ਲਓ ਗਗੂ ਹੈ ਨਾ ਹੁਣ ਹੋ ਸਕਦਾ ਵੀ ਉਸ ਤਮਾਕੀ ਦਾ ਕਰਕੇ ਜਿੱਥੇ ਜੋ ਰਿਕਾਰਡ ਚ ਜਿਵੇਂ ਦਰਜ ਆ ਪਈ ਇੱਥੇ ਸੀ ਮਟੈਨ 1 ਦਾ ਲੱਗੂਗਾ ਇੱਥੇ ਹੀ 1 ਦਾ ਲੱਗੂਗਾ ਇੱਥੇ 8 ਐਸ ਗ੍ਰੇਡ ਦੀ ਲੱਗੂਗੀ ਇੱਥੇ ਪਲਸ ਉਹ ਮੈਨੂੰ ਲੱਗਦਾ ਵਿਆਸ ਕਰਦੇ ਆ ਵੀ ਸ਼ਾਇਦ ਹੁਣ ਠੀਕ ਬਣ ਜਵੇ ਬਾਕੀ ਤੇ ਇਸ ਤੋਂ ਪਹਿਲਾਂ ਆਪਾਂ ਵੇਖਦੇ ਹੁੰਦੇ ਆ ਵੀ ਹੁਣ ਬੜੀ ਹੈਰਾਨੀ ਬੜੀ ਬੜਾ ਸਵਾਲ ਹੈ ਚੁੱਕਿਆ ਜਾਂਦਾ ਨਾ ਆਪਾਂ ਇੱਧਰ ਵੀ ਦੇਖਦੇ ਆ ਵੀ ਸਦੀ ਸਦੀ ਤੋਂ ਵੱਧ ਪੁਰਾਣੀਆਂ ਬਿਲਡਿੰਗਾਂ ਚੰਗੀਆਂ ਭਲੀਆਂ ਬਈਆਂ ਲੋਕ ਰਹਿੰਦੇ ਉਹਦੇ ਚ ਜੀ ਜੇ ਆਪਾਂ ਆਪਣੇ ਉਧਰ ਪਿੰਡਾਂ ਚਲੇ ਜਾਈਏ ਤੇ ਜੇ ਘਰਾਂ ਦੀ ਗੱਲ ਕਰ ਲਈਏ ਤੇ ਆਮ ਹੈ ਆਪਾਂ ਨੂੰ 60 70 ਸਾਲ ਪੁਰਾਣੇ ਘਰ ਦੇਸ ਦੇ ਲੋਕ ਉਹਨਾਂ ਚ ਰਹਿੰਦੇ ਆ ਤੇ ਜਿਹੜੀ ਸਰਕਾਰੀ ਬਿਲਡਿੰਗ ਉਹਨੂੰ ਪਤਾ ਨਹੀਂ 15 ਸਾਲ ਕੱਢਦੀ 16ਵੇਂ ਸਾਲ 'ਚ ਬੰਦਾ ਤੇ ਸਗੋਂ ਗਬਰੂ ਹੁੰਦਾ ਉਹ 16ਵੇਂ ਸਾਲ ਦੇ ਟਿਕ ਜੂ ਟਿਕ ਜੂ ਕਰ ਦਿੰਦੀ ਉਹ ਫਿਰ ਉੱਥੇ ਕਹਿੰਦੇ ਕਹਿੰਦੇ ਹੁਣ ਸੇਵਾ ਕਰ ਲਓ ਇਹਦੀ ਹਨਾ ਵੀ ਅੰਦਰ ਉੱਥੇ ਲਿਖਿਆ ਹੁੰਦਾ ਇਹ ਇਮਾਰਤ ਅਸੁਰੱਖਿਤ ਐਲਾਨੀ ਗਈ ਹੈ ਇਸ ਇਮਾਰਤ ਦੇ ਵਿੱਚ ਨਾ ਰਿਆ ਜਾਵੇ ਇੱਥੇ ਕੋਈ ਵੀ ਕੰਮ ਨਾ ਕੀਤਾ ਜਾਵੇ ਨਹੀਂ ਤਾਂ ਜ਼ਿੰਮੇਵਾਰ ਤੁਸੀਂ ਆਪ ਹੋਵੋਗੇ ਉਹ ਹੁਣ ਗੱਲ ਦੂਸਰੇ ਪਾਸੇ ਨੂੰ ਤੋਰ ਲੈਂਦੇ ਬਾਕੀ ਸੰਧਾਲੀਆ ਸਭ ਲੀਡਰਸ਼ਿਪ ਚਾਹੇ ਸੱਤਾਧਾਰੀ ਆ ਚਾਹੇ ਜਿਹੜੀ ਮਰਜੀ ਆ ਬਹੁਤ ਧਿਆਨ ਨਾਲ ਨਾ ਕਿਸੇ ਨੂੰ ਦਬਕਾ ਮਾਰਨਾ ਨਾ ਕਿਸੇ ਤੇ ਥੱਪੜ ਮਾਰਨਾ ਨਾ ਰੁਪਈਏ ਖਾਣੇ ਕੁਝ ਨਹੀਂ ਕਰਨਾ ਲਾਲੂ ਪ੍ਰਸਾਦ ਯਾਦਵ ਨੂੰ ਵੀ ਤੇ ਕਿਸੇ ਵੇਲੇ ਇਹੀ ਲੱਗਦਾ ਹੁੰਦਾ ਕਿ ਹਮਕੋ ਹਮਕੋ ਕੌਣ ਜੇਲ੍ਹ ਵਿੱਚ ਅੰਦਰ ਡਾਲੇਗਾ ਉਹ ਹੁਣ ਲਾਲੂ ਪ੍ਰਸਾਦ ਯਾਦਵ ਸਾਹਿਬ ਨੂੰ ਉਹ ਮੜਿਆ ਛੱਡਦੇ ਆ ਫੇਰ ਅੰਦਰ ਆ ਜਾਂਦੇ ਆ ਮੜਿਆ ਛੱਡਦੇ ਆ ਫੇਰ ਅੰਦਰ ਆਏ ਚਟਾਲਾ ਸਾਹਿਬ ਦਾ ਜ਼ਿਕਰ ਆਪਾਂ ਕਰ ਲਿਆ ਉਹ ਪਰਲੇ ਪਾਸੇ ਇੱਕ ਬੰਦਾ 1984 ਵਾਲੇ ਕੇਸ ਦੇ ਵਿੱਚ ਵੀ ਅੰਦਰ ਹੈ ਤੇ ਉਦੋਂ ਤੱਕ ਉਹਨੇ ਅੰਦਰ ਰਹਿਣਾ ਜਦੋਂ ਤੱਕ ਉਹਦਾ ਆਖਰੀ ਸਾਹ ਆਇਆ ਬੜੀਆਂ ਲੇਲੜੀਆਂ ਗੱਡੀਆਂ ਉਹਨੇ ਪਿਛਲੇ ਸਮੇਂ ਮੈਂ ਜੀ ਨਿਆਣੇ ਨੂੰ ਮਿਲਣਾ ਮੈਂ ਜੀ ਨਿਆਣੇ ਮੇਰੇ ਨਾਲ ਹੀ ਰਹਿੰਦੇ ਉਹ ਕਿਤੇ ਕੋਈ ਗੱਲ ਨਹੀਂ تیرਨੇ ਰਹਿੰਦੇ ਉਹਨਾਂ ਕੇ ਪਰ ਪਹਿਲਾਂ ਥੋੜਾ ਜਿਹਾ ਨਾ ਅਗਲੇ ਪਾਸੇ ਨੂੰ ਮੜੀਆ ਕੁੰਡਾ ਲਾਉਣਾ ਇਹਦੇ ਤੋਂ ਇਲਾਵਾ ਵੀ ਬੜੇ ਬੰਦੇ ਨੇ ਜਿਹੜੇ ਕਿ ਹੁਣ ਅੰਦਰਲੇ ਪਾਸੇ ਚਲੇ ਜਾਂਦੇ ਆ ਇਸ ਕਰਕੇ ਲੀਡਰ ਹੋਣ ਦਾ ਮਤਲਬ ਕਾਨੂੰਨ ਤੋਂ ਉੱਪਰ ਨਹੀਂ देर ਲੱਗਦੀ ਜ਼ਰੂਰ ਹੈ ਪਰ ਬੰਦਾ ਅੜਕੇ ਆ ਜਾਂਦਾ ਇੱਥੇ ਇਹ ਆਉਂਦਾ ਜੀ ਇਹਦੇ ਆਪਾਂ ਦੋਵੇਂ ਤਰ੍ਹਾਂ ਦੇ ਤਾਰਾਂ ਦੀ ਗੱਲ ਕਰ ਲਿਆ ਜਿਹੜਾ ਬੰਦਾ ਤੇ ਅਸਰ ਰਸੂ ਕੋ ਇੱਥੇ ਜ਼ਮੀਨ ਤੇ ਰੱਖਦਾ ਜੀ ਉਹਨੂੰ ਹੁੰਦਾ ਵੀ ਸਰਕਾਰੀ ਦਰਬਾਰੇ ਜਿਹੜੀ ਦੁਨਿਆਵੀ ਸ਼ਕਤੀਆਂ ਨੇ ਉਹ ਸਾਰੀਆਂ ਮੇਰੇ ਕੋਲੇ ਹੈਗੀਆਂ ਹੂੰ ਹੂੰ ਇਹ ਵੀ ਆਪਾਂ ਦੇਖਿਆ ਵੀ ਜਿਹੜੇ ਲੋਕ ਗੈਬੀ ਸ਼ਕਤੀਆਂ ਦੇ ਮਾਲਕ ਨੇ ਅਗਲੇ ਕਹਿੰਦੇ ਵੀ ਮਹਾਰਾਜ ਇਹ ਤਾਂ ਕੁਝ ਵੀ ਨਹੀਂ ਉੱਪਰ ਲੀਆਂ ਗੱਲਾਂ ਨੇ ਸਾਡੇ ਕੋਲ ਉਹ ਵੀ ਉੱਥੇ ਨਹੀਂ ਇਹਦਾ ਮਤਲਬ ਇਹ ਹੋ ਗਿਆ ਵੀ ਬੰਦਾ ਜੀ ਉਹੋ ਜੇ ਕੰਮ ਕਰੂਗਾ ਤੇ ਦੇਰ ਸਵੇਰ ਕਾਨੂੰਨ ਦੇ ਡੇਕਿਓਂ ਨਹੀਂ ਆ ਜਾਣਾ ਹੂੰ ਹੂੰ ਤੂੰ ਬਚਣ ਦੀ ਲੋੜ ਆ ਨਹੀਂ ਬਚਣ ਦੀ ਲੋੜ ਆ ਬਾਕੀ ਸੰਧਾਲਿਆ ਸਭ ਗੱਲ ਇਦਾਂ ਕਿ ਪੰਜਾਬ ਤੋਂ ਜਿਨ੍ਹਾਂ ਨੇ ਦਿੱਲੀ ਦੇ ਹਵਾਈ ਅੱਡੇ ਜਾਣਾ ਜਾਂ ਜਿਨ੍ਹਾਂ ਨੇ ਵਿਦੇਸ਼ਾਂ ਤੋਂ ਦਿੱਲੀ ਉਤਰਨਾ ਤੇ ਮੁੜ ਕੇ ਪੰਜਾਬ ਆਉਣਾ ਸਰਕਾਰੀ ਬੱਸੇਵਾ ਦੀ ਚਰਚਾ ਬੜੀ ਚੱਲਦੀ ਸੀ 2018 ਤੋਂ ਬੰਦ ਹੈ ਉਦੋਂ 20 ਕ ਬੱਸਾਂ ਚੱਲਦੀਆਂ ਸੀ ਤੁੰਨ ਕੇ ਸਵਾਰੀਆਂ ਦਿੱਲੀ ਤੁੰਨ ਕੇ ਸਵਾਰੀਆਂ ਦਿੱਲੀੋਂ ਪੰਜਾਬ ਕੋਈ ਹੁਸ਼ਿਆਰਪੁਰੋਂ ਕੋਈ ਜਲੰਧਰੋਂ ਕੋਈ ਅਮਰitsarੋਂ ਕੋਈ ਬਠਿੰਡਿਓ ਕੋਈ ਲੁਧਿਆਣਿਓ ਕਿਰਾਇਆ ਥੋੜਾ ਸਰਵਿਸ ਵਧੀਆ ਚਾਰ ਪਾਸੇ ਲੋਕਾਂ ਦੇ ਵਜਿਦੈ ਚਾਰ ਪਾਸੇ ਸਰਕਾਰ ਨੂੰ ਆਉਂਦੇ ਸੀ ਐਂ ਲੱਗਦਾ ਸੀ ਕਿ ਜੇ ਕਿਤੇ 20 ਦੀ ਜਗ੍ਹਾ 40 ਬੱਸਾਂ ਲਾਤੀਆਂ ਜਾਂ ਹੋ ਸਕਦਾ ਕਿ ਪੰਜਾਬ ਰੋਡਵੇ ਤੇ ਪੈਪਸੂ ਦਾ ਘਟਾ ਹੈ ਪੂਰਾ ਹੋ ਜਾਏ ਪਰ ਇਹ ਗੱਲ ਦੀ ਗਰੰਟੀ ਤਿੰਨ ਤਿੰਨ ਸਕਰੀਨਾਂ ਸਰਕਾਰੀ ਬੱਸ ਲੱਗੀਆਂ ਫਿਲਮਾਂ ਦੇਖੋ ਵਧੀਆ ਤਰੀਕੇ ਦੇ ਨਾਲ ਪਾਣੀ ਦਾ ਪ੍ਰਬੰਧ ਵਿੱਚ ਬਸ ਨਵੀਂ ਨਕੂਰ ਹੁਣ ਰਾਜਾ ਵੜਿੰਗ ਸਾਹਿਬ ਜਦੋਂ ਟ੍ਰਾਂਸਪੋਰਟ ਮੰਤਰੀ ਬਣੇ ਮੌਜੂਦਾ ਕਾਂਗਰਸ ਦੇ ਸੂਬਾ ਪ੍ਰਧਾਨ ਉਹਨਾਂ ਨੇ ਕਿਹਾ ਸੀ ਜੀ ਅਸੀਂ ਇੰਨੀਆਂ ਚਿੱਠੀਆਂ ਲਿਖਤੀਆਂ 32 ਲਿਖਤੀਆਂ 36 ਲਿਖਤੀਆਂ ਦਿੱਲੀ ਵਾਲੇ ਜਵਾਬ ਨਹੀਂ ਦਿੰਦੇ ਕੇਜਰੀਵਾਲ ਸਾਹਿਬ ਦੇ ਘਰ ਮੋੜੇ ਚੱਲ ਗਿਆ ਪੰਜਾਬ ਚ ਸਰਕਾਰ ਬਦਲ ਗਈ ਹੁਣ ਪਤਾ ਲੱਗਾ ਕਿ ਪੰਜਾਬ ਦੇ ਟ੍ਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਦੀ ਦਿੱਲੀ ਸਰਕਾਰ ਦੇ ਨਾਲ ਏਅਰਪੋਰਟ ਅਥਾਰਟੀ ਆਫ ਇੰਡੀਆ ਉਹਨਾਂ ਦੀ ਅਧਿਕਾਰੀਆਂ ਦੇ ਨਾਲ ਗੱਲ ਨਿਪਟੜ ਗਈ ਹੈ ਪਰ ਪੰਜਾਬ ਰੋਡਵੇ ਤੇ ਪੈਪਸੂ ਦੀਆਂ ਬੱਸਾਂ ਜੋ ਹੁਣ ਤੱਕ ਦੀ ਜਾਣਕਾਰੀ ਹੈ ਉਹ ਹਵਾਈ ਅੱਡੇ ਦੇ ਬਿਲਕੁਲ ਕੋਲ ਨਹੀਂ ਜਾਣਗੀਆਂ ਸੰਤੂਰ ਹੋਟਲ ਆ ਉੱਥੇ 3 ਕਿਲੋਮੀਟਰ ਦੂਰ ਏਅਰਪੋਰਟ ਤੋਂ ਬੜੇ ਆਰਾਮ ਨਾਲ ਨਜ਼ਰ ਆਉਂਦਾ ਹੈ ਉੱਥੇ ਨਹੀਂ ਲੱਗਦਾ ਕਿ 3 ਕਿਲੋਮੀਟਰ ਪਰ ਹੈਗਾ ਪੰਜਾਬ ਰੋਡਵੇ ਦੀਆਂ ਬੱਸਾਂ ਤੇ ਪੈਪਸੂ ਦੀਆਂ ਬੱਸਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਤੁਰਨਗੀਆਂ ਸਮਾਉ ਹੋਏਗਾ ਜਦੋਂ ਫਲਾਈਟਾਂ ਆਉਂਦੀਆਂ ਇਦੇ ਤੋਂ ਇਲਾਵਾ ਮਿਆਰ ਉਹਨਾਂ ਦਾ ਚੰਗਾ ਹੋਊਗਾ ਪਰ ਉਹ 3 ਕਿਲੋਮੀਟਰ ਦੂਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸੰਤੂਰ ਹੋਟਲ ਦੇ ਕੋਲ ਰੁਕਣਗੇ ਆ ਤੇ ਉੱਥੋਂ 에어ਪੋਰਟ ਅਥਾਰਟੀ ਆਫ ਇੰਡੀਆ ਵਾਲੇ ਕਹਿੰਦੇ ਜੀ ਅਸੀਂ ਆਪਣੇ ਵਹੀਕਲ ਲਾ ਦੇਣੇ ਆ ਕਿ ਜਦੋਂ ਪੰਜਾਬ ਰੋਡ ਵਾਈ ਤੇ ਪੈਪਸੂ ਦੀ ਬੱਸ ਦਾ ਆਉਣ ਦਾ ਸਮਾਂ ਹੋਏਗਾ ਸਾਡੇ ਵਹੀਕਲ ਉੱਥੇ ਸੰਤੂਰ ਹੋਟਲ ਦੇ ਕੋਲੇ ਖੜੇ ਹੋਣਗੇ ਤੇ ਬੱਸਾਂ ਦੇ ਵਿੱਚੋਂ ਸਵਾਰੀਆਂ ਉਤਰ ਕੇ ਉਸ ਵਹੀਕਲ ਤੇ ਸਵਾਰ ਹੋ ਕੇ ਹਵਾਈ ਅੱਡੇ ਤੇ ਉਹਦਾ ਕਾਰਨ ਵੀ ਕਹਿੰਦੇ ਜੀ ਇਹ ਹੈ ਕਿ ਜੇ ਬਿਲਕੁਲ ਮੋੜ ਜਾਂਦੇ ਸੀ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਸੀ ਪ੍ਰਾਈਵੇਟ ਟਰਾਂਸਪੋਰਟਰਾਂ ਨੇ ਉਸੇ ਬਿਲੇ ਅਦਾਲਤ ਦੇ ਵਿੱਚ ਜਾ ਕੇ ਤੇ ਰੋਕ ਲਵਾ ਦੇਣੀ ਸੀ ਆ ਰਸਤਾ ਅਸੀਂ ਕਹਿੰਦੇ ਉਹ ਕੱਢਿਆ ਜਿਹਦੇ ਨਾਲ ਬੱਸਾਂ ਵੀ ਜਾਣ ਕਾਨੂੰਨੀ ਤੌਰ ਤੇ ਢਿੱਕਾ ਬਿਨਾ ਪਵੇ ਯਾਤਰੀਆਂ ਨੂੰ ਲਾਹਾ ਵੀ ਹੋਵੇ ਜੀ ਚੰਗੀ ਗੱਲ ਹੈ ਦੇਖੋ ਉਹਦੇ 'ਚ ਇੱਕੋ ਇੱਕ ਫਰਕ ਪਹਿਲਾਂ ਵੀ ਸੀਗਾ ਉਹ ਇਹ ਸੀਗਾ ਕਿ ਕਿਰਾਇਆ ਘੱਟ ਹੂੰ ਹੁਣ ਕਾਰਨ ਹੈ ਵੀ ਜੇ ਮੰਨ ਲਓ ਇੱਕ ਬਾਸਿਆ ਤੋ ਕਹਿੰਦੇ 3000 ਚ ਬੰਦਾ ਖੜਾਗੇ ਵੀਰ ਜੀ ਉਹ ਦੂਜਾ ਕਹਿੰਦਾ ਆਪਣਾ ਕਹਿੰਦਾ ਆਪਾਂ ਵੀਰ 800 ਚ ਲੈ ਜਾਗੇ ਜੀ ਹੁਣ ਕਾਰਨ ਹੈ ਵੀ ਖਰਚਾ 3000 ਦਾ ਹੀ ਕਰਨਾ ਟਿਕਟ ਤੇ ਆਲਰੇਡੀ ਪਹਿਲਾਂ ਕਈ ਲੱਗ ਗਏ ਹੁੰਦੇ ਉਹ ਕਹਿੰਦੇ ਵੀ ਹੁਣ ਫਿਰ 에ਰਪੋਰਟ ਤੇ ਨਹੀਂ ਛੱਡਣ ਜਾਣਾਗੇ ਉਹ ਕਹਿੰਦੇ ਨਹੀਂ ਪੁੱਤ ਇੱਥੇ ਪਿਆਰ ਪਿਉਰ ਦੇ ਦਿਓ 100-100 ਰੁਪਈਆ ਪਾਓ ਜੇਬ ਜਿੱਤੇ ਨਾ ਚੰਗਾ ਕੋਈ ਨਹੀਂ ਫਿਰ ਪੁੱਤ ਮਿਲਦੇ ਹਨ ਤੂੰ ਰਾਜੀ ਬਾਜੀ ਜਾ ਟੈਂਚੀ ਰੱਖ ਲਿਆ ਆਪਣਾ ਹੁਣ ਗੱਲ ਇਹ ਆ ਵੀ ਜਦੋਂ ਅਗਲੇ ਨੂੰ ਲੱਗਾ ਵੀ ਉਹੀ 3000 ਆ ਉਹਦੇ ਨਾਲ ਹੋਰ ਦੋਸ ਵਾਰੀਆਂ ਵੀ ਲੈ ਗਈ ਜਾਵਾਂਗੇ ਤੇ ਰਾਹ ਸ਼ਕਣ ਛਕਾਉਣ ਨੂੰ ਕੋਈ 100-200 ਬਾਰੀਗਾ ਜੀ ਅਗਲੇ ਦਾ ਤੇ ਫੇਗਾ ਦੂਜੀ ਗੱਲ ਇਹ ਵੀ ਆ ਵੀ ਜਿਹੜਾ ਇਧਰੋਂ ਜਾਊ ਉਧਰੋਂ ਮੁੜ ਕੇ ਵੀ ਆਊ ਬਿਲਕੁਲ ਠੀਕ ਹੈ ਸੋ ਜੇ ਸਰਕਾਰ ਨੇ ਕੰਮ ਚਲਾ ਲਿਆ ਤੇ ਉਹ ਜਾਣੇ ਜਿਹੜਾ ਖਜ਼ਾਨਾ ਬੜੀ ਧੀਰ ਤੋਂ ਸੁਣਦੇ ਖਾਲੀ ਹੈ ਨਹੀਂ ਕੁਝ ਵੀ ਸ਼ਾਇਦ ਉੱਚ ਕੁ ਰੁਪਈਆ ਤੇ ਲੱਢੀ ਐਦਾਂ ਕਹਿੰਦੇ ਨੇ ਛੱਡਿਆ ਹੀ ਕੁਝ ਨਹੀਂ ਮੰਨ ਲਓ ਘਰ ਦੇ ਵਿੱਚ ਕੋਈ ਬੰਦਾ ਐਦਾਂ ਦਾ ਹੋਵੇ ਕਿ ਜਿਹੜਾ ਪੈਸੇ ਟਕੇ ਦੀ ਰੱਖ ਹੀ ਨਹੀਂ ਕਰਦਾ ਕਦਰ ਨਹੀਂ ਕਰਦਾ ਕੰਮ ਹੀ ਨਹੀਂ ਕਰਦਾ ਖਾਣ ਤੇ ਜ਼ੋਰ ਉਹਨੂੰ ਕਹਿੰਦੇ ਹੁੰਦੇ ਛੱਡਿਆ ਹੀ ਕੁਝ ਨਹੀਂ ਜੀ ਘਰ 'ਚ ਆ ਕਈ ਬੰਦੇ ਐਦਾਂ ਦੇ ਨਸ਼ੇ ਨੁਸ਼ੇ ਦੀ ਆਤ ਪੈ ਜਾਂਦੀ ਆ ਟੋਕਾ ਵੀ ਵੇਚ ਗਿਆ ਅਜਗ ਪੇਖਿਆ ਨਹੀਂ ਦਿੱਤਾ ਸੀ ਉਹ ਵੀ ਵੇਚ ਦਿੱਤਾ ਆਪਾਂ ਇੰਜ ਹੀ ਪਤਾ ਨਹੀਂ ਲੱਗਾ ਸਲਾਈ ਮਸ਼ੀਨ ਪਤਾ ਨਹੀਂ ਕਦੋਂ ਲੈ ਗਿਆ ਮੁੜ ਕੇ ਟੱਕੇ ਹੀ ਆਉਂਦਾ ਸੀ ਉਦੋਂ ਲੱਗਦਾ ਹੁੰਦਾ ਕਿ ਖਾਲੀ ਹੋ ਗਿਆ ਜਾਂ ਆਪ ਦਾ ਖਜ਼ਾਨਾ ਵੀ ਖਾਲੀ ਹੋ ਗਿਆ ਹੂੰ ਹੁਣ ਪਤਾ ਨਹੀਂ ਐਸੀ ਨਹੀਂ ਕਿਨੇ ਕਸੂਰ ਕੇ ਦਾ ਪਰ ਪੰਜਾਬ ਦਾ ਖਜ਼ਾਨਾ ਖਾਲੀ ਹੈ ਪਾਣੀ ਥੱਲੇ ਹੈ ਹਵਾ ਖਰਾਬ ਹੈ ਹਵਾ ਪਤਾ ਨਹੀਂ ਕਿਹਦੀ ਖਰਾਬ ਹੈ ਪਰ ਹੈਗੀ ਖਰਾਬ ਹੈ ਨਹੀਂ ਬਾਕੇ ਹੁਣ ਦੇਖੋ ਕਾਰਨ ਆ ਵੀ ਸੀਚੇਲ ਗਏ ਸੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਰੀ ਜੀ ਉੱਥੇ ਜਾ ਕੇ ਕਹਿੰਦੇ ਕਿ ਦੇਖੋ ਜੀ ਕਾਰਨ ਆ ਵੀ ਕੋਈ ਕੁਛ ਬਣਾਉਂਦਾ ਰਿਹਾ ਪੰਜਾਬ ਨੂੰ ਕੋਈ ਕੁਛ ਬਣਾਉਂਦਾ ਰਿਹਾ ਆਪਾਂ ਤੇ ਰੰਗਲਾ ਪੰਜਾਬ ਬਣਾਉਣਾ ਤੇ ਸਾਡੀ ਕੋਸ਼ਿਸ਼ ਇਹ ਹੈ ਕਿ ਵੀ ਇਹ ਧਰਤੀ 150 ਮਣ ਦਾਣੇ ਹਰਵਾਲ ਮਾਨ ਸਾਹਿਬ ਦਾ ਜ਼ਿਕਰ ਕਰਦੇ ਆ 150 ਮਣ ਦਾਣੇ ਜਿਹੜੀ ਧਰਤੀ ਪੈਦਾ ਕਰਦੀ ਆ ਜੀ ਉਥੋਂ ਕਹਿੰਦੇ ਅਸੀਂ ਉਹਨਾਂ ਥਾਵਾਂ ਤੇ ਜਾਂਦੇ ਆ ਜਿਨ੍ਹਾਂ ਥਾਵਾਂ ਦੇ ਉੱਪਰ ਕਦੀ ਕਦਾਈ ਕਿਤੇ ਕੋਈ ਬੂਟਾ ਉੱਗਦਾ ਨਹੀਂ ਤੇ ਬਰਫਤਲੀ ਦੱਬਿਆ ਨਹੀਂਦਾ ਸਾਰਾ ਕੁਝ ਤੇ ਸਾਨੂੰ ਆਇਆ ਜਾਪਦਾ ਵੀ ਯਾਰ ਉੱਥੇ ਪਤਾ ਨਹੀਂ ਕੀ ਹੈ ਕਹਿੰਦੇ ਵੀ ਉੱਥੇ ਹੈ ਕੁਝ ਨਹੀਂ ਅਸਲ ਦੇ ਵਿੱਚ ਆਪਾਂ ਇਹਨੂੰ ਸਾਂਭਿਆ ਨਹੀਂ ਤੇ ਜੇ ਆਪਾਂ ਹੁਣ ਇਹਨੂੰ ਸਾਂਭ ਲਈਏ ਤੇ ਫੇਰ ਸਾਰਾ ਕੁਝ ਸੈੱਟ ਹੋ ਜੂ ਇੱਕ ਤੇ ਪਾਣੀ ਬਚਾਉਣ ਦੀ ਗੱਲ ਕਰਤੀ ਤੇ ਪਾਣੀ ਬਚਾਉਣ ਲਈ ਜਿਹੜੇ ਐਫਰਟ ਉਹਨਾਂ ਨੇ ਦੱਸਿਆ ਉਹ ਵੀ ਕਾਬਲੇ ਤਰੀਫ਼ ਹੋ ਕਹਿੰਦੇ 20 ਲੱਖ ਏਕੜ ਜ਼ਮੀਨ ਸਿੱਧੀ ਬਜਾਈ ਦੇ ਅੰਡਰ ਆ ਗਈ ਇਹਦਾ ਮਤਲਬ 20 ਲੱਖ ਏਕੜ ਬਹੁਤ ਵੱਡਾ ਰਕਬਾ ਹੋ ਗਿਆ ਜਿੱਥੇ ਚਿਕੜ ਨਹੀਂ ਹੋਣਾ ਜਿੱਥੇ ਕੱਦੂ ਨਹੀਂ ਕਰਨਾ ਸਿੱਧੀ ਬਜਾਈ ਦੇ ਨਾਲ ਝੋਨਾ ਬੀਜਿਆ ਜਾਣਾ ਦੂਸਰਾ ਜ਼ਿਕਰ ਕਰਦੇ ਵੀ 1 ਲੱਖ ਏਕੜ 'ਚ ਤਾਂ ਮੂੰਗੀ ਹੋ ਗਈ ਹੁਣ ਜੇ ਮੂੰਗੀ 1 ਲੱਖ ਏਕੜ 'ਚ ਹੋ ਗਈ ਤੇ ਇਹਦਾ ਮਤਲਬ ਵੀ ਬਾਅਦ ਜਾਂਦਾ ਪਛੇਤਾ ਝੋਨਾ ਲੱਗੂ ਜਾਂ ਲੱਗੂ ਬਾਸਮਤੀ ਤੇ ਇਹ ਹੋ ਸਕਦਾ ਵੀ ਜੈਦ ਕੀ ਮੂੰਗੀ ਦੀ ਐਮਐਸਪੀ ਮਿਲ ਗਈ ਉਸ ਤੋਂ ਬਾਅਦ ਆਰਾਮ ਨਾਲ ਚੁੱਕੀ ਗਈ ਤੇ ਅਗਲੀ ਵਾਰ ਇਹੋ ਹੀ 1 ਲੱਖ ਪਤਾ ਨਹੀਂ 20 20 ਲੱਖ ਇੱਕ ਹੋ ਜਾਣਾ ਦੇਖੋ ਸੰਧਾਲਿਆ ਸਾਹਿਬ ਕਈ ਸੱਜਣ ਟਿੱਪਣੀ ਕਰਦੇ ਹੁੰਦੇ ਕਿ ਬਿਲਕੁਲ ਕਾਰਗਰ ਨਹੀਂ ਇਹ ਵਿਧੀ ਉਹ ਚਾਹ ਹੁੰਦਾ ਹੁੰਦਾ ਕਈ ਸੱਜਣ ਕਹਿੰਦੇ ਜੀ ਪਾਣੀ ਬਿਲਕੁਲ ਨਹੀਂ ਬਚਦਾ ਤੁਹਾਡੀਆਂ ਸਾਰੀਆਂ ਗੱਲਾਂ ਠੀਕ ਹੋ ਸਕਦੀਆਂ ਕਈ ਕਹਿੰਦੇ ਜੀ 10 20% ਹੀ ਪਾਣੀ ਬਚਦਾ ਚਾਹੇ ਇੱਕ ਬੂੰਦ ਬਚੇ ਹੂੰ ਪਹਿਲੀ ਗੱਲ ਹੈ ਕਿ ਕਦੂ ਕਰਕੇ ਝੋਨਾ ਲਾਉਣ ਦਾ ਜਿਹੜਾ ਰਵਾਇਤੀ ਢੰਗ ਹੈ ਉਹਦੇ ਹੱਕ 'ਚ ਕੋਈ ਨਹੀਂ ਕਿਉਂਕਿ ਉਹ ਪਾਣੀ ਇੰਨਾ ਮੰਗਦਾ ਕਿ ਉਹਦੇ ਨਾਲ ਕੰਮ ਦੂਜੇ ਪਾਸੇ ਹੋ ਜਾਂਦਾ ਘੱਟੂ ਘੱਟ ਪੰਜਾਬ ਦੇ ਲੋਕ ਜੇ 20 ਲੱਖ ਏਕੜ ਦੇ ਵਿੱਚ ਅਦਕੀ ਸਿੱਧੀ ਬਿਜਾਈ ਛੋਣਦੇ ਹੋਊਗੀ ਤੁਰੇ ਆ ਕਿਸੇ ਪਾਸੇ ਹੂੰ ਕੱਲ ਨੂੰ ਕੋਈ ਹੋਰ ਢੰਗ ਤਰੀਕਾ ਅਗਲੀ ਵਾਰੀ ਪਤਾ ਲੱਗ ਜੂਗਾ ਕਿੰਨਾ ਪਾਣੀ ਬਚਿਆ ਅਗਲੀ ਵਾਰੀ 20 ਲੱਖ ਏਕੜ ਦੇ ਮਾਲਕਾਂ ਨੇ ਦੱਸਣਾ ਕਿ ਅਸੀਂ ਕਦੂ ਕਰਕੇ ਛੋਣਾ ਲਾਉਂਦੇ ਸੀ ਅਦਕੀ ਸਿੱਧੀ ਬਿਜਾਈ ਨਾ ਲਾਇਆ ਤੇ ਉਹਦੇ ਵਿੱਚ ਸਾਡਾ ਇੰਨਾ ਕੁ ਪਾਣੀ ਬਚਿਆ ਇੰਨੀ ਕੁ ਮਿਹਨਤ ਬਚੀ ਇੰਨੇ ਕੁ ਪੈਸੇ ਬਚੇ ਆਪਣੇ ਆਪ ਵੀ ਕਲੀਅਰ ਕਰ ਦੇਣਾ ਹੁਣ بڑے ਬੰਦੇ ਨੇ ਟਿੱਪਣੀਆਂ ਕਰਦੇ ਹੁੰਦੇ ਸਿੱਧੀ ਬ ਸਾਡੀ ਜ਼ਮੀਨ ਹੀ ਆਹ ਜੀ ਕਈ ਕਹਿੰਦੇ ਇਹਨਾਂ ਦਿਨ ਪਾਣੀ ਲਾਉਣਾ ਪਿਆ ਕਈ ਕਹਿੰਦੇ ਪਾਣੀ ਲਾਉਣਾ ਪਿਆ ਇਸ ਗੱਲ ਦੇ ਲਈ ਪੰਜਾਬ ਦੇ ਲੋਕ ਵਧਾਈ ਦੇ ਪੱਤਰ ਨੇ ਤੇ ਜੇ ਸਰਕਾਰ ਨੇ ਥੋੜਾ ਜਿਹਾ ਚਾਂਸ ਦਿੱਤਾ ਸੱਦਾ ਭੇਜਿਆ ਸੀ ਕਿ ਆਪਾਂ ਆਹ ਕਰ ਲਈਏ ਲੋਕਾਂ ਨੇ ਸਾਥ ਦਿੱਤਾ ਇਹਦਾ ਮਤਲਬ ਲੋਕ ਵੀ ਚਾਹੁੰਦੇ ਨੇ ਲੋਕਾਂ ਦੀ ਮਾੜੀ ਜੀ ਕੋਈ ਬਾਹ ਫੜਨ ਵਾਲਾ ਹੋਵੇ ਹਾਂ ਇੱਕ ਗੱਲ ਉਹਨਾਂ ਨੇ ਜ਼ਰੂਰ ਕਹੀ ਹੈ ਉਹ ਗੱਲ ਉਹਨਾਂ ਨੇ ਕਹੀ ਹੈ ਉਹ ਕਹਿੰਦੇ ਜੀ ਦੇਖੋ ਜਦੋਂ ਨਾ ਸੀਚੇਆਲੇ ਪਾਸੇ ਆਉਨੇ ਆ ਦੂਰੋਂ ਸੜਕਾਂ ਤੋਂ ਪਤਾ ਲੈਂਦਾ ਕਿ ਸੀਚੇਆਲ ਪਹੁੰਚ ਗਏ ਆ ਹੂੰ ਇਹ ਨਹੀਂ ਕਿ ਬੂਡ ਵੱਡੇ ਲੱਗੇ ਹੁੰਦੇ ਆ ਇਹ ਨਹੀਂ ਕਿ ਮੁਰੇ ਹੂਟਰ ਮਾਰਦੇ ਸਕਰੀਨ ਲੱਗੀ ਹੁੰਦੀ ਕਿ ਤੇ ਕਿ ਸੀਚੇਆਲ ਮੇ ਆਪਕਾ ਸਵਾਗਤ ਹੈ ਇਹ ਤਾਂ ਨਹੀਂ ਉਹ ਕਹਿੰਦੇ ਰੋਖੀ ਇਦਾਂ ਦੀ ਆ ਸਫਾਈ ਇਦਾਂ ਦੀ ਆ ਵਾਤਾਵਰਣੀ ਇਦਾਂ ਦਾ ਤੁਹਾਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਪੈਂਦੀ ਤੁਸੀਂ ਆਪੇ ਆ ਜਣੇ ਹਾਂ ਉਹ ਕੋਈ ਅਮਰੀਕੀ ਮਾਡਲ ਨਹੀਂ ਹੈਗਾ ਹੂੰ ਉਹ ਕੋ ਕੈਨੇਡੀਅਨ ਮਾਡਲ ਨਹੀਂ ਹੈਗਾ ਉਹ ਤਾਂ ਕੁਦਰਤ ਦਾ ਆਪਣਾ ਮਾਡਲ ਹੈ ਹੁਣ ਆ ਪਾਕੀ ਪਿੰਡਾਂ ਦੇ ਵਿੱਚ ਵੀ ਇਦਾਂ ਹੀ ਹੋ ਸਕਦਾ ਬੂਟੇ ਲਾਉਣ ਦੇ ਲਈ ਕਿਸੇ ਦੀ ਆਗਿਆ ਦੀ ਲੋੜ ਨਹੀਂ ਬੂਟੇ ਲਾਉਣ ਦੇ ਲਈ ਕਾਨੂੰਨ ਤਬਦੀਲ ਕਰਨ ਦੀ ਲੋੜ ਨਹੀਂ ਬੂਟਿਆਂ ਨੂੰ ਅੱਗ ਤੋਂ ਬਚਾਉਣ ਦੇ ਲਈ ਕਿਸੇ ਦੀ ਪਰਮਿਸ਼ਨ ਨਹੀਂ ਲੈਣੀ ਪੈਣੀ ਬੂਟੇ ਲਾਉਣ ਵਾਲੀ ਫਾਈਲ ਰਾਜਪਾਲ ਸਾਹਿਬ ਦੇ ਡਰਾਅਰ ਚ ਨਹੀਂ ਰਹਿਣੀ ਬੂਟੇ ਲਾਉਣ ਦੇ ਲਈ ਤੁਹਾਨੂੰ ਐਮਐਲਏ ਸਾਹਿਬ ਦੀ ਸਿਫਾਰਿਸ਼ ਨਹੀਂ ਚਾਹੀਦੀ ਨਾ ਕਿਸੇ ਵਿਸ਼ੇਸ਼ ਕਿਸਮ ਦਾ ਕਾਰਡ ਚਾਹੀਦਾ ਤੇ ਜੇ ਫੇਰ ਵੀ ਅਸੀਂ ਬੂਟੇ ਨਹੀਂ ਲਾਉਂਦੇ ਤਾਂ ਫੇਰ ਕਹਿਣਾ ਬੂਟਾ ਨਹੀਂ ਮੈਨੂੰ ਮੈਨੂੰ ਕਹਿੰਦਾ ਵਾ ਵੈਸੇ ਗੱਲ ਕਰਦੇ ਆ ਕਿ ਹੁਣ ਤਾਂ ਜ਼ਿੰਦਗੀ ਮੁਸ਼ਕਿਲ ਚ ਪਈ ਹੋ ਆ ਨਹੀਂ ਪਈ ਆ ਇੱਕ ਮੈਂ ਯਾਦ ਕਰਾਵਾਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਉੱਪਰ ਨਾ ਉਦੋਂ ਪੰਜਾਬ ਸਰਕਾਰ ਨੇ ਹਰੇਕ ਪਿੰਡ ਚ 550 ਬੂਟੇ ਲਾਉਣ ਦੀ ਗੱਲ ਕੀਤੀ ਸੀ ਮੇਰਾ ਖਿਆਲ ਉਹ ਕੋ ਖਰਚਾ ਖਰਚਾ ਆਰਟੀਆਈ ਪਾ ਕੇ ਪੁੱਛੇ ਤੇ ਪਤਾ ਨਹੀਂ ਹੋਲਡਿੰਗਾਂ ਤੇ ਮਸ਼ਹੂਰੀਆਂ ਤੇ ਕਿੰਨਾ ਕੁ ਪੈਸਾ ਲੱਗਾ ਹੋ ਸ਼ਾਇਦ ਉਹਨੇ ਦੇ ਬੂਟੇ ਨਹੀਂ ਹੋਣੇ ਜਿੰਨੇ ਮਸ਼ਹੂਰੀ ਤੇ ਲੱਗੇ ਹੋਣੇ ਆ ਜੀ ਜੇ ਮੈਂ ਗਲਤ ਨਹੀਂ ਤੇ ਦੋਕ ਸਾਲ ਤੋਂ ਤੇ ਵੱਧ ਦਾ ਸਮਾਂ ਹੋ ਹੀ ਗਿਆ ਕਿ ਤੇ ਜਿਹੜੇ ਬੂਟੇ ਲੱਗੇ ਸੀ ਜੇ ਹਰੇਕ ਪਿੰਡ ਚ 550 550 ਬੂਟੇ ਲੱਗੇ ਸੀ ਤੇ ਹੁਣ ਨੂੰ ਪੰਜਾਬ ਚ ਤੇ ਵਾਵਾ ਹਰਿਆਲੀ ਨਜ਼ਰ ਆਉਣੀ ਚਾਹੀਦੀ ਸੀ ਮੈਂ ਇਹ ਗਲਤ ਚੰਗਾ ਹੋਇਆ ਤੁਸੀਂ ਤੋਰੀ ਆ ਤੇ ਤੁਸੀਂ ਛੇੜੀ ਆ ਗੱਲ ਨਹੀਂ ਮੈਨੂੰ ਇਹ ਆ ਵੀ ਦੋ ਗੱਲਾਂ ਨੇ ਇਹਦੇ ਜੀ ਜੇ ਤੇ ਲਾਉਣ ਵਾਲਿਆਂ ਨੇ ਲਾਏ ਉਹਨਾਂ ਨੂੰ ਪੁੱਛ ਲਓ ਤੇ ਜੇ ਬਚਾਉਣ ਵਾਲਿਆਂ ਨੇ ਬਚਾਏ ਤੇ ਫਿਰ ਉਹ ਵੀ ਜਵਾਬ ਦੇ ਦੇਣ ਬਚਾਉਣ ਵਾਲਿਆਂ ਦੀ ਜਵਾਬ ਦੇਹੀ ਹੈ ਜੀ ਕਿਉਂਕਿ ਉਦੋਂ ਬੜਾ ਸਿੱਧਾ ਜਿਹਾ ਕੰਮ ਸੀ ਕਿ ਪਾਈਆ 550 ਬੂਟੇ ਨੇ ਇਹ ਲੈ ਜਾਓ ਜਾਂ ਇੱਥੇ ਲਾ ਲਓ ਤੇ ਮੰਰੇਗਾ ਵਾਲਿਆਂ ਤੋਂ ਹੀ ਲਵਾਏ ਸੀ ਤੁਹਾਨੂੰ ਯਾਦ ਹੋਣਾ ਅਸੀਂ ਸਤਿਕਾਰ ਕਰਦੇ ਹਾਂ ਸਾਰਿਆਂ ਦਾ ਉਸ ਭਾਈਚਾਰੇ ਦਾ ਜਿਹੜੇ ਕਿ ਆਰਥਿਕ ਤੌਰ ਦੇ ਉੱਤੇ ਉਸ ਵਰਗ ਦੇ ਵਿੱਚ ਆਉਂਦੇ ਐ ਹੁਣ ਸੰਧਾਲੀਆਂ ਸਭ ਮੰਨ ਲੋਕ 550 ਨਹੀਂ ਤੇ 250 ਲੱਗਾ 300 ਖਾ ਗਿਆ ਕੋਈ ਹੂੰ ਜੇ ਆਪਾਂ ਦੂਜੇ ਪਾਸੇ ਵੀ ਚਲੀਏ ਉਹ 250 ਬੁੱਢਾ ਤੇ ਅੱਜ ਵੀ ਮੇਰੇ ਥੋਡੇ ਵਰਗੇ ਬੰਦੇ ਜਾਂ ਪਿੰਡ ਦੇ ਗੁੰਡੇ ਹਾਂ ਲਾਉਣ ਦਾ ਕੀ ਫਾਇਦਾ ਹੈ ਜੇ ਸਾਹਮਣੇ ਨਹੀਂ ਉਹ ਭਾਈ ਸਰਕਾਰ ਨੇ ਤਾਂ ਠੇਕਾ ਲਿਆ ਹੀ ਨਹੀਂ ਜੇ ਸਰਕਾਰਾਂ ਨੇ ਠੇਕਾ ਲਿਆ ਹੁੰਦਾ ਸਿਆਸਤਦਾਨਾਂ ਨੇ ਠੇਕਾ ਲਿਆ ਹੁੰਦਾ ਅਫਸਰਸ਼ਾਹੀ ਨੇ ਠੇਕਾ ਲਿਆ ਹੁੰਦਾ ਤੇ 550 ਬੂਟੇ ਲਾਉਣ ਦੀ ਮੁਹਿੰਮ ਹੀ ਨਹੀਂ ਸੀ ਚਲਉਣੀ ਪੈਣੀ ਫਿਰ ਪੰਜਾਬ ਦੇ ਵਿੱਚ ਆਲਰੇਡੀ ਜੰਗਲ ਹੋਣਾ ਸੀ ਫਿਰ ਪੰਜਾਬ ਦੇ ਵਿੱਚ ਰੁੱਖ ਬੂਟੇ ਬਥੇਰੇ ਹੋਣੇ ਸੀ ਫਿਰ ਸਾਧੀਆਂ ਬਿਮਾਰੀਆਂ ਨਹੀਂ ਸੀ ਹੋਣੀਆਂ ਉਹਨਾਂ ਨੇ ਤਾਂ ਡਿਊਟੀ ਪੂਰੀ ਤਰ੍ਹਾਂ ਨਿਭਾਈ ਹੀ ਨਹੀਂ ਪਰ ਕੀ ਆਪਾਂ ਪਿੰਡਾਂ 'ਚ ਨਿਭਾਈ ਐ ਆਪਾਂ ਨੂੰ ਪਿੰਡ ਦੇ ਵਿੱਚ ਤੁਸੀਂ ਇੱਥੇ ਬੈਠੇ ਹੋ ਤੁਹਾਨੂੰ ਕਈ ਵਾਰੀ ਸੱਜਣ ਮਿਲਦੇ ਹੋ ਸਾਡੀ ਤੁਹਾਡੇ ਪਿੰਡ ਰਿਸ਼ਤੇਦਾਰੀ ਹੈ ਵਿਦਿਨ ਸੈਕਿੰਡ ਜਾਨੀ ਸੈਕਿੰਟਾਂ ਦੇ ਵਿੱਚ ਥੋੜਾ ਦਿਮਾਗ ਜਾਂਦਾ ਛਾ ਉਹ ਗਲੀ ਉਹ ਇਦਾਂ ਦਾ ਘਰ ਹੈ ਉਹਦਾ ਕੋਲ ਇਦਾਂ ਦਾ ਰੰਗ ਉਹਨਾਂ ਨੇ ਇਦਾਂ ਦਾ ਕੀਤਾ ਸੀ ਮੁੰਡਾ ਉਹਨਾਂ ਦਾ ਇੱਥੇ ਵਿਆਹ ਆ ਭੂਆ ਇੱਥੇ ਆ ਹਮ ਇੱਕ ਸੈਕਿੰਡ ਦੇ ਵਿੱਚ ਪਤਾ ਲੱਗ ਜਾਂਦਾ ਜਾਨੀ ਸਾਨੂੰ ਪਿੰਡ ਦੀ ਹਰ ਇੱਕ ਨੁੱਕਰ ਦਾ ਪਤਾ ਹੁੰਦਾ ਕਿਹਦੀ ਕਿੱਥੇ ਰਿਸ਼ਤੇਦਾਰੀ ਹੈ ਜ਼ਮੀਨ ਕਿਹਦੀ ਕਿੰਨੀ ਹੈ ਕੰਮ ਕੌਣ ਕਿਦਾਂ ਦਾ ਕੀ ਕਰਦਾ ਸੁਭਾਅ ਕਿਹਦਾ ਕਿਦਾਂ ਦਾ ਹਰ ਚੀਜ਼ ਫੇਰ ਵੀ ਜੇ ਅਸੀਂ ਉਹ 250 ਜਾਂ 550 ਬੂਟਾ ਆਪਣੇ ਪਿੰਡ ਦੇ ਵਿੱਚ ਹੀ ਲੱਗਾ ਨਹੀਂ ਬਚਾ ਸਕੇ ਮੈਂ ਕਿਹਾ ਸਰਕਾਰ ਦੀ ਨਹੀਂ ਇੱਥੇ ਨੁਕਤਾਜੀ ਨਹੀਂ ਕਰਨ ਦੀ ਲੋੜ ਨਾ ਪਿਛਲੀ ਦਿਨੋਂ ਹੁਣ ਦੀ ਹੂੰ ਉਹਨਾਂ 550 ਦੇ ਵਿੱਚੋਂ ਅਸੀਂ ਕਿੰਨੇ ਬਚਾਏ ਆ ਸਾਡੀ ਵੀ ਤਾਂ ਡਿਊਟੀ ਸੀਗੀ ਨਾ ਕਿਤੇ ਨਾ ਕਿਤੇ ਨਹੀਂ ਨਹੀਂ ਬਿਲਕੁਲ ਬਣਦੀ ਆ ਜੇ ਮੇਰਾ ਖਿਆਲ ਐਤਕੀ ਵਾਲੇ ਚੱਕਰ ਜਦੋਂ ਆਪਾਂ ਅਲਬਰਟਾ ਤੇ ਫੇਰੀ ਨੂੰ ਗਏ ਤੇ ਪਿੰਡਾਂ ਵਿੱਚ ਦੀ ਆਏ ਸੀ ਉਹ ਸਵਾਲ ਦਾ ਜਵਾਬ ਲੱਭ ਕੇ ਆਪਾਂ ਦੱਸਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਬੇਬੀ ਜੇ ਕੋਈ ਉਥੇ ਰਹਿੰਦਾ ਹੋਵੇ ਕਿਸ ਨੂੰ ਪਤਾ ਹੋਵੇ ਤੇ ਟਿੱਪਣੀ ਵੀ ਕੀਤੀ ਜਾ ਸਕਦੀ ਵੀ ਉਹ ਜ਼ਮੀਨਾਂ ਖੁੱਲੀਆਂ ਜਿੱਦਾਂ ਆਪਣੇ ਨੇ ਲੈ ਬਈ ਸੰਡੇ ਦੇ ਸਿਰਰਗੀ ਜ਼ਮੀਨ ਆ ਬਈ ਇੱਧਰ ਨੂੰ ਐ ਨੂੰ ਟਰੈਕਟਰ ਵੱਡੇ ਵੱਡੇ ਫਿਰਦੇ ਆ ਹੁਣ ਜੇ ਸੰਡੇ ਦੇ ਸਿਰਰਗੀ ਜ਼ਮੀਨ ਜੇ ਅਗਲੇ ਮੰਨ ਲਓ ਵੀ ਵਿਚਾਲੇ 50 ਏਕੜ ਦਾ ਜਾਂ 100 ਏਕੜ ਦਾ ਟਾਕ ਜਮ ਐ ਰੋਡਾ-ਪੋਡਾ ਕੀਤਾ ਉਹਦੇ ਵਿੱਚ ਵੀ ਕੁਝ-ਕੁਝ ਥਾਂ ਆ ਜਿੱਥੇ ਰੋਖ ਹੀ ਰੋਖਿਆ ਹੂੰ ਉਹ ਰੋਖ ਇਦਾਂ ਦੇ ਜਾਵਦੇ ਆ ਵੀ ਜਾਂ ਤਾਂ ਉਹ ਕਿਹਾ ਗਿਆ ਵੀ ਇਹ ਰੱਖਣੇ ਆ ਜਾਂ ਫਿਰ ਅਗਲਿਆਂ ਨੂੰ ਇਹ ਜਾਵਦਾ ਪਿਆਰੇ ਇਹਨਾਂ ਦੀ ਲੋੜ ਆ। ਜੀ ਦੋਹਾਂ 'ਚ ਕੋਈ ਕਾਰਨ ਹੋ ਸਕਦਾ। ਕਲੀਅਰ ਕੀ ਆਪਾਂ ਕਲੀਅਰ ਕਰਕੇ ਦੱਸ ਦਵਾਂਗੇ ਬਾਅਦ 'ਚ। ਇਹਦਾ ਮਤਲਬ ਇਹ ਹੋ ਗਿਆ ਵੀ ਜੇ ਉਹਨਾਂ ਨੂੰ ਜਾਵਦਾ ਪਿਆ ਆ ਜਮੀਨ ਐ ਸੰਡੇ ਦੇ ਸਿਰਲਗੀ ਤੇ ਇੱਥੋਂ ਆਪਣਾ ਟਰੈਕਟਰ ਤੁਰਿਆ ਜਾਂਦਾ ਜਾਂ ਕਬੱਡੀ ਕਮੈਨ ਤੁਰ ਜਾਂਦੀ ਐ। ਕਿਸੇ ਸਿਆਣੇ ਕੋਲੋਂ ਤੇ ਦਵਾਈ ਖਾਧੀ ਹੋਊਗੀ ਉਹਨਾਂ ਨੇ ਜਿਹੜਾ ਵੀ ਉਹਨਾਂ ਨੇ ਰੁਖ ਲਾਖ ਰਿਓ ਉਹਦੇ ਵਿਚਾਰੇ ਨੇ ਤੇ ਅਗਲਾ ਸੋਚੇ ਵੀ ਯਾਰ ਜੇ 50 ਕਿੱਲੇ ਪਿੱਛੋਂ ਤੁਰਿਆ ਉਹਨੇ ਤੇ ਅਗਲਾ 150 ਕਿੱਲਾ ਵੀ ਇਦਾਂ ਹੀ ਤੁਰਿਆ ਜਾਣ ਦੋ ਕੀ ਲੋੜ ਐ ਰੁਖ ਲਾਉਣ ਦੀ ਵਿਚਾਲੇ। ਨਹੀਂ ਬਿਲਕੁਲ ਇਹਦੇ ਵਿੱਚ ਕੋਈ ਦੁਰ ਆਇ ਕਾਫੀ ਤਾਂ ਹੈ ਉਹ ਮਤਲਬ ਮੈਂ ਸਿਰੇ ਲੱਗਾ ਪਿਆ ਮੰਨ ਲਓ ਵੀ ਅਗਲਾ ਪੰਜਾਬ ਦਾ ਵੀ ਜਿਹ 50 ਕਿੱਲੇ ਦਾ ਟਾਕਿਆ ਤੇ ਹੋ ਸਕਦਾ ਉਹਦੀ 2.5 ਏਕੜ ਬਾਅਦ ਰੋਖੀ ਰੋਖ ਹੋਣ ਹੈਨਾ ਉਦੋਂ ਬਾਅਦ ਫਿਰ ਅਗਲੇ ਪਾਸੇ ਜ਼ਮੀਨ ਸ਼ੁਰੂ ਹੋ ਜਾਂਦੀ ਤੁਸੀਂ ਇਹ ਦੇਖੋ ਕਿ ਆ ਜਿੱਥੇ ਆਪਾਂ ਵੈਨਕੂਵਰ ਵਾਲੇ ਏਰੀਆ 'ਚ ਹੈਗੇ ਆਂ ਇੱਥੇ ਤਾਂ ਜ਼ਮੀਨ ਬੜੀ ਸੀਮਤ ਆ ਹੈ ਅਰਧ ਵਾਲੇ ਪਹਾੜੀਆਂ ਨੇ ਇੱਕ ਪਾਸੇ ਸਮੁੰਦਰ ਹੈ ਹੂੰ ਇੱਥੇ ਵੀ ਤਾਂ ਉਹਨਾਂ ਨੇ ਰੱਖਿਆ ਹੈ ਨਾ ਕਿ ਭਾਈ ਆ ਜੰਗਲ ਤਾਂ ਮੰਨ ਲਓ ਜੰਗਲ ਹੈ ਹਾਂ ਯਾਨੀ ਕਿ ਤੁਸੀਂ ਇੱਕ ਇੱਟ ਤੱਕ ਨਹੀਂ ਲਾ ਸਕਦੇ ਦਰਖਤ ਨਹੀਂ ਵੜਾ ਸਕਦੇ ਉਹਨਾਂ ਨੂੰ ਪਤਾ ਹੈ ਅੱਜ ਸਵੇਰ ਵਾਲੇ ਪ੍ਰੋਗਰਾਮ ਦੇ ਵਿੱਚ ਸੰਧਾਲੀਆ ਸਾਹਿਬ ਪ੍ਰਾਈਮ ਟਾਈਮ ਦੇ ਵਿੱਚ ਆਸਟ੍ਰੇਲੀਆ ਤੋਂ ਨਵਜੋਤ ਕਹਿੰਦੇ ਹੋਰੀ ਗੱਲ ਕਰਦੇ ਸੀ ਉਹ ਕਹਿੰਦੇ ਸੀ ਤਕਰੀਬਨ 1 ਦਰਜਣ ਮੈਂਬਰ ਪਾਰਲੀਮੈਂਟ ਐਸੇ ਜਿੱਤ ਗਿਆ ਉਹ ਵੀ ਆਜ਼ਾਦ ਜਿੰਨਤੀ ਇੱਕ ਦੋ ਅੱਗੇ ਪਿੱਛੇ ਹੋ ਸਕਦੀ ਹੈ ਜਿਹੜੇ ਵਾਤਾਵਰਣ ਪੱਖੀ ਸੀਗੇ ਯਾਨੀ ਜਿਹੜੇ ਕਹਿੰਦੇ ਸੀ ਕਿ ਭਾਈ ਨੁਕਸਾਨ ਹੋ ਚਲਿਆ ਆਪਾਂ ਨੂੰ ਬਚਾਉਣਾ ਪਊਗਾ ਨਹੀਂ ਤਾਂ ਨਸਲਾਂ ਜਾਣਗੀਆਂ ਕਿਧਰਲੇ ਪਾਸੇ ਨੂੰ ਤੇ ਲੋਕਾਂ ਨੇ ਪਿਛਲੇ ਮੰਤਰੀ ਤੱਕ ਹਰਾ ਕੇ ਜਿਹੜੀ ਤੇ ਰਹਿਤੀ ਸੱਤਾ ਦੇ ਵਿੱਚ ਆਈ ਹੈ ਉਹਦੇ ਵਿੱਚੋਂ ਜਿਹੜੇ ਜਿਹੜੇ ਇਮੀਗ੍ਰੇਸ਼ਨ ਨਾਲ ਸੰਬੰਧਿਤ ਮਾਮਲਿਆਂ ਦੇ ਵਿੱਚ ਜਾਂ ਵਿਦੇਸ਼ ਨਾਲ ਸੰਬੰਧਿਤ ਮਾਮਲਿਆਂ ਦੇ ਮੰਤਰੀ ਬਣਨੇ ਸੀ ਉਹ ਵੀ ਹਰਾਤੇ ਹੂੰ ਲੋਕਾਂ ਨੇ ਆਜ਼ਾਦ ਬੰਦੇ ਜਿਤਾਤੇ ਸਰਕਾਰ ਨਹੀਂ ਉਹਨਾਂ ਦੀ ਇੱਕ ਛੋਟੀ ਜੀ ਗਿਣਤੀ ਹੈ ਪਰ ਇਹਦਾ ਮਤਲਬ ਹੈ ਕਿ ਇਸ ਮੁਲਕ ਦੇ ਵਿੱਚ ਵੀ ਲੋਕ ਸੰਵੇਦਨਸ਼ੀਲ ਨੇ ਉੱਥੇ ਵੀ ਸੰਵੇਦਨਸ਼ੀਲ ਹੈ ਭਾਈ ਪੰਜਾਬ ਤਾਂ ਧਰਤੀ ਬਾਬੇ ਨਾਨਕ ਦੀ ਹੈ ਹੂੰ ਤੇ ਅਸੀਂ ਉਹਨਾਂ ਦੇ ਨਾਂ ਦੇ ਉੱਤੇ ਲਾਏ ਹੋਏ ਬੂਟੇ ਪਲਣ ਨਹੀਂ ਦਿੱਤੇ ਤੁਸੀਂ ਇਹ ਦੇਖੋ ਕਿ ਮੰਨ ਲਓ ਆਹ ਪਿੰਡ ਦੇ ਵਿੱਚ ਗੁਰੂ ਘਰ ਹੈ ਉਹਦੇ ਨੇੜੇ ਆਪਦੇ ਆਪਣੇ ਘਰ ਨੇ ਉੱਥੇ ਬੂਟਾ ਲੱਗਾ ਅਸੀਂ ਪਾਣੀ ਵੀ ਨਹੀਂ ਪਾਇਆ ਠੀਕ ਹੈ ਨਾ ਹਵਾ ਪਾਣੀ ਸਾਫ਼ ਰੱਖਣ ਦੀ ਗੱਲ ਕੀਤੀ ਗਈ ਸੀ ਅਸੀਂ ਬੂਟਾ ਸੜ ਦਿੱਤਾ ਅੱਜ ਢੇਰ ਨੂੰ ਅਗਲਾਤੀ ਸੜ ਜਾਣਦੇ ਉਹ ਬੂਟਾ ਅਸੀਂ ਲਾ ਕੇ 나ੜ ਨੂੰ ਅਗਲਾਤੀ ਸੜ ਜਾਣਦੇ ਉਹ ਬੂਟੇ ਤੇ ਉਹ ਬਾਬੇ ਦੀ ਵਿਚਾਰਧਾਰਾ ਦੇ ਉਲਟ ਆਪਾਂ ਪ੍ਰੈਕਟੀਕਲੀ ਕੰਮ ਕੀਤਾ ਅਰਦਾਸ ਸਾਰਾ ਕੁਝ ਮਿਲਣ ਦੀ ਉੱਥੇ ਜਾ ਕਰ ਦੇਣੀ ਇਹ ਮੈਨੂੰ ਲੱਗਦਾ ਵੀ ਇਹ ਨਾ ਉਦਨ ਬੂਟੇ ਲੱਗਣੇ ਆ ਜਿੱਦਨ ਉਹ ਰੋਲਾ ਪੈ ਗਿਆ ਨਾ ਵੀ ਉਹ ਹਵਾ ਮੁੱਕ ਗਈ ਵੀਰ ਜੀ ਸਿਲੰਡਰ ਚੈਨਾ ਤੋਂ ਆਣਾ ਜਿੱਦਨ ਉਹ ਚੈਨਾ ਵਾਲਾ ਸਿਲੰਡਰ ਆਪਾਂ ਲੱਭਾ ਨਾ ਉਹ ਅਹੀਂ ਗਏ ਹਾਂ ਪਤਾ ਕਰਨ ਉਹ ਕਹਿੰਦੇ ਕਾਰਟ ਬਣਾਓ ਪਹਿਲਾਂ ਉਦਾਂ ਨਹੀਂ ਮਿਲਦਾ ਬਲੈਕ ਚ ਮਿਲਦਾ ਸਿਲੰਡਰ ਫਿਰ ਕਿਸੇ ਨੇ ਕੰਨ ਚ ਫੂਕ ਮਾਰਨੀ ਓਏ ਜਿਹੜਾ ਬੂਟਾ ਹੁੰਦਾ ਨਾ ਰੁੱਖ ਉਤੋਂ ਮੁਫਤ ਮਿਲ ਜਾਂਦਾ ਉਹ ਸਿਲੰਡਰ ਵਾਲੀ ਹਵਾ ਲੈ ਦੇਖੋ ਸ਼ਾਮ ਨੂੰ ਕਦਾਂ ਦੇ ਰੁੱਖ ਤੇ ਰੁੱਖ ਉਹਦੇ ਬਾਅਦ ਲੱਗਣੇ ਸ਼ੁਰੂ ਹੋ ਗਏ ਕਿਉਂਕਿ ਆਪਾਂ ਲੱਗਣਾ ਵੀ ਅੱਛਾ ਹੁਣ ਅਸੀਂ ਕੁਝ ਵਿਚਾਰ ਰਹੇ ਹਾਂ ਉਹ ਪੈਸੇ ਦੇ ਰੂ ਹੁਣ ਆਪਾਂ ਨੂੰ ਅਜੇ ਉਹਦਾ ਪੈਸੇ ਦੇ ਰੂਪ ਦੇ ਵਿੱਚ ਹਵਾ ਕਿਹੜਾ ਦਿਸਦੀ ਏ ਜੇ ਹਵਾ ਨਹੀਂ ਦਿਸਦੀ ਇਸ ਕਰਕੇ ਪੈਸਾ ਨਹੀਂ ਦਿਸਦਾ ਉਹਦੇ ਵਿੱਚ ਜਦੋਂ ਇੱਕ ਰਾਉ ਟੀਕਾ ਜਿਆ ਉਧਰੋਂ ਲੱਗਣਾ ਸ਼ੁਰੂ ਹੋ ਗਿਆ ਫਿਰ ਆਪਣੇ ਆਪ ਹੀ ਜਮਾਂ ਘਟਾਓ ਕਰਨ ਲੱਗ ਪਾਣਾ ਵੀਰ ਲੈਹੀਂ ਦੇ ਪੰਜ ਚਾਰ ਬੂਟੇ ਦਾ ਤਿੰਨ ਟਾਂ ਪਾਣੀ ਪਾਈਦਾ ਰੋਟੀ ਭਾਵੇਂ ਖਾਵਾ ਭਾਵੇਂ ਨਾ ਖਾਵਾ ਨਹੀਂ ਹੁਣ ਜਿੱਦਾਂ ਸਾਰੇ ਕਹਿੰਦੇ ਹੁੰਦੇ ਨਾ ਕਿ ਪੰਜ ਕੀ ਕਰੀਏ ਸੂਟ ਹੀ ਬਹੁਤ ਨੇ ਲੈਣ ਗਿਆ ਸੀ ਸੂਟ ਇਹ ਕਹਿੰਦੇ ਮੈਂ ਇਹ ਕਹਿੰਦੇ ਸੀ ਪੰਜ 6 ਲੈ ਲਾ ਮੈਂ ਕਹਿੰਦਾ ਨਹੀਂ ਤਿੰਨ ਬਹੁਤ ਨੇ ਕਿ ਨਿਕਲ ਲੈ ਲੈਨੇ ਕਿ ਸੂਟ ਨਾ ਹੁਣ ਇਦਾਂ ਹੀ ਦੂਜੇ ਪਾਸੇ ਹੋ ਜਾਂਦੀ ਗੱਲ ਐ ਭੈਣ ਜੀ ਨਹੀਂ ਖੰਡ ਨਹੀਂ ਅਸੀਂ ਨਹੀਂ ਅਸੀਂ ਤਾਂ ਦੂਸਰੀ ਫਿੱਕੀ ਚਾਹ ਪੀ ਦੀ ਹੈ ਥੋੜੀ ਦੇਰ ਦੇ ਵਿੱਚ ਹੋ ਰਾ ਜਣਾ ਜੀ ਉਹਨਾਂ ਅਸੀਂ ਨਹੀਂ ਬਿਨਾ ਦੁੱਧ ਤੋਂ ਦੁੱਧ ਵਾਲੀ ਚਾਹ ਕੌਣ ਪੀਂਦਾ ਅੱਜ ਕੱਲ ਦੁੱਧ ਵਾਲੀ ਚਾਹ ਨਹੀਂ ਕੋਈ ਪੀਂਦਾ ਜਣੀ ਅਸੀਂ ਵਿਸ਼ੇਸ਼ਤਾ ਦੱਸਦੇ ਇਹਦੇ ਬੂਟਿਆਂ ਦੀ ਵਿਸ਼ੇਸ਼ਤਾ ਆ ਜਾਣੀ ਹੈ ਥੋੜੀ ਦੇਰ ਹੈ ਇੱਕ ਬੇਨਤੀ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਨੇ ਸਤਕਾਰਯੋਗ ਨੇ ਉਹਨਾਂ ਨੇ ਕਿਹਾ ਜੀ ਲੋਕ ਲਹਿਰ ਅਸਰ ਨਹੀਂ ਪਾਉਗੀ ਬਹੁਤ ਅੱਛੀ ਗੱਲ ਕੀਤੀ ਚੰਗੀ ਲੱਗੀ ਇਸੇ ਤਰੀਕੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਨੇ ਸਪੋਕਸਪਰਸਨ ਵੀ ਨੇ ਚਰਨਜੀਤ ਸਿੰਘ ਬਰਾੜ ਬਰਾੜ ਸਾਹਿਬ ਨੇ ਆਪਦੇ ਸੋਸ਼ਲ ਮੀਡੀਆ ਦੇ ਉੱਤੇ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਇੱਕ ਕਿ ਆ ਦੇਖੋ ਜੀ ਪਹਿਲਾਂ ਰੁੱਖ ਹਰੇ ਭਰੇ ਸੀ ਬਾਅਦ ਵਿੱਚ ਅੱਗ ਲੱਗੀ ਰੁੰਡਮ ਰੁੰਡ ਹੋ ਗਿਆ ਭਾਈ ਬਚਾਲੀਏ ਧਰਤੀ ਬਹੁਤ ਚੰਗੀ ਬਰਾੜ ਸਾਹਿਬ ਤੁਹਾਡਾ ਵੀ ਧੰਨਵਾਦ ਤੁਸੀਂ ਸਤਿਕਾਰਯੋਗ ਸਾਰੇ ਲੀਡਰ ਸਤਿਕਾਰਯੋਗ ਨੇ ਮੈਨੂੰ ਐਂ ਲੱਗਦਾ ਕਿ ਆਮ ਬੰਦਾ ਤਾਂ ਭਾਵੇਂ ਛੋਟਾ ਉਦਮ ਕਰੇ ਆਮ ਆਦਮੀ ਪਾਰਟੀ ਅਕਾਲੀ ਦਲ ਕਾਂਗਰਸ ਤੇ ਭਾਜਪਾ ਚਾਰ ਧਿਰ ਆਪਾਂ ਮੁੱਖ ਤੌਰ ਤੇ ਲੈ ਲੈਨੇ ਆ ਇਹ ਚਾਰੇ ਧਿਰਾਂ ਦੇ ਲੀਡਰ ਕਹਿੰਦੇ ਆ ਜੀ ਵਾਤਾਵਰਣ ਪੱਖੀ ਹੋਵੋ ਰੁੱਖ ਲਾਉਣੇ ਚਾਹੀਦੇ ਆ ਇਹ ਜੇ ਚਾਰਾਂ ਤਰ੍ਹਾਂ ਦੀ ਪੰਜਾਬ ਦੀ ਮੈਂਬਰਸ਼ਿਪ ਮੈਂਬਰਸ਼ਿਪ ਜਿਹਦੇ ਵਿੱਚ ਉਹ ਕਹਿੰਦੇ ਜੀ ਟ੍ਰੇਨਡ ਬੰਦੇ ਨੇ ਸਾਡੇ ਸਾਡੇ ਨੇ ਪੱਕੇ ਮੈਂ ਨਹੀਂ ਕਹਿਣਾ ਕਿ ਉਹਨਾਂ ਦੀ ਕਿੰਨੀ ਆ ਉਹ ਆਪ ਕਹਿੰਦੇ ਆ ਜਿੰਨੀ ਉਹਨਾਂ ਦੀ ਮੈਂਬਰਸ਼ਿਪ ਹੈ ਹਰ ਇੱਕ ਆਪਣੇ ਪਾਰਟੀ ਦੇ ਵਰਕਰ ਨੂੰ ਕਹਿਣ ਕੇ ਭਾਈ ਤੂੰ ਇੱਕ ਬੂਟਾ ਲਾ ਇੱਕੋ ਹੀ ਲਾਉਣੀ ਲੋੜ ਹਾਂ ਇੱਕੋ ਹੀ ਦੂਜੇ ਬੂਟੇ ਨਾਲ ਟੋਆ ਕੱਢਣਾ ਨਾ ਦੇਖਣਾ ਤੇ ਇਹਨਾਂ ਦੇ ਕੋਲੇ ਸੋਸ਼ਲ ਮੀਡੀਆ ਪਲੇਟਫਾਰਮ ਨੇ ਸਾਰਿਆਂ ਕੋਲ ਇਹਨਾਂ ਦੇ ਕੋਲ ਆਈਟੀ ਦੀਆਂ ਟੀਮਾਂ ਨੇ ਇਹਨਾਂ ਦੇ ਕੋਲੇ ਵੱਡੇ ਵੱਡੇ ਸਰਵਰ ਆ ਜੇ ਇਹ ਵੋਟਾਂ ਪਵਾ ਸਕਦੇ ਆ ਕਿ ਭਾਈ ਆਪਾਂ ਕਿਹਨੂੰ ਕੈਂਡੀਡੇਟ ਬਣਾਉਣਾ ਸਾਰੀਆਂ ਤਰ੍ਹਾਂ ਦੀ ਗੱਲ ਕਰਦਾ ਭਾਈ ਉਹਨਾਂ ਨੂੰ ਕਹੋ ਕਿ ਹਰ ਮਹੀਨੇ ਆਪਦੇ ਬੂਟੇ ਦੀ ਫੋਟੋ ਖਿੱਚ ਕੇ ਭੇਜਣੀ ਆ ਸਮੇਤ ਲੋਕੇਸ਼ਨ ਹੂੰ ਪੰਜਾਬ ਚ ਕਿਤੇ ਕੁਛ ਕਰਨ ਦੀ ਲੋੜ ਨਹੀਂ ਤੁਸੀਂ ਪੰਜਾਬ ਦੇ ਲੋਕਾਂ ਨੂੰ ਵੀ ਬਚਾਲੋਗੇ ਪੰਜਾਬ ਵੀ ਬਚਾਲੋਗੇ ਲੋਕਾਂ ਦਾ ਰ ਇਦਾਂ ਹੀ ਬਣ ਜਾਣੀ ਆ ਜਿੰਨੀਆਂ ਪਾਰਟੀਆਂ ਨੇ ਚਾਰੀ ਜੇ ਸੁਹਿਰਦ ਨੇ ਪੰਜਾਬ ਦੇ ਲਈ ਸੰਧਾਲੀਆ ਸਭ ਨੇ ਕੋਈ ਸਿਸਟਮ ਬਣਿਆ ਇਹਨਾਂ ਨੂੰ ਡਿਕਟੇਟ ਕਰਨ ਦੀ ਲੋੜ ਨਹੀਂ ਇਹਨਾਂ ਦੀਆਂ ਪਿੰਡਾਂ ਚ ਕਮੇਟੀਆਂ ਪਿੰਡ ਵਾਲੀ ਕਮੇਟੀ ਦੇ ਉੱਪਰ ਬਲਾਕ ਦੀ ਕਮੇਟੀ ਆ ਬਲਾਕ ਦੀ ਕਮੇਟੀ ਉੱਪਰ ਜ਼ਿਲ੍ਹੇ ਦੀ ਕਮੇਟੀ ਆ ਫਿਰ ਜ਼ੋਨ ਦੀ ਆ ਫਿਰ ਸੂਬੇ ਦੀ ਆ ਇਹਨਾਂ ਦੇ ਕੋਲ ਤਾਂ ਢਾਂਚੇ ਐ ਬਣਿਆ ਸਵੇਰੇ ਕਹਣ ਤੱਕ ਆਲਾ ਨੂਟੇ ਲੱਗ ਜਾਣੇ ਆ ਜੀ ਬਿਲਕੁਲ ਲੱਗ ਸਕਦੇ ਆ ਮੈਂ ਤਾਂ ਕਹਿੰਦਾ ਵੀ ਚਲੋ ਜੇ ਵਰਕਰ ਤੱਕ ਨਹੀਂ ਆਉਣਗੇ ਫਿਰ ਉਹਨਾਂ ਦਾ ਵੀ ਵਰਕਰ ਦੀ ਕੋਈ ਸੁਣਵਾਈ ਨਹੀਂ ਬਈ ਲੀਡਰ ਹੀ ਕਰ ਲੈਣਾ ਲੀਡਰ ਸਾਹਿਬ ਉੱਥੇ ਜਾ ਆਣ ਵਰਕਰ ਜਿੰਨੇ ਕੋ ਹੁਣ ਉਸ ਹੱਬ ਨਾਲ ਰੇਗ ਲੀਡਰ ਜੇ 50 50 ਬੂਟੇ ਵੀ ਲਾਉਣ ਲੱਗ ਪਏ ਬਹੁਤੀ ਗੱਲ ਹੁੰਦਾ ਵੀ ਇੱਕ ਛੋ ਪਹਿਲੋ ਉਹਨਾਂ ਦਾ ਹੱਕ ਹੈ ਵੀ ਅਗਲੇ ਨੂੰ ਸ਼ੌਕ ਹੈ ਕਰਨਾ ਚਾਹੀਦਾ ਕਿਉਂਕਿ ਲੀਡਰ ਹੀ ਹੈ ਉਦਾਂ ਹੀ ਕਰ ਲੈਣਾ ਕਿਉਂਕਿ ਕਾਰਨ ਹੈ ਵੀ ਜਿਹੜਾ ਰੁਖ ਲੱਗਾ ਉਹਨੂੰ ਕਿਸੇ ਨੇ ਪੁੱਛਣ ਜਾਣਾ ਵੀ ਵੀਰ ਜੀ ਨੂੰ ਤੈਨੂੰ ਲਾਇਆ ਹੈ ਰੀਬਨ ਕਟਿਆ ਸੀ ਇਹਨਾਂ ਨੇ ਹੈਨਾ ਉਹਨੇ ਉਦਾਂ ਹੀ ਵਦਨਾ ਉਹ ਟਾਲੀ ਉਹ ਪੱਪੜ ਉਹ ਬੋੜ ਉਹ ਨਮਾ ਉਤਰੇ ਕਾ ਉਹ ਸ਼ਰੀ ਉਹ ਸਾਰੇ ਉਦਾਂ ਹੀ ਹੋਣੇ ਆ ਸੋ ਮੈਨੂੰ ਲੱਗਦਾ ਵੀ ਜੇਕਰ ਉਹ ਕਰ ਲਿਆ ਜਾਵੇ ਤੇ ਲੱਖਾਂ ਬੂਟੇ ਲੱਗੇ ਜਾ ਥੋੜਾ ਜਿਹਾ ਫਰਕ ਰਹਿ ਜਾਣਾ ਸੰਧਾਲੀ ਅਸਾਂ ਕਿਹੜਾ ਜੀ ਖੜੇ ਹੋ ਕੇ ਬੂਟੇ ਲਾਉਣ ਦਾ ਪ੍ਰੋਸੀਜਰ ਹੈ ਨਹੀਂ ਕਿਉਂਕਿ ਕਈਆਂ ਤੋਂ ਬਹਿ ਨਹੀਂ 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 ਉਦਾ ਵੀ ਤਰੀਕਾ ਦਾ ਨਾ ਕਿਸੇ ਵੇਲੇ ਨਹੀਂ ਆਮ ਤੁਸੀਂ ਵੇਖਿਆ ਵੀ ਮਤਲਬ ਇੱਕ ਵਿਚਾਰਾ ਮਾਤੜ ਵਿਚਾਲੇ ਬਿਠਾਇਆ ਹੁੰਦਾ ਤੇ ਨੂੰ ਦੋ ਕੇਲੇ ਫੜਾ ਗਿਆ ਦੂਰੋਂ ਇੱਕ ਜਣਾ ਹੱਥ ਕਰਿਆ ਹੱਥ ਪਹੁੰਚਦਾ ਵੀ ਨਹੀਂ ਹੁੰਦਾ ਉਹ ਉਹ ਲੱਗਦਾ ਇਹ ਹੁੰਦਾ ਵੀ ਇੱਕ ਤਾਂ ਹੁੰਦਾ ਵੀ ਸਨਮਾਨ ਕਰਦੇ ਹੋਏ ਦੂਜਾ ਇਹ ਹੁੰਦਾ ਵੀ ਆ ਵੇ ਲੈ ਇਹਨੂੰ ਕੇਲਾ ਦੇਣ ਦਾ ਹੈ ਲੋੜਵੰਦ ਬੰਦੇ ਨੂੰ ਦੋ ਕੇਲਿਆਂ ਦੀ ਸੇਵਾ ਕਰਦੇ ਹੋਏ ਆ 17 ਬੰਦਿਆਂ ਥੱਲੇ ਨਾਂ ਲਿਖ ਦੇਣੇ ਅਤੇ ਹੋਰ ਵੀ ਲਿਖ ਦੇਣਾ ਸੋ ਇਹ ਇਹ ਚੀਜ਼ਾਂ ਕਰਨੀਆਂ ਪੈਣੀਆਂ ਜੇ ਜੇ ਨਾ ਕਰਾਂਗੇ ਤੇ ਫਿਰ ਕਮ ਔਖਾ ਆਪਣੀ ਧਰਤੀ ਆਪਾਂ ਬਚਾ ਲਈਏ ਉਹ ਜਾਣੇ ਆਉਣ ਵਾਲੀਆਂ ਪੀੜ੍ਹੀਆਂ ਮੈਂ ਕੱਲ ਵੀ ਕਿਹਾ ਸੀ ਵੀ ਅੱਜ ਵੀ ਤੁਸੀਂ ਆਪਣੇ ਪਿੰਡ ਚ ਆਸੇ ਪਾਸੇ ਕੋਈ ਪਿੱਪਲ ਕੋਈ ਬੋਹੜ ਵੱਡੇ ਉਹਨਾਂ ਨੂੰ ਜਾ ਕੇ ਪੁੱਛੋ ਤੇ ਉਹ ਤੁਹਾਨੂੰ ਦੱਸ ਦੇ ਨਹੀਂ ਵੀ ਇਹ ਕਿੰਨੇ ਲਾਇਆ ਸੀ ਪਰ ਆਪਾਂ ਨੂੰ ਸਮਝ ਜ਼ਰੂਰ ਆ ਜਾਂਦੀ ਵੀ ਉਹ ਬੰਦਾ ਇਸ ਦੁਨੀਆ 'ਚ ਹੈ ਨਹੀਂ ਜਨੇ ਉਹ ਲਾਇਆ ਹੋਗਾ ਪਰ ਉਹਦੇ ਲੱਗੇ ਰੁੱਖ ਦੀ ਛਾਂ ਆਪਾਂ ਮਾਣ ਰਹੇ ਇਸੇ ਤਰ੍ਹਾਂ ਆਉਣ ਵਾਲੀਆਂ ਪੀੜ੍ਹੀਆਂ ਉਹ ਛਾਂ ਨੂੰ ਮਾਣਣਗੀਆਂ ਸਿਆਸਤ ਵਾਲੇ ਪਾਸੇ ਵੀ ਮੋੜਾ ਕੱਟਣਾ ਪੈਣਾ ਸਾਹਿਬ ਜੀ ਦੇਖੋ ਮੋੜਾ 4300 ਤੋਂ ਵੱਧ ਪੰਜਾਬ ਪੁਲਿਸ ਦੇ ਵਿੱਚ ਭਰਤੀਆਂ ਮੁਕੰਮਲ ਹੋਣ ਜਾ ਰਹੀਆਂ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਨੌਜਵਾਨਾਂ ਨੂੰ ਖਦਸ਼ੇ ਸੀ ਕਿ ਦੇਖੋ ਜੀ ਸਾਡੀ ਭਰਤੀ ਪ੍ਰਕਿਰਿਆ ਸ਼ੁਰੂ ਹੋ ਗਈ ਸੀ ਅਸੀਂ ਟੈਸਟ ਦਿੱਤਾ ਅਸੀਂ ਫਿਜ਼ੀਕਲ ਟੈਸਟ ਕਲੀਅਰ ਕੀਤੇ ਸਾਡੀਆਂ ਵੈਰੀਫਿਕੇਸ਼ਨਸ ਹੋ ਚੁੱਕੀਆਂ ਨਿਯੁਕਤੀ ਪੱਤਰ ਹੀ ਰਹਿੰਦੇ ਸੀ ਕਹੇ ਕਹਿੰਦੇ ਜੀ ਟੈਸਟ ਦੇ ਦਿੱਤਾ ਲਿਸਟਾਂ ਲੱਗਣ ਵਾਲੀਆਂ ਰਹਿੰਦੀਆਂ ਉਹਨਾਂ ਦੇ ਮਨ ਦਾ ਜਿਹੜਾ ਧੜਕੂ ਸੀ ਨਾ ਬਿਲਕੁਲ ਜਾਇਜ਼ ਸੀ ਕਈ ਓਵਰੇਜ ਹੋਣ ਵਾਲੇ ਸੀ ਕਈ ਕਹਿੰਦੇ ਜੀ 5 5 7 7 ਟੈਸਟ ਦਿੱਤੇ 1000 1200 200 22000 ਫੀਸ ਹੁਣ ਤਾਂ ਸਾਡੇ ਘਰਦਿਆਂ ਦੇ ਕੋਲੇ ਵੀ ਕੁਝ ਨਹੀਂ ਹੈਗਾ ਕਰੀਏ ਕੀ ਦੱਸੋ ਕੀ ਬੇਲੇ ਆ ਹੁਣ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਨੇ ਖੁਦ ਅਨਾਉਂਸਮੈਂਟ ਕਰ ਦਿੱਤੀ ਕਿ ਭਾਈ 4300 ਤੋਂ ਵੱਧ ਪੰਜਾਬ ਪੁਲਿਸ ਦੇ ਵਿੱਚ ਜਿਹੜੀਆਂ ਭਰਤੀਆਂ ਸੀ ਉਹ ਅਸੀਂ ਮੁਕੰਮਲ ਕਰਨ ਜਾ ਰਹੇ ਹਾਂ ਬਹੁਤ ਸਾਰੀ ਜਾਂਚ ਪੜਤਾਲ ਹੋ ਗਈ ਕਹਿੰਦੇ ਇਮਾਨਦਾਰੀ ਵਾਲੀ ਭਰਤੀ ਅਸੀਂ ਮੁਕੰਮਲ ਕੀਤੀ ਹੈ ਤੇ ਨਿਯੁਕਤੀ ਪੱਤਰ ਅਸੀਂ ਛੇਤੀ ਦੇ ਦੇਣੇ ਆ ਇਹ 4300 ਕਰਨੀ ਇਹ ਹਜ਼ਾਰਾਂ ਘਰਾਂ ਦੇ ਵਿੱਚ ਹੁਣ ਥੋੜੇ ਜਿਹਾ ਸੁੱਖ ਦੇ ਦੀਵੇ ਜਿਹੜੇ ਬਲਣਗੇ ਤੇ ਅਸੀਂ ਇਹ ਵੀ ਉਮੀਦ ਕਰਦੇ ਹਾਂ ਕਿ ਹੋਰ ਜਿੰਨੀਆਂ ਖਾਲੀ ਪਈਆਂ ਸਾਵੀਆਂ ਉਹ ਵੀ ਭਰ ਦਿਓ ਜਿਹੜੇ ਕੱਚੇ ਨੇ ਉਹਨਾਂ ਨੂੰ ਪੱਕੇ ਕਰਨ ਦੀ ਵੀ ਪ੍ਰਕਿਰਿਆ ਸ਼ੁਰੂ ਕਰ ਦਿਓ ਤਾਂ ਜੋ ਉਹਨਾਂ ਨੂੰ ਵੀ ਲੱਗੇ ਕਿ ਭਾਈ ਸਾਡੀ ਵੀ ਕੋਈ ਗੱਲ ਸੁਣਦਾ ਹੈ ਨਹੀਂ ਬਿਲਕੁਲ ਸਹੀ ਗੱਲ ਹੈ ਬਾਕੀ ਚਲੋ ਇਹ ਤੂੰ ਇੱਕ ਸੁਨੇਹਾ ਤੇ ਮਿਲ ਗਿਆ ਵੀ ਜੇ ਕਹਿੰਦਾ ਸੀ ਆ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਵੀ ਸਾਨੂੰ ਥੋੜਾ ਜਿਹਾ ਸਮਾਂ ਦੇ ਦਿਓ ਤੇ ਅਸੀਂ ਸਾਰਾ ਕੁਝ ਕਰ ਰਹੇ ਹਾਂ ਇਹਦਾ ਮਤਲਬ ਵੀ ਉਹ ਸਮੇਂ ਦੇ ਹਿਸਾਬ ਨਾਲ ਸਾਰਾ ਕੁਝ ਕਰ ਰਹੇ ਹੋ ਹੌਲੀ ਹੌਲੀ ਨਤੀਜੇ ਸਾਹਮਣੇ ਆਗੇ ਇਹਦੇ ਨਾਲ ਜਿਹੜੇ ਬਾਕੀ ਰ ਉਹਨਾਂ ਨੂੰ ਹੌਸਲਾ ਵੱਜ ਗਿਆ ਵੀ ਕੋਈ ਗੱਲ ਨਹੀਂ ਯਾਰ ਸਾਡੀ ਵਾਰੀ ਵੀ ਆ ਜੂਗੀ ਤੇ ਵਾਰੀ ਹੁਣ ਦੂਸਰੇ ਪਾਸੇ ਸੰਗਰੂਰ ਵਾਲੀ ਜ਼ਿਮਨੀ ਚੌਂਚ ਵੀ ਆ ਗਈ ਅੱਛਾ ਜੀ ਹੁਣ ਕਾਰਨ ਇਹ ਆ ਵੀ ਰੌਲਾ ਉਦੋਂ ਪਿਆ ਜਦੋਂ ਕੰਧਾਂ ਤੇ ਪੋਸਟਰਾਂ ਦੇ ਉੱਪਰ ਫੋਟੋ ਲੱਗੀ ਸੀ ਤੇ ਲਿਖਿਆ ਸੀ ਸਾਡੀ ਭੈਣ ਬਣੇਗੀ ਸੰਗਰੂਰ ਦੀ ਐਮਪੀ ਤੇ ਤਸਵੀਰ ਭਗਵੰਤਮਾ ਸਾਹਿਬ ਦੇ ਭੈਣ ਜੀ ਦੀ ਨਾਲ ਮਾਨ ਸਾਹਿਬ ਦੀ ਤੇ ਨਾਲ ਕੇਰਿਵਾਲ ਸਾਹਿਬ ਦੀ ਲੱਗੀ ਥੱਲੇ ਲਿਖਿਆ ਸੀਗਾ ਵੀ ਸਮੂਹ ਜਿਹੜੇ ਆਪ ਵਲੰਟੀਅਰ ਹੁਣ ਪੋਸਟਰ ਲੱਗੇ ਕਿੰਨੇ ਲਾਏ ਕਿੰਨੇ ਨਹੀਂ ਲਾਏ ਉਹਦਾ ਤੇ ਰੌਲਾ ਪੈਣਾ ਸੀ ਪਰ ਇਸ ਚੀਜ਼ ਦਾ ਵਾਵਾ ਰੌਲਾ ਪੈ ਗਿਆ ਵੀ ਲੋ ਜੀ ਫਿਰ ਇਹਦਾ ਮੁਲਾਮ ਆਦਮੀ ਪਾਰਟੀ ਹੁਣ ਮਾਨਸਾਹਲ ਦੇ ਭੈਂਜੀਰਾਂ ਨੂੰ ਉੱਥੋਂ ਉਮੀਦਵਾਰ ਬਣਾਉਣਗੇ ਤੇ ਉਹ ਜਿਹੜੀ ਸੀਟ ਹੈ ਜੀ ਉਹ ਫਿਰ ਪਰਿਵਾਰ ਦੇ ਵਿੱਚ ਹੀ ਫਿਰ ਚੱਲ ਜੂਗੀ ਹਾਲਾਂਕਿ ਜਿਹਨੇ ਇਹਨਾਂ ਨੂੰ ਪੁੱਛਿਆ ਉਹ ਕਹਿੰਦੇ ਜੀ ਇਹੋ ਜੀ ਗੱਲ ਕੋਈ ਨਹੀਂ ਆ ਵੀ ਨਾਂ ਮਨ ਨੂੰ ਪਾਰਟੀ ਨੇ ਕਿਹਾ ਤੇ ਨਾਂ ਕੋਈ ਹੋਜੀ ਚਰਚਾ ਹੀ ਆ ਜੋ ਪਾਰਟੀ ਹੁਕਮ ਕਰੂ ਜਿਹੋ ਜਿਹਾ ਸਮਾਂ ਉਹ ਹਿਸਾਬ ਨਾਲ ਆਪਾਂ ਵੇਖ ਲਾਂਗੇ ਅਜੇ ਇਦਾਂ ਦੀ ਕੋਈ ਗੱਲ ਨਹੀਂ ਕਿ ਮੈਂ ਉਮੀਦਵਾਰ ਆਂ ਦੇਖੋ ਸੰਧਾਲੀਆ ਸਭ ਇੱਕ ਗੱਲ ਤਾਂ ਪੱਕੀ ਆ ਕਿ ਲੋਕ ਸਭਾ ਚ ਇਸ ਵੇਲੇ ਭਗਵੰਤ ਮਾਨ ਸਾਹਿਬ ਨੇ ਅਸਤੀਫਾ ਦੇ ਦਿੱਤਾ ਘਰ ਅਗਲਿਆਂ ਖਾਲੀ ਕਰਾ ਲੈ ਦਿੱਲੀ ਵਾਲਾ ਕਿ ਹੁਣ ਤੁਸੀਂ ਮੁੱਖ ਮੰਤਰੀਓ ਚੰਡੀਗੜ੍ਹ ਵਾਲੇ ਘਰ ਚ ਰਹੋ ਉਮੀਦਵਾਰ ਉਹ ਚਾਹੀਦਾ ਜੇ ਉਹ ਜਿੱਤੇ ਤੇ ਜਿੱਤ ਕੇ ਪੰਜਾਬ ਦੀ ਗੱਲ ਬਹੁਤ ਚੰਗੇ ਤਰੀਕੇ ਠੋਕ ਬਜਾ ਕੇ ਲੋਕ ਸਭਾ ਚ ਕਰ ਸਕੇ ਚਾਹੇ ਉਹ ਕਿਸੇ ਪਾਰਟੀ ਦਾ ਜਿੱਤੇ ਆਮ ਆਦਮੀ ਪਾਰਟੀ ਦੇ ਲਈ ਇਲੈਕਸ਼ਨ ਬਹੁਤ ਇੰਪੋਰਟੈਂਟ ਹੈ ਉਹ ਇਹਦਾ ਕਾਰਨ ਹੈ ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਚ ਚੋਣ ਹੈ ਇਹ ਦਾਅਵਾ ਕਰਦੇ ਕਿ ਅਸੀਂ ਪੰਜਾਬ ਚ ਕੰਮ ਬੜਾ ਵਧੀਆ ਕੀਤਾ ਜੇ ਜ਼ਿਮਨੀ ਚੋਂ ਵੱਧ ਵੋਟਾਂ ਦੇ ਫਰਕ ਦੇ ਨਾਲ ਜਿੱਤਣਗੇ ਫਿਰ ਕਿਤਨਾ ਕਿਤੇ ਸੰਭਾਵਨਾ ਹੋ ਸਕਦੀ ਹੈ ਕਿ ਉਹ ਜਾ ਕੇ ਪ੍ਰਚਾਰ ਦੇ ਵਿੱਚ ਕਹਿਣ ਦੇਖੋ ਜੀ ਦਿੱਲੀ ਚ ਕੰਮ ਕੀਤਾ ਸੀ ਪੰਜਾਬ ਵਾਲਿਆਂ ਨੇ ਦੇਖਿਆ ਵੋਟਾਂ ਪਾਤੀਆਂ ਪੰਜਾਬ ਚ ਕੰਮ ਕੀਤਾ ਸੀ ਸੰਗਰੂਰ ਵਾਲਿਆਂ ਨੇ ਉਹਦੇ ਉੱਤੇ ਮੋਹਰ ਲਾਤੀ ਤੇ ਹੁਣ ਫਿਰ ਤੁਸੀਂ ਵੀ ਲਾ ਦਿਓ ਹੂੰ ਦੂਸਰਾ ਭਗਵੰਤਮਾਨ ਸਾਹਿਬ ਦੇ ਲਈ ਬਹੁਤ ਜ਼ਰੂਰੀ ਹੈ ਕਿ ਸੀਟ ਜਿੱਤੀ ਜਾਵੇ ਘਰ ਚ ਸੀਟ ਰੱਖਣੀ ਆ ਕਿੱਥੇ ਰੱਖਣੀ ਆ ਮੈਨੂੰ ਲੱਗਦਾ ਕਿ ਇਹ ਚੀਜ਼ਾਂ ਮਾਇਨੇ ਨਹੀਂ ਰਖਾਉਂਦੀਆਂ ਕਿਉਂਕਿ ਸਾਡੇ ਕੋਲੇ ਥੋੜੇ ਹੀ ਐਮਪੀ ਨੇ ਯੂਪੀ ਵਾਲਿਆਂ ਕੋ 80 ਨੇ ਉੱਥੇ 5 7 10 ਢਿੱਲੇ ਵੀ ਚੱਲ ਗਿਆ ਕੋਈ ਗੱਲ ਨਹੀਂ 70 ਹੋਰ ਕਸੇ ਹੋਣਗੇ ਪਰ ਸਾਡੇ ਕੋਲ ਤਾਂ ਲੈ ਦੇ ਕੇ ਹੈਗੇ ਹੀ 13 ਆ ਉਹ ਵੀ ਅੱਜ ਤੱਕ ਕਦੇ ਇਕੱਠੇ ਨਹੀਂ ਬੈਠੇ ਇਸ ਕਰਕੇ ਚੰਗੀ ਬੁਲੰਦ ਆਵਾਜ਼ ਵਾਲੇ ਨੂੰ ਅਸੀਂ ਨਹੀਂ ਕਹਿੰਦੇ ਕਿ ਬੀਬੀ ਜੀ ਬੁਲੰਦ ਆਵਾਜ਼ ਵਾਲੇ ਨਹੀਂ ਹੈਗੇ ਚੰਗਾ ਬੰਦਾ ਹੋਵੇ ਪੰਜਾਬ ਦੇ ਪ੍ਰਤੀ ਚੰਗੀ ਸੋਚ ਰੱਖਦਾ ਹੋਵੇ ਕੈਂਡੀਡੇਟ ਉਹਨੂੰ ਬਣਾਓ ਚੰਗਾ ਹੋਵੇ ਕੋ ਵਰਕਰ ਹੋਵੇ ਕਿਉਂਕਿ ਅੱਜ ਤੱਕ ਰੌਲਾ ਕੀ ਸੀ ਰੌਲਾ ਤਾਂ ਪਰਿਵਾਰਵਾਦ ਦਾ ਹੀ ਸੀ ਨਾ ਕਿ ਭਾਈ ਵੱਡੀਆਂ ਪਾਰਟੀਆਂ ਨੇ ਟੱਬਰ ਦੇ ਵਿੱਚ ਹੀ ਸਭ ਕੁਝ ਰੱਖੀ ਜਾਂਦੀਆਂ ਆ ਹੋ ਹੀ ਜਾਂਦਾ ਹੁਣ ਬਦਲਾਅ ਵਾਲੀ ਰਾਜਨੀਤੀ ਦੇ ਨਾਲ ਜੇ ਆਏ ਨੇ ਮੈਦਾਨ ਦੇ ਵਿੱਚ ਤਾਂ ਫਿਰ ਪਾਈ ਬਦਲਾਅ ਵਾਲੇ ਪਾਸੇ ਨੂੰ ਹੀ ਤੁਰਨਾ ਚਾਹੀਦਾ ਦੂਜੇ ਪਾਸੇ ਨੂੰ ਆਪਾਂ ਜਾਣਾਗਾ ਤੋ ਆ ਜਣੀ ਲੋੜ ਹੀ ਕੋਈ ਨਹੀਂ 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 ਬਿਲਕੁਲ ਠੀਕ ਆ ਮੈਨੂੰ ਲੱਗਦਾ ਵੀ ਅਜੇ ਤੱਕ ਤੇ ਚਲੋ ਰੌਲਾ ਰੱਪਾ ਉਹਨਾਂ ਨੇ ਆਫੀਸ਼ੀਅਲੀ ਕਿਹਾ ਨਹੀਂ ਬਾਕੀ ਜਦੋਂ ਅਨਾਉਂਸਮੈਂਟ ਹੋਊਗੀ ਉਦੋਂ ਆਪਾਂ ਉਸ ਹਿਸਾਬ ਨਾਲ ਚਰਚਾ ਕਰ ਲਵਾਂਗੇ ਵੀ ਉਹ ਜਿਹੜੀ ਕੈਂਡੀਡੇਟ ਹੋਣਾ ਚਾਹੀਦਾ ਜਾਂ ਹੋਣੀ ਚਾਹੀਦੀ ਕੌਣ ਸੀ ਕੌਣ ਨਹੀਂ ਪਰ ਦੂਜੇ ਪਾਸੇ ਐਂ ਜਾਵਦਾ ਵੀ ਹੁਣ ਸੰਗਰੂਰ ਵਾਲੇ ਥਾਂ ਦੇ ਉੱਪਰ ਟੱਕਰ ਬਹੁਤ ਵੱਡੀ ਹੋ ਜਾਣੀ ਹੈ ਕਿਉਂਕਿ ਸ਼੍ਰੋਮਣੀ ਕਲਦਲ ਵਾਲੇ ਪਾਸਿਓਂ ਵੀ ਉਹਨਾਂ ਨੇ ਇੱਕ ਮੀਟਿੰਗ ਕੀਤੀ ਸੀ ਤੇ ਉਹ ਕਹਿੰਦੇ ਦੇਖੋ ਉਹਨ ਸਾਰੀਆਂ ਤਾਕਤਾਂ ਸਰਦਾਰ ਸੁਬੀਰ ਸਿੰਘ ਬਾਲਸਰ ਨੂੰ ਦੇ ਦਿੱਤੀਆਂ ਗਈਆਂ ਵੀ ਮਾਰੇ ਤੁਸੀਂ ਕੀ ਦੇਖਣਾ ਜੀ ਉਦੋਂ ਬਾਅਦ ਨਾਲ ਹੀ ਉਹਨਾਂ ਨੇ ਇੱਕ ਕਮੇਟੀ ਬਣਾਤੀ ਹੈ ਚਾਰ ਪੰਜ ਬੰਦਿਆਂ ਦੀ ਵੱਡੀ ਲੀਡਰਸ਼ਿਪ ਉਹਨਾਂ ਦੀ ਜ਼ਿੰਮੇਵਾਰੀ ਇਹ ਲਈ ਗਈ ਹੈ ਵੀ ਜਿਹੜੀਆਂ ਬਾਕੀ ਦੀਆਂ ਧਿਰਾਂ ਨੇ ਕਿਉਂਕਿ ਪਿਛਲੇ ਦਿਨੀ ਐਸਜੀਪੀਸੀ ਨੇ ਕੁਝ ਤਰ੍ਹਾਂ ਇਕੱਠੀਆਂ ਕੀਤੀਆਂ ਸੀ ਜਿਹਦੇ ਚ ਬਾਕੀ ਕਾਲੀ ਦਲ ਵੀ ਸੀਗੇ ਹੋਰ ਸਿੱਖ ਸੰਸਥਾਵਾਂ ਦੇ ਨੁਮਾਇੰਦੇ ਸੀਗੇ ਉਹ ਕਹਿੰਦੇ ਯਾਰ ਇੱਕ ਏਕਾ ਹੋਇਆ ਇੱਕ ਇਕੱਠ ਹੋਇਆ ਤੇ ਉਸ ਇਕੱਠ ਨੂੰ ਕਿਉਂ ਨਾ ਹੋਰ ਇਕੱਠ ਦੇ ਰੂਪ ਚ ਰੱਖਿਆ ਜਾਵੇ ਤੇ ਆਪਾਂ ਸਾਂਝਾ ਉਮੀਦਵਾਰ ਖੜਾ ਕਰ ਲਈ ਹੁਣ ਮੈਨੂੰ ਲੱਗਦਾ ਵੀ ਜਿੱਦਾਂ ਸਾਂਝੇ ਉਮੀਦਵਾਰ ਦੀ ਚਰਚਾ ਚੱਲੀ ਆ ਤੇ ਨਾਲ ਦੀ ਨਾਲ ਹੀ ਨਾਮ ਸਾਹਮਣੇ ਆਉਣ ਲੱਗ ਪਿਆ ਸ਼੍ਰੋਮਣੀ ਅਕਾਲੀ ਦਲ ਅਮਰਸਰ ਤੋਂ ਕਿਉਂਕਿ ਉਮੀਦਵਾਰ ਨੇ ਸਮਰਜੀਤ ਸਿੰਘ ਮਾਨ ਹੋਰਾਂ ਨੇ ਆਲਰੇਡੀ ਅਨਾਉਂਸ ਕੀਤਾ ਹੋਇਆ ਕਿ ਉਹਨੇ ਇਲੈਕਸ਼ਨ ਲੜਨੀ ਆ ਤੇ ਉਹਨੇ ਕਿਹਾ ਵੀ ਸੀ ਕਿ ਜੇ ਮੈਨੂੰ ਵੋਟ ਮੰਗਣੀ ਪਈ ਤੇ ਮੈਂ ਸੁਬੀਰਵਾਲ ਸਾਹਿਬ ਕੋਲੋਂ ਵੀ ਵੋਟ ਮੰਗੂਗਾ ਮੈਨੂੰ ਲੱਗਦਾ ਵੀ ਜਿੱਦਾਂ ਜਿਹਦੀ ਚਰਚਾ ਹੈ ਸ਼ਾਇਦ ਸ਼੍ਰੋਮਣੀ ਅਕਾਲੀ ਦਲ ਵੀ ਸਮਰਜੀਤ ਸਿੰਘ ਮਾਨ ਹੋਰਾਂ ਨੂੰ ਹੀ ਸਪੋਰਟ ਕਰ ਦੇਵੇ ਵੀ ਸਾਡੇ ਵੱਲੋਂ ਇਹੀ ਉਮੀਦਵਾਰ ਨੇ ਉਹ ਟੱਕਰ ਤਗੜੀ ਦੇਖੋ ਪ੍ਰੇਮ ਸਿੰਘ ਚੰਦੂ ਮਾਜਰਾ ਸਾਹਿਬ ਸੰਕੇਤ ਦਿੱਤਾ ਉਹ ਕਹਿੰਦੇ ਜੀ ਆਪਾਂ ਹੀ ਉਮੀਦਵਾਰੀ ਉਹਨਾਂ ਨੇ ਐਲਾਨ ਲਈ ਅਸੀਂ ਉਹਨਾਂ ਕੋਲ ਵੀ ਜਾਵਾਂਗੇ ਮਾਨ ਸਾਹਿਬ ਕੋਲ ਜਦੋਂ ਕਮੇਟੀ ਦੇ ਸੰਧਾਲਿਆ ਸਭ ਜਿੱਥੋਂ ਤੱਕ ਤਾਂ ਬੰਦੀ ਸਿੰਘਾਂ ਦੀ ਰਿਹਾਈ ਦਾ ਬਾਰ ਬਾਰ ਜ਼ਿਕਰ ਕੀਤਾ ਜਾ ਰਿਹਾ ਕਿ ਅਸੀਂ ਉੱਥੇ ਇਕੱਠੇ ਹੋਏ ਸੀ ਬਹੁਤ ਅੱਛੀ ਗੱਲ ਹੈ ਉਸ ਮਸਲੇ ਦੇ ਉੱਤੇ ਇਕੱਠੇ ਰਹਿਣਾ ਵੀ ਚਾਹੀਦਾ ਨਹੀਂ ਤਾਂ ਬਹੁਤ ਸਾਰੇ ਘੱਟਚੜ ਹੁੰਦੇ ਆ ਹੁੰਦੇ ਬਾਅਦ ਚਾ ਵੋਟਾਂ ਤੋਂ ਬਾਅਦ ਟੁੱਟ ਜਾਂਦੇ ਆ ਆਪਾਂ ਪੰਜਾਬ 'ਚ ਦੇਖੇ ਆ ਹੁਣ ਉਸ ਮੁੱਦੇ ਤੇ ਇਕੱਠੇ ਰਹਿਣ ਸਿਆਸੀ ਤੌਰ ਤੇ ਇਕੱਠੇ ਹੋ ਸਕਦੇ ਤਾਂ ਹੋਰ ਕੀ ਚਾਹੀਦਾ ਤੇਰਾ ਬਹੁਤੀਆਂ ਖਿਲਰੀਆਂ ਨੇ ਹੁਣ ਮਜ਼ਬੂਤ ਤੇਰਾ ਉਹਨੂੰ ਸਰਕਾਰ ਦੇ ਉੱਤੇ ਚੈੱਕ ਰੱਖਣ ਪਰ ਸਵਾਲ ਹੀ ਪੈਦਾ ਹੁੰਦਾ ਹੈ ਕਿ ਭਲਕ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਆਉਣੀਆਂ ਜੇ ਐਤਕੀ ਇਕੱਠੇ ਹੁੰਦੇ ਆ ਤਾਂ ਪ੍ਰੈਕਟੀਕਲੀ ਉੱਥੇ ਫਿਰ ਜਾ ਕੇ ਕਿੱਦਾਂ ਹੋਊਗਾ ਕੰਮ ਕਿਉਂਕਿ ਜਿੰਨੀਆਂ ਵੀ ਬਾਕੀ ਧਿਰਾਂ ਨੇ ਚਾਹੇ ਸਰਨਾਪ੍ਰਾਵਾਂ ਦੀ ਧਿਰ ਹੈ ਚਾਹੇ ਮਨਜੀਤ ਸਿੰਘ ਜੀ ਕੇ ਹੋਰਾਂ ਦੀ ਧਿਰ ਹੈ ਚਾਹੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਾਲੀ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਧਿਰ ਹੈ ਇਸ ਸਾਰੀਆਂ ਹੀ ਤਰ੍ਹਾਂ ਅੱਜ ਤੱਕ ਸ਼ਰੋਮਣੀਆਂ ਅਕਾਲੀ ਦਲ ਬਾਦਲ ਦੇ ਖਿਲਾਫ ਰਹੀਆਂ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲਾਂ ਤੋਂ ਮੁਕਤ ਕਰਾਉਣ ਦਾ ਤਾਂ ਹੁਕਾ ਦਿੰਦੀਆਂ ਰਹੀਆਂ ਹੁਣ ਜਦੋਂ ਉਹ ਹੁਕਾ ਨਹੀਂ ਦਿੰਦੀਆਂ ਰਹੀਆਂ ਹੋ ਸਕਦਾ ਕਿ ਸੰਗਰੂਰ ਵਾਲੀ ਇੱਕ ਸੀਟ ਤੇ ਸਾਰੇ ਇਕੱਠੇ ਹੋ ਜਾਣ ਫਿਰ ਭੜਕ ਨੂੰ ਐਸਜੀਪੀਸੀ ਚ ਕੀ ਹੋਊਗਾ ਦੂਸਰੀ ਗੱਲ ਸੰਧਾਲੀਆ ਸਭ ਵਿਚਾਰਧਾਰਕ ਤੌਰ ਤੇ ਬੜੇ ਬਖਰੀਵੇਂ ਨੇ ਸ਼ਰੋਮਣੀਆਂ ਅਕਾਲੀ ਦਲ ਦੇ ਲਈ ਇੱਕ ਸੰਕਟ ਹੈਗਾ ਅਕਾਲੀ ਦਲ ਅੱਜ ਤੱਕ ਕਦੀ ਇੰਨਾ ਨਿਗਰਿਆ ਨਹੀਂ ਸੀ ਸਿਆਸੀ ਤੌਰ ਦੇ ਉੱਤੇ ਕਿ ਤਿੰਨ ਹੀ ਸੀਟਾਂ ਤੇ ਸੀਮਤ ਰਹਿ ਜਾਏ। ਬਸਪਾ ਦੇ ਨਾਲ ਸਮਝੌਤਾ ਕਰਕੇ ਦੇਖ ਲਿਆ। ਚਾਰ ਹੀ ਬਣੀਆਂ ਟੋਟਲ ਕੁੱਲ ਮਿਲਾ ਕੇ 113 ਹਰੀਆਂ ਨੇ ਇਸ ਗੱਠਜੋੜ ਨੇ। ਹੁਣ ਇੱਥੋਂ ਪਿਛਲੀ ਵਾਰ ਅਕਾਲੀ ਦਲ ਦੇ ਉਮੀਦਵਾਰ ਕੌਣ ਸਨ? ਪਰਮਿੰਦਰ ਸਿੰਘ ਢੀਂਡਸਾ। ਉਹ ਹੁਣ ਅਕਾਲੀ ਦਲ 'ਚ ਨਹੀਂ। ਉਹਨਾਂ ਤੋਂ ਪਹਿਲਾਂ ਅਕਾਲੀ ਦਲ ਦੇ ਉਮੀਦਵਾਰ ਕੌਣ ਸੀ? ਸੁਖਦੇਵ ਸਿੰਘ ਢੀਂਡਸਾ। ਉਹ ਹੁਣ ਅਕਾਲੀ ਦਲ 'ਚ ਨਹੀਂ। ਉਹਨਾਂ ਤੋਂ ਪਹਿਲਾਂ ਬਰਨਾਲਾ ਪਰਿਵਾਰ ਵੀ ਇੱਥੋਂ ਚੋਣ ਲੜਦਾ ਰਿਹਾ। ਉਹ ਜ ਅਕਾਲੀ ਦਲ ਚ ਨਹੀਂ ਜਾਨੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਲਈ ਉਮੀਦਵਾਰ ਮਜ਼ਬੂਤ ਉਮੀਦਵਾਰ ਉਮੀਦਵਾਰ ਲੱਭਣਾ ਔਖਾ ਨਹੀਂ ਹੈ ਮਜ਼ਬੂਤ ਉਮੀਦਵਾਰ ਲੱਭਣਾ ਔਖਾ ਹੈ ਕਿਉਂਕਿ ਇਹ ਚੋਣ ਜਿੱਤਣ ਵਾਲੀ ਚੋਣ ਦਾ ਮਸਲਾ ਨਹੀਂ ਇੱਥੇ ਇਹ ਜਿੱਦਾਂ ਪਿਛਲੇ 5 ਸਾਲ ਇੱਕ ਚਰਚਾ ਚੱਲਦੀ ਰਹੀ ਸੀ ਕਿ ਭਾਈ ਵਿਰੋਧੀ ਦਰ ਕੌਣ ਹੈ ਪੰਜਾਬ ਚ ਉਹ ਕਹਿੰਦੇ ਆਮ ਆਦਮੀ ਪਾਰਟੀ ਕਹਿੰਦੇ ਨਹੀਂ ਯਾਰ ਉਹ ਤਾਂ ਖਿਲਰ ਗਈ ਆ ਦੋ ਢੜਾਂਜ ਵੰਡ ਗਈ ਆਕਾਲੀ ਦਲ ਇਦਾਂ ਹੀ ਅਟਕੀ ਇੱਥੇ ਵੀ ਚਰਚਾ ਇਸ ਗੱਲ ਦੀ ਹੋਣੀ ਹੈ ਕਿ ਠੀਕ ਹੈ ਜੇ ਤਾਂ ਸੀਟ ਜਿੱਤੀ ਜਾਵੇ ਬਹੁਤ ਵਧੀਆ ਨਹੀਂ ਤਾਂ ਕਾਂਗਰਸ ਪਾਰਟੀ ਤੇ ਅਕਾਲੀ ਦਲ ਦੇ ਵਿਚਾਲੇ ਇਸ ਗੱਲ ਦਾ ਮੁਕਾਬਲਾ ਹੋਣਾ ਹੈ ਕਿ ਭਾਈ ਜੇ ਆਮ ਆਦਮੀ ਪਾਰਟੀ ਅੱਗੇ ਰਹਿੰਦੀ ਹੈ ਕਿਉਂਕਿ ਭਗਵੰਤ ਮਾਨ ਸਾਹਿਬ ਨੇ ਸੀਟ ਖਾਲੀ ਕੀਤੀ ਹੈ 9 ਵਿਧਾਨ ਸਭਾ ਹਲਕੇ ਨੇ 9 ਦੇ 9 ਐਮਐਲਏ ਆਮ ਆਦਮੀ ਪਾਰਟੀ ਦੇ ਨੇ ਅਜੇ ਇੰਨਾ ਵੀ ਪਾਣੀ ਉਤਰਿਆ ਨਹੀਂ ਆਮ ਆਦਮੀ ਪਾਰਟੀ ਦਾ ਕਿ ਛੇਤੀ ਹਰ ਜਣ ਕਾਂਗਰਸ ਅੱਗੇ ਰਹਿੰਦੀ ਹੈ ਅਕਾਲੀ ਦਲ ਦੇ ਕੈਂਡੀਡੇਟ ਅੱਗੇ ਰਹਿੰਦੇ ਨੇ ਇਹ ਬਹੁਤ ਵੱਡਾ ਮਸਲਾ ਹੈ ਕਿਉਂਕਿ ਨਹੀਂ ਤਾਂ ਫਿਰ ਲੋਕਾਂ ਨੂੰ ਕੱਲ ਨੂੰ ਜਾ ਕੇ ਕਹਿਣਾ ਕੀ ਹੈ ਕਿ ਭਾਈ ਅਸੀਂ ਤੀਜੇ ਤੇ ਕਿਉਂ ਤੇ ਅਸੀਂ ਦੂਜੇ ਤੇ ਕਿਉਂ ਨਾਲ ਦੀ ਨਾਲ ਸਿਮਰਨਜੀਤ ਸਿੰਘ ਮਾਨ ਹਰ ਆਦਾ ਜਿਹੜਾ ਮਸਲਾ ਹੈ ਉਹਨਾਂ ਨੇ ਬਿਲਕੁਲ ਵੇਲੇ ਸਰ ਆਪਣੀ ਉਮੀਦਵਾਰੀ ਦਾ ਐਲਾਨ ਕਰਤਾ ਕਿ ਭਾਈ ਆਪਾਂ ਖੜੇ ਆ ਹੁਣ ਮੈਨੂੰ ਨਹੀਂ ਲੱਗਦਾ ਇਹ ਮੇਰੀ ਨਿੱਜੀ رائے ਆ ਜਾਂ ਸੁਖਵੀਰ ਸਿੰਘ ਬਾਦਲ ਸਾਹਿਬ ਜਿਸ ਤਰੀਕੇ ਰਾਜਨੀਤੀ ਕਰਦੇ ਹੁੰਦੇ ਆ ਮੈਨੂੰ ਨਹੀਂ ਲੱਗਦਾ ਕਿ ਉਹ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਹੱਕ ਦੇ ਵਿੱਚ ਜਾਣਗੇ ਤੇ ਆਪਣਾ ਉਮੀਦਵਾਰੀ ਨਹੀਂ ਖੜਾ ਕਰਨਗੇ ਕਿਉਂਕਿ ਉਹ ਅਕਾਲੀ ਦਲ ਨੂੰ ਅਜੇ ਉਭਾਰਨਾ ਚਾਹੁੰਦੇ ਆ ਤੇ ਐਡਾ ਵੱਡਾ ਸੰਗਰੂਰ ਲੋਕ ਸਭਾ ਹਲਕਾ ਜਿਹਦੇ ਅਧੀਨ 9 ਵਿਧਾਨ ਸਭਾ ਹਲਕੇ ਆਉਂਦੇ ਹੋਣ ਉਹ ਖਾਲੀ ਨਹੀਂ ਛੱਡ ਸਕਦੇ ਅੱਧੀ ਦੋਵੇਂ ਤਰ੍ਹਾਂ ਦੀ ਗੱਲਬਾਤ ਚੱਲਦੀ ਹੈ ਬਾਕੀ ਹੁਣ ਇਹ ਤੇ ਉਹਨਾਂ ਨੇ ਡਿਸੀਜਨ ਲੈਣਾ ਮੈਨੂੰ ਲੱਗਦਾ ਵੀ ਇਸੇ ਕਰਕੇ ਇੱਕ ਤੇ ਸਿਆਣੇ ਬੰਦਾਂ ਦੀ ਕਮੇਟੀ ਬਣਾ ਲਈ ਨਾਲੇ ਅਧਿਕਾਰ ਪ੍ਰਧਾਨ ਜੀ ਕੋਲ ਚਲ ਗਈ ਇਹ ਹੁਣ ਦੇਖੋ ਕਿ ਉਹ ਕੀ ਫੈਸਲਾ ਕਰਦੇ ਪਰ ਇਹਦੇ 'ਚ ਇੱਕ ਹੋਰ ਤੇ ਰਹਿ ਗਈ ਉਹ ਤੇ ਰਬੀ ਬੀਜਪੀ ਹੁਣ ਬੀਜਪੀ ਦੀ ਚਰਚਾ ਪਿਛਲੇ ਦਿਨੀ ਚੱਲਦੀ ਸੀ ਵੀ ਸੁਨੀਲ ਜਾਖੜ ਸਾਹਿਬ ਨੂੰ ਉਹਨਾਂ ਨੇ ਜੀ ਆਪਣੀ ਪਾਰਟੀ 'ਚ ਸ਼ਾਮਲ ਕਰ ਲਿਆ ਫਿਰ ਸੁਨੀਲ ਜਾਖੜ ਸਾਹਿਬ ਨੂੰ ਉੱਪਰ ਜਾ ਕੇ ਉਪਰਲੀ ਲੀਡਰਸ਼ਿਪ ਦੇ ਨਾਲ ਵੀ ਮਿਲਾਇਆ ਗਿਆ ਉੱਪਰਲੀ ਲੀਡਰਸ਼ਿਪ ਦੇ ਨਾਲ ਮੁਲਾਕਾਤ ਜਦੋਂ ਹੋਈ ਤੇ ਫਿਰ ਚਰਚਾ ਚੱਲੀ ਵੀ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਜਾਖੜ ਸਾਹਿਬ ਨੂੰ ਹੁਣ ਵੱਡੀ ਜ਼ਿੰਮੇਵਾਰੀ ਦੇ ਵਿੱਚ ਚੱਕਰ ਆਇਆ ਵੀ ਯਾਰ ਦੇਖੋ ਜੇ ਕੱਲ ਬੰਦਾ ਆਇਆ ਹੁਣ ਪ੍ਰਧਾਨਤਾ ਬਣਾਉਣਾ ਰਹੇ ਵੀ ਹੋ ਸਕਦਾ ਜਾਂ ਤਾਂ ਕੋਈ ਰਾਜ ਸਭਾ ਜਾਂ ਫਿਰ ਕੋਈ ਲੋਕ ਸਭਾ ਦੇ ਲਈ ਜਮਨੀ ਚੋਣ ਦੇ ਲਈ ਉਮੀਦਵਾਰ ਬਣਾ ਰਣ ਹੁਣ ਉਧਰ ਜੇ ਚਰਚਾ ਚੱਲਦੀ ਸੀ ਤੇ ਇੰਦਰ ਪਠਾਨਕੋਟ ਵਾਲੇ ਪਾਸੋਂ ਮਾਸਟਰ ਮੋਹਨ ਲਾਲੂ ਜੀ ਉਹਨਾਂ ਨਵੀਂ ਚਰਚਾ ਛੇੜਤੀ ਉਹ ਕਹਿੰਦੇ ਦੇਖੋ ਬੰਦਾ ਜਿਹੜਾ ਨਾ ਪਾਰਟੀ ਦੇ ਨਾਲ ਗੰਢਿਆ ਜੀ ਉਹੀ ਕਾਮਯਾਬ ਹੁੰਦਾ ਤੇ ਪਾਰਟੀ ਨੂੰ ਚਾਹੀਦਾ ਵੀ ਆਪਣਾ ਇੱਕ ਵੱਡਾ ਚਿਹਰਾ ਹੂੰ ਹੂੰ ਉਹਨੂੰ ਉੱਥੇ ਕੈਂਡੀਡੇਟ ਬਣਾਉਣ ਤੇ ਜ਼ਿਕਰ ਉਹਨਾਂ ਨੇ ਕੀਤਾ ਵੀ ਬੀਜੇਪੀ ਪੰਜਾਬ ਦੇ ਪ੍ਰਧਾਨ ਨੇ ਅਸ਼ਵਨੀ ਸ਼ਰਮਾ ਸਾਹਿਬ ਉਹਨਾਂ ਨੂੰ ਬਣਾਉਗੇ ਕਹਿੰਦੇ ਕੈਂਡੀਡੇਟ ਉਹ ਜਿੱਤਣਗੇ ਨਿਕ ਵਧੀਆ ਗੱਲ ਆ ਮੁੜ ਕੇ ਫੇ ਪਠਾਨਕੋਟ ਦੀ ਇਲੈਕਸ਼ਨ ਦੁਬਾਰਾ ਕਰਾ ਲਉਣਾ ਜਾਨੀ ਪੰਜਾਬ ਕੋਲ ਮਾਸਟਰ ਮੋਹਨ ਲਾਲ ਹੋ ਰਹੀ ਮੈਨੂੰ ਲੱਗਦਾ ਟ੍ਰਾਂਸਪੋਰਟ ਮੰਤਰੀ ਵੀ ਰਹੇ ਆ ਉਹਨਾਂ ਨੂੰ ਤਜਰਬਾ ਹੋਣਾ ਮਾਸਟਰ ਮੋਹਨ ਲਾਲ ਸਾਹਿਬ ਨੂੰ ਕਿ ਭਾਈ ਕੋਈ ਗੱਲ ਨਹੀਂ ਕਾਟੇ ਜੀ ਵੀ ਕੰਮ ਚੱਲੀ ਜਾਂਦਾ ਹੁੰਦਾ ਉਹ ਗੱਲ ਇਹ ਉਹ ਕਹਿੰਦੇ ਨੇ ਵੀ ਯਾਰ ਬੰਦਾ ਇੱਥੋਂ ਜਿੱਤ ਗਿਆ ਇਹਨੂੰ ਆਪਾਂ ਐਮਪੀ ਬਣਾ ਦੇ ਮੁੜ ਕੇ ਆਪਾਂ ਇਹਨੂੰ ਟਿਕਟ ਲੱਭਾਂਗੇ ਆਪੀ ਨਹੀਂ ਇਹ ਆ ਗੱਲ ਵਧੀਆ ਨਾ ਸੋਹਣੀ ਗੱਲ ਆਗੇ ਭਾਈ ਉਹ ਭਾਈ ਬੰਦਾ ਜਿੱਤ ਗਿਆ ਦੂਜੇ ਰੀ ਐਮਐਲਏ ਬਣਿਆ ਨਾਲੇ ਤੁਹਾਡੇ ਕੋਲ ਤਾਂ ਲੀਡਰ ਹੀ ਬਹੁਤ ਨਹੀਂ ਵੇਲੇ ਲੀਡਰ ਵੀ ਹੁਣ ਚਲੋ ਠੀਕ ਹੈ ਮਾਸਟਰ ਮੂਹਨ لال ਹੋਰਾਂ ਦੇ ਵਿਚਾਰਾਂ ਦਾ ਆਪਾਂ ਸਤਿਕਾਰ ਕਰਦੇ ਹਾਂ ਨਹੀਂ ਪਰ ਇਹਦੇ ਚ ਇੱਕ ਗੱਲ ਬੇਨਤੀ ਕਰਾਂ ਵੀ ਸੰਗਰੂਰ ਹਲਕਾ ਤੁਹਾਡੇ ਕੋਲ ਹੈ ਜਦੋਂ ਤੁਸੀਂ ਹੁਣ ਇੰਡੀਪੈਂਡੈਂਟ ਲੜਨਾ ਤੇ ਯਾਰ ਉੱਥੋਂ ਲੀਡਰ ਲੱਭੋ ਆਪਣਾ ਹੁਣ ਉਹ ਦੂਸਰੇ ਹਿੱਸੇ ਤੋਂ ਲਿਆ ਕੇ ਤੁਸੀਂ ਦੂਸਰੇ ਹਿੱਸੇ 'ਚ ਕੈਂਡੀਡੇਟ ਬਣਾਓਗੇ ਉਹਦੀ ਕੋਈ ਸੈਂਸ ਥੋੜਾ ਬਣਦੀ ਇੱਕ ਇੱਥੇ ਸੰਧਾਲੀਆ ਸਾਹਿਬ ਮੈਨੂੰ ਇਹ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਦੇ ਕੋਲ ਇੱਕ ਚਾਂਸ ਹੈ ਹੁਣ ਉਹਨਾਂ ਦੇ ਲੀਡਰਾਂ ਨਾਲ ਕਹਿਣਾ ਸ਼ੁਰੂ ਕਰਤਾ ਢੀਂਡਸਾ ਸਾਹਿਬ ਕੋਲ ਕਾਫੀ ਵੋਟਾਂ ਨੇ ਇੱਥੇ ਕਿਉਂਕਿ ਲਹਿਰਾ ਗਾਗਾ ਵਿਧਾਨ ਸਭਾ ਇਤਕੀ ਜੇ ਢੀਂਸਾ ਗਰੁੱਪ ਨੂੰ ਜਾਂ ਸਭ ਤੋਂ ਵੱਧ ਕਿਤੋਂ ਵੋਟਾਂ ਪਈਆਂ ਤੋਂ ਲਹਿਰੇਗਾ ਕਿਤੋਂ ਪਈਆਂ ਪਰਮਿੰਦਰ ਸਿੰਘ ਢੀਂਸਾ ਹੋਰਾਂ ਨੂੰ ਕੁਝ ਵੋਟਾਂ ਤਾਂ ਆਪਣੇ ਹੱਕ ਚ ਪੂਲ ਕਰਾ ਹੀ ਲੈਣਗੇ ਪਹਿਲਾਂ ਸੁਨਾਮ ਤੋਂ ਕਈ ਵਾਰ ਐਮਐਲਏ ਰਹੇ ਨੇ ਜਾਨੀ ਕਿ ਮੈਨੂੰ ਐ ਲੱਗਦਾ ਕਿ ਜੇ ਕੈਪਟਨ ਅਮਰਿੰਦਰ ਸਿੰਘ ਸੁਖਦੇਵ ਸਿੰਘ ਢੀਂਸਾ ਸਾਹਿਬ ਦੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਪੂਰਾ ਜ਼ੋਰ ਲਾ ਕੇ ਸਾਰਾ ਤਾਣ ਲਾ ਕੇ ਇਹ ਇਲੈਕਸ਼ਨ ਲੜਨ ਮੈਂ ਨਹੀਂ ਕਹਿਣਾ ਜਿੱਤਣ ਮੈਂ ਬਿਲਕੁਲ ਨਹੀਂ ਕਹਿਣਾ ਦੂਜੇ ਨੰਬਰ ਤੇ ਆਉਣਗੇ ਪਰ ਕਿਤੇ ਨਾ ਕਿਤੇ ਐਸੀਆਂ ਵੋਟਾਂ ਇੰਨੀਆਂ ਕਿ ਲੈ ਸਕਦੇ ਆ ਕਿ ਭਾਈ ਕੱਲ ਨੂੰ ਕਹਿਣ ਕਿ ਆ ਦੇਖੋ ਜੀ ਸਾਨੂੰ ਸਨਮਾਨਜਨਕ ਢੰਗ ਦੇ ਨਾਲ ਵੋਟਾਂ ਪਈਆਂ ਨੇ ਨਹੀਂ ਤਾਂ ਬਹੁਤੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਐ ਕਿ ਵਿਧਾਨ ਸਭਾ ਦੀ ਚੋਣ ਚ ਯਾਨੀ ਉਹਨਾਂ ਦੇ ਕੋਲੇ ਮੌਕਾ ਹੀ ਆ ਕਿ ਜੇ ਉਹਨੂੰ ਸਾਬ ਲੈਣ ਦੂਸਰਾ ਮੌਕਾ ਉਹਨਾਂ ਦੇ ਕੋਲੇ ਨਿਗਮ ਚੋਣਾਂ ਚ ਆਉਣਾ ਨਹੀਂ ਨਹੀਂ ਆ ਜਿਹੜਾ ਤੁਸੀਂ ਸ਼ਬਦ ਵਰਤਨਾ ਸਨਮਾਨਜਨਕ ਹਾਂ ਜੀ ਇਹ ਬੜਾ ਮਤਲਬ ਜਮਾਂ ਜਿਹੜਾ ਠੀਕ ਆ ਨਹੀਂ ਲੜਦਾ ਇਹ ਲੜਨ ਵਾਲੀ ਦਵਾਈ ਹੁੰਦੀ ਐ ਉਹ ਦਾਮਲ ਸਨਮਾਨਜਨ ਕਹਿੰਦੇ ਮੈਂ ਇਦਾਂ ਉਹ ਕਹਿੰਦੇ ਇਹ ਰਾਜ ਕਰਨਾ ਤੁਸੀਂ ਸਨਮਾਨਜਨ ਜਦੋਂ ਇਹ ਉਹ ਰਾਜ ਉਹਨਾਂ ਨੇ ਕਰਨਾ ਕਿਸੇ ਵੇਲੇ ਦੋ ਲੋਕ ਸਭਾ ਦੀਆਂ ਸੀਟਾਂ ਹੁੰਦੀਆਂ ਸੀ ਸਾਰੇ ਭਾਰਤ ਦੇ ਵਿੱਚ ਹੁਣ 302 ਤੋਂ ਵੀ ਟੱਪੀਆਂ ਹੋਈਆਂ ਨੇ ਅਨੀ ਆਦੇ ਹੁਣ ਤੁਸੀਂ ਜਾਣ ਕੇ ਕਹਿਣ ਕਿ ਬਰਫ ਦੀ ਟਕੋਰ ਕਰਿਓ ਠੀਕ ਹੋਣਾ ਥੋੜਾ ਜਿ ਲੜਨਾ ਹੈ ਜਣੀ ਕਹਿਣ ਦਾ ਭਾਵ ਆ ਕਿ ਕੱਲੇ ਕੱਲੇ ਲੜਨਗੇ ਤਾਂ ਆਪਾਂ ਹਾਲਾਤ ਦੇਖ ਲੈਨੇ ਕਈ ਜਗ੍ਹਾ ਤੇ ਸੈਂਕੜੇ ਵੋਟਾਂ ਮਿਲੀਆਂ ਇੱਥੋਂ ਆਪਾਂ ਇਹ ਕਹਿ ਸਕਦੇ ਹਾਂ ਸੰਗਰੂਰ ਵਾਲੀ ਜ਼ਿਲ੍ਹਨੀ ਚੋਣ ਚ ਇੱਕ ਪਾਸੇ ਦੋ ਵੱਡੇ ਗੱਠ ਜੁੜੇ ਹੋਣੇ ਜਿੱਦਾਂ ਹੋਣਾ ਅਕਾਲੀ ਦਲ ਨੇ ਕਹਿਤਾ ਵੀ ਆਪਾਂ ਬਾਕੀ ਧਰਨਾ ਮਿਲ ਕੇ ਲੜਾਂਗੇ ਦੂਜੇ ਪਾਸੇ ਭਾਜਪਾ ਭਾਜਪਾ ਨਾਲ ਕੈਪਟਨ ਸਾਹਿਬ ਕੈਪਟਨ ਸਾਹਿਬ ਦੇ ਨਾਲ ਟੀਨ ਸਾਹਿਬ ਸਾਹਿਬ ਉਹਨਾਂ ਦਾ ਇੱਕ ਗੱਠ ਜੁੜ ਜਿਨੂੰ ਐਨਡੀਏ ਗੱਠ ਜੁੜ ਕਹਿੰਦੇ ਆ ਤੇ ਦੂਜੇ ਪਾਸੇ ਉਸਾ ਦਾ ਕੇ ਬਾਸ ਬਾਲ ਵੀ ਆਪਣੇ ਤੌਰ ਤੇ ਇਕੱਲੇ ਤੌਰ ਤੇ ਉਥੇ ਇਲੈਕਸ਼ਨ ਲੜਨ ਸੋ ਇਦਾਂ ਜੀ ਦੀ ਉਥੇ ਪਿਕਚਰ ਬਣਦੀ ਨਜ਼ਰ ਆਉਂਦੀ ਬਾਕੀ ਅਜੇ ਟਾਈਮ ਹੈਗਾ ਉਸ ਤੋਂ ਪਹਿਲਾਂ ਇੱਕ ਖਬਰ ਹੋਰ ਬਣਨੀ ਆ ਜਦੋਂ ਦੋ ਰਾਜ ਸਭਾ ਮੈਂਬਰ ਹੋਰ ਗਏ ਪੰਜਾਬ ਤੋਂ ਆਮ ਆਦਮੀ ਪਾਰਟੀ ਦੀ ਵੱਡੀ ਖਬਰ ਬਣਨੀ ਆ ਜੀ ਵੱਡੀ ਖਬਰ ਆਊਗੀ ਉਹ ਦਿਨ ਤੇ ਖਬਰ ਇਹ ਵੀ ਆ ਖੁਲਾਸਾ ਹੋਵੇਗਾ ਕਿ ਕਾਂਗਰਸ ਪਾਰਟੀ ਦੇ ਦੋ ਲੀਡਰਾਂ ਨੇ ਬਿਸਤਰੇ ਰੱਖ ਲਏ ਆ ਤਿੰਨ ਨਾਵਾਂ ਦੀ ਚਰਚਾ ਪ੍ਰਤਾਪ ਸਿੰਘ ਬਾਜਵਾ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰੀ ਕਹਿੰਦੇ ਜੀ ਕਮਾਂਡ ਸੰਭ ਲਈ ਕਿ ਭਾਈ ਆਪਾਂ ਸੰਗਰੂਰ ਵਾਲੀ ਲੋਕ ਸਭਾ ਦੀ ਜਿਮਨੀ ਚੋਣ ਜਿਹੜੀ ਐ ਕਿਉਂਕਿ ਦੋਨਾਂ ਨੂੰ ਨਵੇਂ ਅਹੁਦੇ ਮਿਲੇ ਨੇ ਦੋਨਾਂ ਨੇ ਸਥਾਪਿਤ ਹੋਣਾ ਹੈ ਹਾਈ ਕਮਾਂਡ ਦੀਆਂ ਨਜ਼ਰਾਂ ਦੇ ਵਿੱਚ ਆਪ ਦਾ ਰੈਪਿਊਟੇਸ਼ਨ ਜਿਹੜਾ ਵਧਾਉਣਾ ਹੈ ਇਸ ਕਰਕੇ ਅਗਲੇ ਤਾਂ ਤੰਦੇਹੀ ਨਾਲ ਚੋਣ ਲੜਨਗੇ ਹੁਣ ਪਤਾ ਲੱਗਾ ਕਿ ਵਿਜੇਂਦਰ ਸਿੰਘਲਾ ਸਾਹਿਬ ਕਿਉਂਕਿ ਇੱਥੋਂ ਐਮਪੀ ਰਹੇ ਆ ਸੰਗਰੂਰੋਂ ਐਮਐਲਏ ਰਹੇ ਆ ਕੈਬਨਿਟ ਮੰਤਰੀ ਰਹੇ ਆ ਯੂਥ ਕਾਂਗਰਸ ਦੇ ਪ੍ਰਧਾਨ ਰਹੇ ਆ ਉਹਨਾਂ ਦੇ ਉੱਤੇ ਦੁਬਾਰਾ ਚਰਚਾ ਚੱਲਦੀ ਹੈ ਕਿ ਭਾਈ ਉਹਨਾਂ ਨੂੰ ਹੀ ਬਣਾ ਲਈਏ ਉਮੀਦਵਾਰ ਫਿਰ ਦਲਬੀਰ ਗੋਲੜੀ ਜਿਹੜੇ ਕਿ ਧੁਰੀ ਤੋਂ ਸਾਬਕਾ ਐਮਐਲਏ ਨੇ ਅੱਕੀ ਭਗਵੰਤ ਮਾਨ ਸਾਹਿਬ ਤੋਂ ਹਾਰੇ ਆ ਨੌਜਵਾਨ ਨੇ ਨੌਜਵਾਨਾਂ 'ਚ ਪ੍ਰਭਾਵ ਵੀ ਐ ਕਿ ਭਾਈ ਆਪਾਂ ਉਹਨਾਂ ਨੂੰ ਬਣਾ ਲਈਏ ਇੱਕ ਚਰਚਾ ਇਹ ਵੀ ਚੱਲਦੀ ਐ ਕਿ ਜੇ ਆਮ ਆਦਮੀ ਪਾਰਟੀ ਵੱਲੋਂ ਕਿਸੇ ਬੀਬੀ ਨੂੰ ਟਿਕਟ ਦਿੱਤੀ ਗਈ ਤਾਂ ਹੋ ਸਕਦਾ ਐ ਕਿ ਦਲਬੀਰ ਸਿੰਘ ਗੋਲੜੀ ਹੋਰਾਂ ਦੇ ਘਰੋਂ ਬੀਬੀ ਸਿਮਰਤ ਕੌਰ ਗੋਲੜੀ ਖੰਗੂੜਾ ਹੋਰਾਂ ਨੂੰ ਵੀ ਟਿਕਟ ਦੇ ਕੇ ਮੈਦਾਨ 'ਚ ਲਿਆਂਦਾ ਜਾ ਸਕਦਾ ਤੇ ਫਿਰ ਦੇਖਦੇ ਹਾਂ ਮੁਕਾਬਲਾ ਕਿਹਦੇ ਵਿੱਚ ਆਉ ਇੱਕ ਚਰਚਾ ਹੋਰ ਹੈਗੀ ਕਿਹੜੀ ਉਹ ਵੀ ਵੀ ਪਟਲੋਰਾ ਦੀ ਹੂੰ ਹੂੰ ਕਿਉਂਕਿ ਦਾਵੇਦਾਰੀ ਵਿੱਚ ਵਿੱਚ ਜੀ ਉਹਨਾਂ ਨੇ ਪਹਿਲਾਂ ਵੀ ਕੀਤੀ ਸੀ ਆਪਣੇ ਵੱਲੋਂ ਪੇਸ਼ ਤੇ ਹੁਣ ਹੋ ਸਕਦਾ ਪਈ ਉਹਨਾਂ ਦੇ ਨਾਂ ਦੇ ਉੱਪਰ ਵੀ ਨੌਗਾ ਪੈ ਜਾਏ ਕਿਉਂਕਿ ਪਿਛਲੇ ਦਿਨੀ ਜਿੰਨੀਆਂ ਚਰਚਾਵਾਂ ਚੱਲੀਆਂ ਉਹ ਕਹਿੰਦੇ ਵੀ ਜਿਸ ਹਸਾਬ ਨਾਲ ਉਹਨਾਂ ਨੂੰ ਕਿਹਾ ਜੀ ਆ ਵੀ ਖਾਲੀ ਕਰ ਦਿਓ ਆ ਵੀ ਟਾ ਦਿਓ ਇੱਥੇ ਆ ਨਹੀਂ ਹੋਊਗਾ ਫਲਾਨੇ ਪੈਸੇ ਵੀ ਲੈਣੇ ਪੈਨਸ਼ਨ ਵੀ ਬੰਦ ਉਹ ਕਹਿੰਦੇ ਵੀ ਉਹ ਉਹ ਆਂਦੇ ਵੀ ਮੈਂ ਅਗਰਾਂ ਟੱਕਰ ਦੇਵਾਂਗੀ ਇਹਨਾਂ ਨੂੰ ਨਹੀਂ ਨਹੀਂ ਦੇਣੀ ਚਾਹੀਦੀ ਟੱਕਰ ਲੈ ਉਹਨਾਂ ਨੂੰ ਮੈਦਾਨ ਚ ਲੈ ਆਓ ਜੀ ਜੀ ਅਗਲਿਆਂ ਦੀ ਸਲਾਹ ਆ ਪਹਿਲਾਂ ਵੀ ਉਹਨਾਂ ਕਰਨਾ ਇਹ ਆਪਣੇ ਕੋਲੇ ਹਰਾ ਪੈਨ ਹੋਏ ਤੇ ਆਪਾਂ ਦੇ ਰੋਹੇ ਆਪਾਂ ਕੋਈ ਦਾਣੇ ਵਟੇ ਨਹੀਂ ਪੁੱਛਦਾ ਵੀਰ ਜੀ ਕੀ ਗੱਲਾਂ ਕਰਦੇ ਹੋ ਨਹੀਂ ਇਹ ਗੱਲ ਤੁਹਾਡੀ ਠੀਕ ਹੈ ਸਿਮਰਜੀਤ ਸਿੰਘ ਬੈਂਸੋਰੀ ਹਾਈ ਕੋਰਟ ਚਲੇ ਗਿਆ ਸੀ ਉਹਨਾਂ ਦੇ ਉੱਤੇ ਜ਼ਬਰਜਨਾਹ ਦਾ ਦੋਸ਼ ਲੱਗਾ ਫਿਰ ਜੀ ਕਹਿੰਦੇ ਜੀ ਤੁਸੀਂ ਪੇਸ਼ ਨਹੀਂ ਹੋਏ ਪਗੋੜੇ ਕਰਾਰ ਦੇ ਦਿੱਤੇ ਉਹ ਹਾਈ ਕੋਰਟ ਚਲੇ ਗਿਆ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਕਿ ਦੇਖੋ ਜੀ ਗੱਲ ਇਦਾਂ ਕਸੂਰ ਕਹਿੰਦੇ ਜੀ ਮੇਰਾ ਕੋਈ ਨਹੀਂ ਸਿਆਸੀ ਰੰਜਿਸ਼ ਹੈ ਉਹਦੇ ਤਹਿਤ ਫਸਾਇਆ ਜਾ ਰਿਹਾ ਇੱਕ ਤਾਂ ਜੀ ਕਹਿੰਦੇ ਮੁਕਦਮਾ ਖਾਰਜ ਕਰਦੇ ਹੋ ਫਿਰ ਕਹਿੰਦੇ ਜੀ ਅਗਾਊਂ ਜ਼ਮਾਨਤ ਦੇ ਦਿਓ ਹਾਈ ਕੋਰਟ ਦੇ ਵਿੱਚ ਚਲੋ ਤਰੀਕ ਪਈ ਸੁਣਵਾਈ ਹੋਈ ਉੱਥੇ ਫਿਰ ਨਾ ਮੰਗ ਲਿਆ ਗਿਆ ਕਿ ਤੁਸੀਂ ਨਾ ਆ ਪੇਪਰ ਦਿਓ ਜੀ ਸਰਕਾਰੀ ਵਕੀਲ ਤੋਂ ਉੱਥੇ ਪੰਜਾਬ ਪੁਲਿਸ ਦੇ ਅਧਿਕਾਰੀ ਖੜੇ ਸੀ ਉਹ ਕਹਿੰਦੇ ਜੀ ਲਿਆਓ ਜੀ ਪੇਪਰ ਜੱਜ ਸਾਹਿਬ ਮੰਗਦੇ ਆ ਉਹ ਅਧਿਕਾਰੀ ਕਹਿੰਦੇ ਪੇਪਰ ਤਾਂ ਹੈ ਨਹੀਂ ਫਿਰ ਮੂਰੇ ਉਹ ਅਦਾਲਤ ਨੇ ਫਿਰ ਟਿੱਪਣੀ ਕੀਤੀ ਉਹ ਕਹਿੰਦੇ ਜੀ ਹੁਣ ਫਿਰ ਡੀਜੀਪੀ ਸਾਹਿਬ ਨੂੰ ਸਦੀਏ ਇੱਥੇ ਤਾਂ ਸਰਕਾਰੀ ਵਕੀਲ ਕਹਿੰਦੇ ਜੀ ਮਾਫ ਕਰਨਾ ਅੱਗੇ ਤੋਂ ਕਾਗਜ਼ ਪੱਤਰ ਲੈ ਕੇ ਆਇਆ ਕਿ ਨਾ ਕਿ ਹੁਣ ਅਗਲੀ ਸੁਣਵਾਈ 'ਚ ਦੇਖਦੇ ਕੀ ਹੁੰਦਾ ਪਰ ਥੋੜੀ ਜਿਹੀ ਚੂੜੀ ਕੱਸਣੀ ਚਾਹੀਦੀ ਹੈ ਪੰਜਾਬ ਸਰਕਾਰ ਦੇ ਕਾਨੂੰਨੀ ਵਿਭਾਗ ਨੂੰ ਨਹੀਂ ਇਹ ਤਾਂ ਗੱਲ ਹੈਗੀ ਦੇਖੋ ਕਾਰਨ ਆ ਵੀ ਇਹ ਮਸਲਾ ਮੇਰੇ ਖਾਲਾ ਵਾਵਾ ਦਿਨ ਤੋਂ ਤੁਰਿਆ ਆਉਂਦਾ ਜਿੰਨੀ ਵਾਰ ਵੀ ਬੈਂਸ ਸਾਹਿਬ ਸਾਹਮਣੇ ਆਉਂਦੇ ਨੇ ਮੀਡੀਆ ਦੇ ਉਹ ਕਹਿੰਦੇ ਵੀ ਇਹਦੇ ਵਿੱਚ ਕਿਤਨਾ ਕਿਤੇ ਰਾਜਨੀਤਿਕ ਹੰਡੀ ਆ ਦੂਸਰੇ ਪਾਸੇ ਇਹ ਦੋਸ਼ ਇਲਜ਼ਾਮ ਲਾਏ ਜਾਂਦੇ ਆ ਵੀ ਤੁਸੀਂ ਸਾਹਮਣੇ ਆਓ ਜੀ ਆਪਾਂ ਤੁਹਾਨੂੰ ਇੱਕ ਰਾਂ ਸੱਚ ਦਾ ਸਾਥ ਝੂਠ ਦਾ ਝੂਠ ਕਰਕੇ ਦਿਖਾ ਦਾਂਗੇ ਮੇਰੇ ਖਾਲਾ ਅਦਾਲਤ ਦਾ ਫੈਸਲਾ ਉਡੀਕਣਾ ਚਾਹੀਦਾ ਜੀ ਦੂਜੇ ਪਾਸੇ ਕਿਉਂਕਿ ਸਿੱਖ ਜਥੇ ਜਾਂਦੇ ਹੁੰਦੇ ਨੇ ਪਾਕਿਸਤਾਨ ਦੇ ਦਰਸ਼ਨਾਂ ਦੀ ਗੁਰਤਾਮਾ ਦੇ ਦਰਸ਼ਨ ਲਈ ਵਖ ਵਖ ਸਮਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮੇਟੀ ਵੱਲੋਂ ਭੇਜੀ ਜਾਂਦੇ ਆ ਕਿਉਂਕਿ ਮੈਂਬਰ ਸਹਿਬਾਨ ਖੁਦ ਕਹਿੰਦੇ ਪੀਹਾਂ ਜੀ ਆ ਆ ਬੰਦਾ ਜੀ ਉੱਥੇ ਜਾ ਸਕਦਾ ਰეკਮੈਂਡ ਕਰਦੇ ਨੇ ਉਹ ਉਹਨਾਂ ਰეკਮੈਂਡੇਸ਼ਨ ਦੇ ਉੱਪਰ ਜਾਣ ਵਾਲੇ ਜਥੇ ਦੇ ਬਾਰੇ ਵਿੱਚ ਕੇਂਦਰ ਸਰਕਾਰ ਦੀ ਐਡਵਾਈਜ਼ਰੀ ਆਈ ਇਹਦੇ ਵਿੱਚ ਉਹਨਾਂ ਨੇ ਕਿਹਾ ਵੀ ਉੱਥੇ ਜਾਣ ਵਾਲੇ ਜਥੇ ਦੇ ਮੈਂਬਰ ਸਹਿਬਾਨ ਇਸ ਗੱਲ ਦਾ ਖਿਆਲ ਰੱਖਣ ਵੀ ਪਾਕਿਸਤਾਨ ਦੇ ਵਿੱਚ ਕਿਸੇ ਦੇ ਵੀ ਘਰ ਜਾ ਕੇ ਮਹਿਮਾਨ ਨਿਵਾਜ਼ੀ ਦੇ ਚੱਕਰ 'ਚ ਨਹੀਂ ਪੈਣਾ ਤੁਸੀਂ ਦਰਸ਼ਨ ਮੇਂ ਦਿਦਾਰੇ ਕਰਨ ਜਾਣਾ ਉਹ ਕੰਮ ਕਰਨ ਜਾਣਾ ਉਧਰੋਂ ਆ ਜਾਣਾ ਫਿਰ ਜੇ ਕੋਈ ਪਾਕਿਸਤਾਨੀ ਏਜੰਟ ਤੁਹਾਡੇ ਨਾਲ ਸਲਾਈਂ ਪੈਂਦਾ ਗੱਲੀ ਪੈਂਦਾ ਸਾਨੂੰ ਲੱਗਦਾ ਵੀ ਤੁਸੀਂ ਉਹਦੇ ਨਾਲ ਘੁਲ ਮਿਲ ਰਹੇ ਹੋ ਉਹ ਜਿਹੜੀਆਂ ਰਿਪੋਰਟਾਂ ਦੇ ਉਹ ਸੱਟ ਤੱਕ ਨਹੀਂ ਆਉਣੀਆਂ ਚਾਹੀਦੀਆਂ ਇਦਾਂ ਦੀ ਉਹਨਾਂ ਨੇ ਜਿਹੜੀਆਂ ਰੋਕਾਂ ਲਾਈਆਂ ਨੇ ਕਿ ਵੀ ਉੱਥੇ ਜਿਸ ਕੰਮ ਵੱਲ ਤੁਸੀਂ ਜਾਣਾ ਉੱਥੇ ਹੀ ਜਾਣਾ ਤੇ ਉੱਥੋਂ ਬਾਅਦ ਵਾਪਸੀ ਕਰ ਲੈਣੀ ਆ ਇੱਧਰ ਉੱਧਰ ਨਹੀਂ ਜਾਣਾ ਵੀ ਪਤਾ ਲੱਗੇ ਜੀ ਉਹ ਹੁਣ ਇੱਥੋਂ ਫਲਾਣੇ ਆਪਣੇ ਪਿੰਡ ਗਏ ਨੇ ਜਾਂ ਉਹ ਕਿਸੇ ਹੋਰ ਦੇ ਘਰ ਗਏ ਨੇ ਜੇ ਕਹਿੰਦੇ ਵੀ ਇਸ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਸਾਨੂੰ ਕਿਸੇ ਬਾਰੇ ਮਿਲਦੀ ਆ ਤੇ ਅਸੀਂ ਉਹਨੂੰ ਬਲੈਕਲਿਸਟ 'ਚ ਪਾਵਾਂਗੇ ਦੇਖੋ ਸੰਧਾਲੀਆ ਸਾਹਿਬ ਜਦੋਂ ਆਪਾਂ ਦੇ ਉਧੀਆਂ ਬਹੁਤ ਸਾਰੀਆਂ ਕੰਡੀਸ਼ਨਸ ਹੁੰਦੀਆਂ ਸ਼ਰਤਾਂ ਹੁੰਦੀਆਂ ਉਦਾਹਰਣ ਕੈਨੇਡਾ ਦੇ ਵਿੱਚ ਜਿਹੜਾ ਵਿਦਿਆਰਥੀ ਪੜ੍ਹਾਈ ਕਰਨ ਆਉਂਦਾ ਉਹਨੂੰ ਹੁੰਦਾ ਕਿ ਭਾਈ ਤੂੰ ਹਫ਼ਤੇ 'ਚ 20 ਘੰਟੇ ਹੀ ਕੰਮ ਕਰ ਸਕਦਾ ਤੂੰ ਐਸ ਇੰਸਟੀਟਿਊਸ਼ਨ ਦੇ ਵਿੱਚ ਪੜ੍ਹਨਾ ਤੂੰ ਕਲਾਸਾਂ ਪੂਰੀਆਂ ਲਾਉਣੀਆਂ ਉਹਦੇ ਤੋਂ ਬਾਅਦ ਆਹ ਕਰਨਾ ਫੇਰ ਪਾਰ ਆ ਤਾਰਾ ਹੋਣਾ ਲੋਕ ਵਰਕ ਪਰਮਿਟ ਤੇ ਆਉਂਦੇ ਆ ਕਿ ਭਾਈ ਤੇਰਾ ਖੁੱਲਾ ਓਪਨ ਵਰਕ ਪਰਮਿਟ ਆ ਜਿੱਥੇ ਮਰਜ਼ੀ ਕੰਮ ਕਰ ਠੋਕੇ ਜਿੰਨਾ ਮਰਜ਼ੀ ਕਰ ਇੱਕ ਇਹ ਹੁੰਦਾ ਕਿ ਭਾਈ ਤੂੰ ਐਸ ادارے 'ਚ ਐਸੀ ਥਾਂ ਦੇ ਉੱਤੇ ਕੰਮ ਕਰ ਸਕਦਾ ਜਦੋਂ ਤੱਕ ਨਵੀਂ ਤਬਦੀਲੀ ਤੂੰ ਨਹੀਂ ਕਰਦਾ ਉਹ ਬੰਦੇ ਨੇ ਉੱਥੇ ਹੀ ਕੰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਿ ਧਿਆਨ ਚ ਰੱਖਣੀਆਂ ਇਦਾਂ ਹੀ ਦੇਖੋ ਭਾਰਤ ਤੇ ਪਾਕਿਸਤਾਨ ਕਿਉਂਕਿ ਇੱਕ ਦੇਸ਼ ਹੁੰਦੇ ਸੀ ਵੰਡ ਟੱਕ ਹੋਈ ਵੰਡ ਹੋਈ 1947 ਚ ਲੋਕਾਂ ਦੇ ਇਮੋਸ਼ਨਸ ਜੁੜੇ ਆ ਉਹ ਆਪਣੇ ਪੁਰਾਣੇ ਪਿੰਡ ਦੇਖਣਾ ਚਾਹੁੰਦੇ ਆ ਉਹ ਪੰਜਾਬ ਦਾ ਉਹ ਹਿੱਸਾ ਦੇਖਣਾ ਚਾਹੁੰਦੇ ਆ ਉਹ ਆਮ ਲੋਕਾਂ ਨੂੰ ਮਿਲ ਕੇ ਮਹਿਸੂਸ ਕਰਨਾ ਚਾਹੁੰਦੇ ਆ ਕਿ ਭਾਈ ਤੁਸੀਂ ਸਾਡੇ ਤੁਹਾਡੇ ਵਾਲੀ ਸੀ ਪਰ ਜਦੋਂ ਆਪਾਂ ਵੀਜ਼ਾ ਅਪਲਾਈ ਕਰਦੇ ਆ ਬਹੁਤੀ ਵਾਰੀ ਹੁੰਦਾ ਕਿ ਐਸਜੀਪੀਸੀ ਤੋਂ ਕਰਾ ਲਓ ਦਿੱਲੀ ਕਮੇਟੀ ਤੋਂ ਕਰਾ ਲਓ ਕੁਝ ਹੋਰ ਜੱਥੇਬੰਦੀਆਂ ਲੈ ਕੇ ਜਾਂਦੀਆਂ ਆਪਾਂ ਸਾਈਨ ਕਰਦੇ ਆ ਜਾਂ ਕੋਸ਼ੂਰ ਕਰਦੇ ਆ ਉਦੇ ਵਿੱਚ ਹੁੰਦਾ ਕਿ ਅਸੀਂ ਦਰਸ਼ਨ ਦੇਦਾਰੇ ਕਰਨ ਚੱਲੇ ਆਂ ਕਿ ਆ ਆ ਧਾਰਮਿਕ ਸਥਾਨਾਂ ਦੇ ਪਰ ਆਪਾਂ ਨਾਲ ਦੀ ਨਾਲ ਫਿਰ ਉੱਥੇ ਮਿਲਦੇ ਗਲਦੇ ਵੀ ਆ ਹੋ ਸਕਦਾ ਕਿਸੇ ਦੀ ਕੋ ਮਾੜੀ ਇੰਟੈਂਸ਼ਨ ਵੀ ਹੋਵੇ ਆਪਾਂ ਨੇ ਕਹਿੰਨੇ ਪਰ 99.9% ਤਾਂ ਦਰਸ਼ਨ ਦੇਦਾਰੇ ਕਰਨ ਜਾਂਦੇ ਆ ਪਤਾ ਹੀ ਨਹੀਂ ਹੁੰਦਾ ਕਈ ਵਾਰੀ ਬਜ਼ੁਰਗ ਜਾਂਦੇ ਉਹਨਾਂ ਨੂੰ ਕੋਈ ਪਤਾ ਕਿ ਪਾਈ ਅਸੀਂ ਕਿਸੇ ਨੇ ਹੱਥ ਮੜਾਉਣਾ ਕਿ ਨਹੀਂ ਹੋਣਾ ਉਹਦੇ ਹੋ ਸਕਦਾ ਕੋਈ ਬਾਜ਼ਮਾਰ ਕਹੇ ਇਸ ਕਰਕੇ ਇਹ ਵੀਜ਼ਾ ਵੱਖਰਾ ਜਿਹੜਾ ਉੱਥੇ ਘੁੰਮਣ ਫਿਰਨ ਦਾ ਆਪਣੇ ਕਿਸੇ ਪਿੰਡ ਜਾਣਾ ਕੋਈ ਪੁਰਾਣਾ ਆਪਣਾ ਪਿੰਡ ਦੇਖਣਾ ਉਹ ਵੀਜ਼ਾ ਵੱਖਰਾ ਥੋੜਾ ਜਿਆ ਉਹਨਾਂ ਦੇ ਵਿੱਚ ਜੇ ਤੁਸੀਂ ਫਰਕ ਸਮਝ ਕੇ ਅਗਲੇ ਪਾਸੇ ਨੂੰ ਤੁਰੋਗੇ ਤਾਂ ਫਿਰ ਵਧੀਆ ਨਹੀਂ ਵਧੀਆ ਪਰ ਨਾਲ ਦੇ ਨਾਲ ਐਸਜੀਪੀਸੀ ਵਾਲੇ ਪਾਸਿਓਂ ਇਤਰਾਜ਼ ਵੀ ਆਇਆ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਐਸਜੀਪੀਸੀ ਪ੍ਰਧਾਨ ਨੇ ਉਹ ਕਹਿੰਦੇ ਵੀ ਦੇਖੋ ਇਹ ਜਿਹੜੀ ਰੋਕ ਟੋਕ ਲਾਈ ਗਈ ਹੈ ਉਹ ਕਹਿੰਦੇ ਵੀ ਜੇ ਤਾਂ ਕੋਈ ਇਨਪੁਟ ਹੈ ਜੇ ਲੱਗਦਾ ਹੈ ਸਰਕਾਰਾਂ ਨੂੰ ਵੀ ਉਹ ਨਿਗਾਹ ਰੱਖਣੀ ਚਾਹੀਦੀ ਉਹ ਤੇ ਸਾਨੂੰ ਕੋਈ ਤਰ੍ਹਾਂ ਦੀ ਕਿਸੇ ਤੇ ਜੇ ਕੋਈ ਜੀ ਪਰ ਕਹਿੰਦੇ ਵੀ ਜਦੋਂ ਆਪਾਂ ਓਵਰਆਲ ਜੱਥੇ ਦੇ ਉੱਪਰ ਮੋਹਰ ਲਾਉਂਦੇ ਆ ਨਾ ਤਾਂ ਉਹਦਾ ਪ੍ਰਭਾਵ ਮਾੜਾ ਜਾਂਦਾ ਹੁਣ ਕਹਿੰਦੇ ਵੀ ਉਧਰ ਅਸੀਂ ਜਾਂਦੇ ਆ ਉਧਰ ਦੇ ਬਹੁਤ ਸਾਰੇ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਅਗੁਰਧਾਮਾਂ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਸਲਾਹਾਂ ਕਰਨ ਵਾਲੀਆਂ ਹੁੰਦੀਆਂ ਨੇ ਕਈ ਗੱਲਾਂ ਪੁੱਛਣ ਵਾਲੀਆਂ ਹੁੰਦੀਆਂ ਨੇ ਉਧਰਲੇ ਸਿੱਖਾਂ ਦੇ ਮਸਲੇ ਹੁੰਦੇ ਨੇ ਹੁਣ ਜੇ ਕਿਸੇ ਦਾ ਕੋਈ ਮਸਲਾ ਹੈ ਤਾਂ ਉਸ ਮਸਲੇ ਨੂੰ ਮਿਲਤਗਿਰ ਤੇ ਲਈ ਉੱਥੇ ਬਹਿਣਾ ਹੀ ਪਊਗਾ ਗੱਲ ਤਾਂ ਕਰਨੀ ਪ ਸੋ ਇਹ ਨਾ ਹੋਵੇ ਵੀ ਹਰੇਕ ਨੂੰ ਇੱਕ ਸ਼ੱਕੀ ਨਜ਼ਰ ਨਾਲ ਦੇਖਿਆ ਜਾਵੇ ਕਿ ਬੰਦਾ ਜਿਹੜਾ ਵਿਚਾਰਾ ਗਿਆ ਵੀ ਹੈ ਜੇ ਮੰਨ ਲਓ ਉਹਨਾਂ ਦੇ ਨੁਮਾਇंदे ਉਧਰ ਗਏ ਵੀ ਨਹੀਂ ਤਾਂ ਅਗਲਾ ਉਥੋਂ ਕੰਨੀ ਘਤਰਾਉਂਦਾ ਫਿਰ ਵੀ ਯਾਰ ਮੈਂ ਇਹਦਾ ਨਾ ਗੱਲ ਨਹੀਂ ਕਰਨੀ ਵੀ ਇਹਨੂੰ ਥੋੜਾ ਜਿਹਾ ਹੋਰ ਕਲੀਅਰ ਕਰ ਲਿਆ ਜਾਵੇ ਵੀ ਜੇ ਕਿਤੇ ਕੋਈ ਤੁਹਾਨੂੰ ਕਮੀ ਪੇਸ਼ੀ ਲੱਗਦੀ ਉਹਨੂੰ ਆਪਣੇ ਤੌਰ ਤੇ ਪੂਰਾ ਕੀਤਾ ਜਾਵੇ ਪਰ ਇਹ ਠੱਪਾ ਨਾ ਲੱਗੇ ਹਰੇਕ ਦੇ ਉੱਪਰ ਵੀ ਜੇ ਮੰਨ ਲਓ ਉੱਥੇ ਬਜ਼ੁਰਗ ਵਿਚਾਰੇ ਇਧਰੋਂ ਉਧਰੋਂ ਇਕੱਠੇ ਹੋ ਕੇ ਵੀ ਚਲੋ ਜੇ ਆਪਾਂ ਬਾਬੇ ਦੀ ਧਰਤੀ ਵੇਖ ਆਈਏ ਉੱਥੇ ਜਾ ਕੇ ਨਤਮਸਤਕ ਹੋ ਆਈਏ ਤੇ ਉਹਦੇ ਤੇ ਮੋਹਰ ਇਹੋ ਲੱਗੀ ਜਾਵੇ ਵੀ ਹਾਲਾਤ ਇਹ ਨਹੀਂ ਸੀ ਪੈਦਾ ਹੋਣੇ ਚਾਹੀਦੇ ਕਦੇ ਇੱਕ ਦੇਸ਼ ਹੁੰਦਾ ਸੀ ਹੂੰ ਕੌਣ ਲਕੀਰਾਂ ਖਿੱਚ ਗਿਆ ਕਿਸ ਪਰਪਸ ਨਾਲ ਖਿੱਚ ਗਿਆ ਕਿਹਦੇ ਮਨ ਦੇ ਵਿੱਚ ਕੂੜਾ ਭਰਿਆ ਸੀ ਉਦੋਂ ਕਿ ਪਾਈ ਇਹਨਾਂ ਨੂੰ ਇੱਕ ਨਹੀਂ ਹੋਣ ਦੇਣਾ ਤੇ ਚਾਹੀਦਾ ਤੇ ਅਸੀਂ ਸ਼ੈਨਗਨ ਕੰਟਰੀਜ਼ ਹੈਗੀਆਂ ਨੇ ਯੂਰਪ ਦੇ ਕਿੰਨੇ ਦੇਸ਼ ਆ ਉੱਥੇ ਕੋਈ ਪੁੱਛਦਾ ਇੱਕ ਦੇਸ਼ ਤੋਂ ਦੂਸਰੇ ਦੇਸ਼ ਤੋਂ ਵਿੱਚ ਤੁਸੀਂ ਵੜਦੇ ਹੋ ਐਵੇਂ ਹੀ ਵੜ ਜਾਂਦੇ ਹੋ ਉਹਨਾਂ ਦੇ ਟੋਲ ਪਲਾਜ਼ ਦੇ ਉੱਤੇ ਵੱਧ ਟਾਈਮ ਲੱਗਦਾ ਉੱਥੇ ਘੱਟ ਲੱਗਦਾ ਉੱਥੇ ਕੋਈ ਦਿੱਕਤ ਨਹੀਂ ਕਿਸੇ ਕਿਸਮ ਦੀ ਪਤਾ ਨਹੀਂ ਅਸੀਂ ਕਿੱਦਾਂ ਦਾ ਰਾਜ ਕਰਦੇ ਆ ਕਿੱਦਾਂ ਦੀ ਕੜਵੜਾਹਟ ਕਿੱਦਾਂ ਦੀ ਨਫ਼ਰਤ ਪੈਦਾ ਹੋ ਗਈ ਹੈ ਕਿ ਇਦਾਂ ਦੇ ਫੈਸਲੇ ਹੁੰਦੇ ਆ ਫੈਸਲਿਆਂ ਦੇ ਉੱਤੇ ਇਤਰਾਜ਼ ਹੁੰਦੇ ਆ ਮਾਲਾ ਹੀ ਕਦੀ ਸਮਾਂ ਲਿਆਵੇ ਕਿ ਲੋਕ ਆਰਾਮ ਦੇ ਨਾਲ ਇੱਕ ਦੂਜੇ ਨੂੰ ਮਿਲ ਗਏਲ ਸਕਣ ਤੇ ਜਿਹੜੇ ਵਪਾਰ ਦੇ ਨਾਂ ਦੇ ਉੱਤੇ ਕਦੇ ਨਸ਼ਾ ਭੇਜ ਤੇ ਕਦੇ ਹਥਿਆਰ ਭੇਜ ਜਾਂ ਇਦਾਂ ਦੀਆਂ ਜਿਹੜੀਆਂ ਧਾਰਮਿਕ ਜਾਂ ਸਮਾਜਿਕ ਮਿਲਣੀਆਂ ਨੇ ਉਹਦੇ ਰਾਹੀਂ ਕੋਈ ਆਪਣਾ ਹੋਰ ਪ੍ਰੋਪਾਗੈਂਡਾ ਜੇ ਕੋਈ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਮਾੜਾ ਜੀ ਨੂੰ ਸਮਾਪਤੀ ਬਖਸ਼ੀ ਹੋਰ ਕੀ ਕਹਿ ਸਕਦੇ ਆ ਨਹੀਂ ਇਹਦੀ ਗੱਲ ਹੈਗੀ ਹੈ ਸੋ ਚਲੋ ਇਹ ਜਥੇ ਜਾਣ ਵਾਲੇ ਜਿੰਨੇ ਵੀ ਜੀ ਨੇ ਜੀ ਪਰਿਵਾਰਾਂ ਦੇ ਮੈਂਬਰ ਨੇ ਉਹ ਜ਼ਰੂਰ ਆਪਣੇ ਤੌਰ ਤੇ ਸਾਰੇ ਕੁਝ ਦੀ ਇਨਫੋਰਮੇਸ਼ਨ ਲੈ ਲੈਣ ਕਿਉਂਕਿ ਇਹ ਨਾ ਹੋਵੇ ਕਿ ਅਗਲਾ ਸਧਾਰਨ ਤੌਰ ਤੇ ਜਾਵੇ ਉਹਨੂੰ ਉਹ ਜਾਣਕਾਰੀ ਨਾ ਹੋਵੇ ਉੱਥੇ ਕਿਤੇ ਨਾ ਮਿਲਤ ਗਲਤ ਹੋਵੇ ਤੇ ਕੱਲ ਨੂੰ ਕੋਈ ਹੋਰ ਪੰਗਾ ਪੈ ਜਾਵੇ ਨਹੀਂ ਜ਼ਰੂਰੀ ਹੈ ਜੀ ਧਿਆਨ ਰੱਖਣਾ ਚਾਹੀਦਾ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਲਓ ਜੀ ਫਿਰ ਇਹਦੇ ਨਾਲ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਆ ਤੁਸੀਂ ਆਪਣੀ ਫੀਡਬੈਕ ਭੇਜ ਦਿਓ ਉਹਦੇ ਲਈ ਬੜੇ ਧੰਨਵਾਦੀ ਆ ਤੇ ਹਾਂ ਹੁਣ ਗਾਂ ਆਪਾਂ ਪ੍ਰਬੰਧ ਤੇ ਫੇਰ ਹੀ ਕਿਤਨਾ ਕਤੇ ਤਰਤੀ ਬਚਨੀ ਉਦਰਾ ਓਖਾ ਸੁਣਦੇ ਰਹਿਣਾ ਦੇਖਦੇ ਰਹਿਣਾ ਪ੍ਰਾਈਮੇਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ